सत श्री अकाल, नमस्ते, हैलो एंड वेलकम टू द शो जिहदा नाम है द ट्रूथ ट्राइब। मैं तुहाडा होस्ट रवि तूर ते अज असीं गल करन जा रहे हां वाइन मेकिंग बारे, फार्मिंग बारे ते बिजनेस बारे। ते इहदे लई साडे नाल ने साडे स्पैशल गैस्ट करनैल सिंह सिद्धू जी फ्रॉम कलाला वाइन। सर, वेलकम टू द शो। थैंक यू जी तुहाडा ते तुहानूं सत श्री अकाल एंड तुहाडे सुणन वालिਆਂ ਨੂੰ ਵੀ सत श्री अकाल। थैंक यू सर। करनैल सिंह जी, तुसी कलाला वाइन जो कि कलोना ब्रिटिश कोलंबिया दे विच है, तुसी ओदे ओनर हो। तुसी रिसेंटली एक्वायर कीती है लिटल स्ट्रॉ विनयार्ड भी। इस तो अलावा 2019 दे विच तुहानूं BC विटिकल्चरलिस्ट ऑफ द ईयर दा अवार्ड मिलिया। तुहाडी दोस्ताना मरलो वाइन नूं कैनेडियन वाइन कंपीटीशन दे विच डबल गोल्ड मैडल मिलिया। 2014 दे विच तुहाडी आइस वाइन सी शार्डने आइस वाइन, ओनू शार्डने डुमॉन फ्रांस दे विच जेहड़ा गोल्ड मैडल मिलिया। ਤੁਸੀਂ ਐਡਵੋਕੇਟ ਹੋ ਸਰ ਸਸਟੇਨੇਬਲ ਫਾਰਮਿੰਗ ਦੇ ਤੇ ਆਰਗੈਨਿਕ ਫਾਰਮਿੰਗ ਦੇ। ਤੁਸੀਂ ਇੱਕ ਸਕਸੈਸਫੁਲ ਬਿਜ਼ਨਸਮੈਨ ਹੋ, ਇੱਕ ਸਕਸੈਸਫੁਲ ਫੈਮਿਲੀ ਮੈਨ ਤੇ ਕਮਿਊਨਿਟੀ ਵਰਕਰ ਹੋ। ਪਰ ਆਪਣੇ ਸ਼ਬਦਾਂ ਦੇ ਵਿੱਚ ਸਾਨੂੰ ਦੱਸੋ ਸਰ, ਤੁਸੀਂ ਕੌਣ ਹੋ ਤੇ ਕੀ ਕਰਦੇ ਹੋ? ਮੇਰਾ ਨਾਮ ਕਰਨੈਲ ਸਿੰਘ ਸਿੱਧੂ, ਇੱਕ ਪੰਜਾਬ ਤੋਂ ਜੰਮਿਆ ਤੇ 1993 ਚ ਇੱਥੇ ਮੂਵ ਹੋ ਗਿਆ ਤੇ ਇੱਥੇ ਉੱਥੋਂ ਮੈਂ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਸੀ, ਪਰ ਇੱਥੇ ਆ ਕੇ ਕੋਈ ਰਿਕੋਗਨਾਈਜ਼ ਨਹੀਂ ਕਰਦਾ ਤਾਂ ਫਿਰ ਵੀ ਪੰਜਾਬ ਤੋਂ ਜੰਮਿਆ ਹੋਰ ਕੀ ਕਰਾਂਗੇ, ਤਾਂ ਖੇਤੀ ਕਰਾਂਗੇ। ਇਸ ਤਰ੍ਹਾਂ ਸੋਚ ਕੇ ਕੰਮ ਲੱਭਣਾ ਸ਼ੁਰੂ ਕੀਤਾ ਖੇਤਾਂ 'ਚ ਅਤੇ ਮੈਨੂੰ ਫਿਰ ਵਾਈਨਰੀ ਦੇ ਵਿੱਚ ਕੰਮ ਮਿਲ ਗਿਆ, ਜਿੱਥੇ ਮੈਂ 10 ਸਾਲ ਤੋਂ ਥੋੜ੍ਹਾ ਜਿਹਾ ਉੱਪਰ ਸਮਾਂ ਕੰਮ ਕੀਤਾ ਅਤੇ ਉੱਥੇ ਹੀ ਜ਼ਿਆਦਾ ਮੈਂ ਸਿੱਖਿਆ ਵਾਈਨ ਮੇਕਿੰਗ ਬਾਰੇ, ਗਰੋਇੰਗ ਬਾਰੇ। ਅਤੇ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਵੀ ਮੈਨੂੰ ਜੇ ਮੇਰੀ ਸਕਸੈਸ ਆ ਤਾਂ ਉਹਦੇ ਪਿੱਛੇ ਸਭ ਤੋਂ ਵੱਡਾ ਹੱਥ ਆ ਉਹ ਵਾਈਨਰੀ ਦਾ, ਜਿਹਨਾਂ ਨੇ ਮੈਨੂੰ ਹਾਇਰ ਕੀਤਾ। ਉਹਦਾ ਹੈਗਾ ਸਮਰਹਿਲ ਸਟੇਟ ਵਾਈਨਰੀ। ਆਈ ਨੈਵਰ ਹੈਜ਼ਿਟੇਟ ਟੂ ਟੈਲ ਹੂ ਦੇ ਆਰ because they hired me in a vineyard, then they sent me for schooling to learn more about vineyard, and then finally I become their vineyard manager and work over 10 years. And I wasn't only vineyard manager there, I also take care of other stuff because I work like it's my own place. It's how I was working when I working there. So then I quit that job in 2006 and start mine wine making for Kalala 2006. Then we opened Kalala Organic Estate to public in 2008, July 2008. We are 15-year-old and a few almost a month over now. That's awesome, sir. तो ਜਿਹੜੀ ਆਪਾਂ ਵਾਈਨ ਦੀ ਗੱਲ ਕਰਦੇ ਹਾਂ ਸਰ, ਤੁਸੀਂ ਦੱਸਿਆ ਤੁਹਾਡਾ ਖੇਤੀ ਨਾਲ ਪਿਆਰ ਸੀਗਾ, ਬਟ ਵਾਈਨ ਮੇਕਿੰਗ ਨਾਲ ਜਿਹੜਾ ਤੁਹਾਡਾ ਪਿਆਰ ਸੀਗਾ ਉਹ ਉਹ ਕਦੋਂ ਪਿਆ ਤੇ ਕੀ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਪੂਰੇ ਪ੍ਰੋਸੈਸ ਦੇ ਵਿੱਚ ਵਾਈਨ ਮੇਕਿੰਗ ਦੇ? ਵਾਈਨ ਮੇਕਿੰਗ ਦੇ ਵਿੱਚ ਪਤਾ ਕੀ ਹੈ ਵੀ ਤੁਸੀਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਨੂੰ ਜਦੋਂ ਆਪਾਂ ਉੱਥੋਂ ਆਉਂਦੇ ਹਾਂ ਕੋਈ ਬਾਹਲਾ ਨੌਲੇਜ ਨਹੀਂ ਹੁੰਦੀ ਵਾਈਨ ਬਾਰੇ ਤਾਂ ਬਿਲਕੁਲ ਹੀ, ਕਿਉਂਕਿ ਅਸੀਂ ਵਾਈਨ ਡਰਿੰਕਿੰਗ ਕੰਟਰੀ ਤੋਂ ਨਹੀਂ ਹੈਗੇ, ਨਾ ਹੀ ਵਾਈਨ ਪ੍ਰੋਡਿਊਸਿੰਗ ਏਰੀਏ ਤੋਂ ਆ ਜਿੱਥੇ ਆਪਾਂ ਪੰਜਾਬ ਤੋਂ। ਅਤੇ ਸਲੋਲੀ ਇਟਸ ਪੈਸ਼ਨ ਡਿਵੈਲਪ ਟੂ ਡੂ ਸਮਥਿੰਗ ਲਾਈਕ ਦੈਟ ਵਾਈਲ ਵਰਕਿੰਗ ਐਂਡ ਇਟਸ ਵੈਰੀ ਇੰਟਰੀਗਿੰਗ ਟੂ ਲਰਨ ਹਾਊ ਥਿੰਗਸ ਵਰਕ ਐਂਡ ਹਾਊ ਦੇ ਲਾਈਕ ਯੂ ਮੇਕ ਸਮਥਿੰਗ ਦੈਨ the people love it. That's really nice, and yeah, that's how I get into winemaking. I always tell it came out of a necessity to start with because I have to work in vineyard. Then over the time, the passion developed to it, and also I think being training in engineering, I like to do make something, right? So to produce something that I think that's how I get into it. Yeah, no, that's awesome, sir. So Kalala Wine, where does the name come from, Kalala Wine, and Kalala who all are? हाँ जी, Kalala ਦਾ ਜਿਹੜਾ ਨਾਮ ਹੈ ਕਿੱਥੋਂ ਸ਼ੁਰੂ ਹੋਇਆ ਤੇ ਅੱਜ ਤੁਹਾਡੇ ਕਿੰਨੇ ਏਕੜ ਤੁਸੀਂ ਖੇਤੀ ਕਰ ਰਹੇ ਹੋ, ਕਿੰਨੇ ਤੁਹਾਡੇ ਨਾਲ ਲੋਕ ਜੁੜੇ ਹੋਏ ਨੇ ਤੁਹਾਡੀ ਆਰਗੇਨਾਈਜੇਸ਼ਨ ਦੇ ਵਿੱਚ, ਉਹਦੀ ਡਿਟੇਲਸ ਕਿੰਨੇ ਜੀ? Kalala ਦਾ ਨਾਮ ਜਿਹੜਾ ਹੈਗਾ ਜੀ, ਇਹ ਅਸਲ 'ਚ ਮੇਰੀ ਬਰਥ ਪਲੇਸ ਹੈ, ਸਾਡਾ ਪਿੰਡ ਹੈ Kalala, ਨਿੱਕਾ ਜਿਹਾ ਪਿੰਡ ਹੈ ਇਹ, ਹੁਣ ਬਰਨਾਲਾ ਡਿਸਟ੍ਰਿਕਟ ਦਾ, ਪਹਿਲਾਂ ਸੰਗਰੂਰ 'ਚ ਹੁੰਦਾ ਸੀ। ਬਹੁਤੇ ਲੋਕ ਜਾਣਦੇ ਨਹੀਂ, ਈਵਨ ਗੁਆਂਢ ਤੋਂ ਵੀ 4-5 ਪਿੰਡ ਪਰਾਂ ਬਾਗ ਜਦੋਂ ਕਈ ਵਾਰ ਪੁੱਛ ਲੈਂਦੇ ਕਲਾਲਾ ਕਿੱਥੇ ਹੈ, ਕਿਉਂਕਿ ਬਹੁਤ ਛੋਟਾ ਪਿੰਡ ਹੈ। ਇੱਕ ਤਾਂ ਇਹ ਮੇਰੇ ਜਹਿਨ 'ਚ ਸੀ ਯਾਰ ਵੀ ਸਾਡੇ ਪਿੰਡ ਨੂੰ ਕੋਈ ਜਾਣਦਾ ਨਹੀਂ ਹੈ, ਕੋਈ ਇਹੋ ਜਿਹਾ ਕੰਮ ਕਰੋ ਅਸੀਂ ਦੂਰ ਤੱਕ ਪਤਾ ਲੱਗੇ ਵੀ ਕਲਾਲਾ ਵੀ ਹੈ, ਹੈ ਨਾ। ਹਾਂਜੀ। ਅਤੇ ਦੂਜਾ ਇਸ ਨੇਮ ਹੈ ਜਿਹੜਾ ਬਹੁਤ ਵਧੀਆ ਹੈ, ਕਲਾਲਾ ਦਾ ਮੀਨ ਮਿਰੇਕਲ ਪਲੇਸ, ਕਲਾ ਵਾਲਾ, ਦੈਟਸ ਹਾਊ ਦਾ ਨੇਮ, ਰਾਈਟ। ਅਤੇ ਕਹਾਣੀ ਹੈਗੀ ਨੇਮ ਦੀ, ਉਹ ਤੁਹਾਨੂੰ ਹਮੇਸ਼ਾ ਹੀ ਜਦੋਂ ਤੁਸੀਂ ਬਿਜ਼ਨਸ ਦੇ ਵਿੱਚੋਂ ਕਹਾਣੀ ਨਾਲ ਤੁਸੀਂ ਲੋਕਾਂ ਨੂੰ ਦੱਸਣੀ ਹੈ, ਲੋਕਾਂ ਨੂੰ ਅਟਰੈਕਟ ਕਰਨਾ ਹੈ, ਅਤੇ ਉਹ ਕਹਾਣੀ ਵੀ ਹੈਗੀ ਨਾਮ ਦੇ ਵਿੱਚ। ਪਰ ਮੇਨਲੀ ਮੇਰੇ ਜੇਨ 'ਚ ਇਹ ਸੀ ਵੀ ਜਦ ਸਾਡਾ ਨਿੱਕਾ ਜਿਹਾ ਪਿੰਡ ਆ ਕੋਈ ਜਾਣਦਾ ਨਹੀਂ, ਘੱਟੋ ਘੱਟ ਉਹਦਾ ਨਾਂ ਰੱਖੀਏ ਸਾਨੂੰ ਲੋਕ ਦੂਰ ਤੱਕ ਜਾਣਨ ਲੱਗ ਜਾਣ, ਹੈ ਨਾ। ਉਹ ਅਜੇ ਵੀ ਖਾਸ ਹੈ ਵੀ ਕਲਾਲਾ, ਜਦੋਂ ਲੋਕ ਕਲਿੱਕ ਕਰਨ ਪਤਾ ਲੱਗੇ ਵੀ ਕਲਾਲਾ ਵੀ ਇੱਕ ਛੋਟਾ ਜਿਹਾ ਪਿੰਡ ਹੈ ਪੰਜਾਬ ਦੇ ਵਿੱਚ ਤੇ ਬਿਲਕੁਲ ਜੀ ਉਹਦਾ ਕਰਕੇ ਹੀ ਨਾਮ ਰੱਖਿਆ। ਤੇ ਇੱਕ ਇਹ ਵੀ ਆ ਦੂਜਾ ਜਿਹੜਾ ਹੈਗਾ ਤੁਹਾਡਾ ਹੈਰੀਟੇਜ ਰਾਈਟ ਹਾਂਜੀ ਤੇ ਅਸੀਂ ਹੋਰ ਇੰਗਲਿਸ਼ ਨਾਮ ਰੱਖ ਲਈਏ ਤਾਂ ਤੁਹਾਡਾ ਹੈਰੀਟੇਜ ਉਦਾਂ ਹੀ ਵੱਧ ਜਾਂਦਾ ਜੇ ਤੁਸੀਂ ਨਾਮ ਇੰਗਲਿਸ਼ ਰੱਖ ਲਿਆ ਕੋਈ ਨਹੀਂ ਪਤਾ ਵੀ ਇਹ ਕਿਹਨੂੰ ਬਿਲੋਂਗ ਕਰਦੀ ਹੈ ਵਾਈਨਰੀ ਹੈ ਨਾ ਬਿਲਕੁਲ ਤੇ ਨਾਂ ਤੋਂ ਨਹੀਂ ਪਤਾ ਲੱਗਦਾ ਸਾਡਾ ਨਾਂ ਆਇਡੈਂਟੀਫਾਈ ਕਰਦਾ ਵੀ ਇਹ ਭਾਈ ਵਾਈਨਰੀ ਸੰਬੰਧ ਹੈਗੀ ਜਿਹੜਾ ਬੰਦਾ ਬਾਹਰੋਂ ਆਇਆ ਜਦੋਂ ਤੁਸੀਂ ਈਵਨ ਦੇ ਤੁਸੀਂ ਸਾਡਾ ਲੇਬਲ ਵੀ ਦੇਖੋਗੇ ਉਹਦੇ ਉੱਤੇ ਪੰਜਾਬੀ ਦੇ ਵਿੱਚ ਕਲਾਲਾ ਲਿਖਿਆ ਹੋਇਆ ਕਲਾਲਾ ਸਾਰਾ ਲੇਬਲ ਹੈ ਨਾ ਉਹਦੇ ਉੱਤੇ ਪੰਜਾਬੀ ਦੇ ਵਿੱਚ ਸਭ ਤੋਂ ਟੌਪ ਦੇ ਉੱਤੇ ਕਲਾਲਾ ਪੰਜਾਬੀ ਚ ਹੈ ਉਦੋਂ ਬਾਅਦ ਸਾਡਾ ਲੋਗੋ ਉਹਦੇ ਥੱਲੇ ਪੰਜਾਬ ਇੰਗਲਿਸ਼ ਦੇ ਵਿੱਚ ਕਲਾਲਾ ਲਿਖਿਆ ਜੀ ਤੁਸੀਂ ਦੇਖਿਆ ਹੋਣਾ ਹਾਂਜੀ 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 ਮੈਂ ਚੈੱਕ ਕਰਕੇ ਬਹੁਤ ਵਧੀਆ ਲੱਗਿਆ ਹਾਂਜੀ ਕਿਉਂਕਿ ਯੂਜਲੀ ਤੁਹਾਨੂੰ ਦੇਖਣ ਨੂੰ ਨਹੀਂ ਮਿਲਦਾ ਵਾਈਨ ਬੋਟਲਸ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਲੋਕ ਆਪਣੀ ਹੈਰੀਟੇਜ ਰੱਖਦੇ ਨੇ ਜਿੱਥੋਂ ਜਨਰੇਸ਼ਨਸ ਤੋਂ ਆਏ ਨੇ ਪਰ ਜਿਵੇਂ ਤੁਹਾਡੀ ਵਾਈਨ ਬੋਟਲਸ ਹੈ ਉਹਦੇ ਵਿੱਚ ਤੁਹਾਡੀ ਜਿਹੜੀ ਹੈਰੀਟੇਜ ਹੈ ਉਹ ਬਿਲਕੁਲ ਰਿਫਲੈਕਟ ਹੁੰਦੀ ਹੈ ਅਤੇ ਆਪਣਾ ਪੰਜਾਬੀ ਕਮਿਊਨਿਟੀ ਦੀ ਜਿਹੜੀ ਇੱਕ ਰੈਪਰੈਜੈਂਟੇਸ਼ਨ ਹੈ ਉਹ ਰਿਫਲੈਕਟ ਹੁੰਦੀ ਹੈ ਤੁਹਾਡੀ ਪੈਕੇਜਿੰਗ ਦੇ ਵਿੱਚੋਂ ਫੋਰ ਸ਼ੋਰ ਸਰ। ਅਤੇ ਤੁਹਾਡੀ ਕਿੰਨੇ ਏਕੜ 'ਚ ਤੁਸੀਂ ਅੱਜ ਫਾਰਮਿੰਗ ਕਰ ਰਹੇ ਹੋ ਕਿੰਨੇ ਤੁਹਾਡੇ ਨਾਲ ਇੰਪਲੋਏ ਜੁੜੇ ਹੋਏ ਨੇ ਇਸ ਆਪਰੇਸ਼ਨ ਦੇ ਵਿੱਚ? ਸਾਡੇ ਕੋਲ ਅਬਾਊਟ ਜਿਹੜਾ ਟਾਊਨ ਦੇ ਵਿੱਚ ਆ ਇੱਥੇ ਮੈਨੂੰ ਲੱਗਦਾ 60 ਏਕੜ ਦੇ ਨੇੜੇ ਤੇੜੇ ਹੈਗੀ ਸਾਡੇ ਕੋਲ ਤੇ ਫਿਰ ਓਲੀਵਰ ਹੈਗੇ 10 ਏਕੜ ਟਾਊਨ ਤੋਂ ਬਾਹਰ ਤੇ ਫਿਰ ਮੇਰੇ ਛੋਟੇ ਬ੍ਰਦਰ ਦਾ ਵਿੰਜਾਰਡ ਹੈ ਉਹ ਵੀ ਸਾਡੇ ਪ੍ਰੋਡਕਸ਼ਨ 'ਚ ਹੀ ਆਉਂਦਾ ਉਹ ਹੈਗਾ ਕੋਲਡ ਸਟ੍ਰੀਮ ਦੇ ਵਿੱਚ ਇੱਥੋਂ ਨੌਰਥ ਆ ਥੋੜ੍ਹਾ ਜਿਹਾ ਸਾਥੋਂ ਕੁੱਲ ਬਣਾ ਕੇ ਜਾਣੀ ਦੀ ਹੋ ਜਾਂਦੇ ਆ 80 ਏਕੜ ਦੇ ਨੇੜੇ 85 ਏਕੜ ਦੇ ਨੇੜੇ। ਓਕੇ ਜੀ ਅਤੇ ਤੁਹਾਡੇ ਕਿੰਨੇ ਆਪਰੇਸ਼ਨ 'ਚ ਕਿੰਨੇ ਲੋਕ ਕੰਮ ਕਰ ਰਹੇ ਨੇ ਅੱਜ ਤੁਹਾਡੇ ਨਾਲ ਜੁੜੇ ਹੋਏ ਨੇ ਜਿਹੜੇ ਕਿੰਨੇ ਜਿਹੜੇ ਐਮਪਲਾਈ ਹੈ ਸਾਡੇ? ਮੈਨੂੰ ਲੱਗਦਾ ਵੀ ਇਸ ਮੌਕੇ ਸਾਡੇ ਕੋਲ 30 ਦੇ ਨੇੜੇ ਐਮਪਲਾਈ ਹੋਣੇ ਆ। ਅੱਛਾ ਜੀ ਤੇ ਜਿਹੜੇ ਕਿਉਂਕਿ ਵਿੰਜਾਰਡ ਦੇ ਵਿੱਚ ਵੀ ਇਸ ਰੁੱਤ ਕਾਫੀ ਬੰਦੇ ਚਾਹੀਦੇ ਹੁੰਦੇ ਤੇ ਹਾਂਜੀ ਜਿਹੜੇ ਹੈਗੇ 30 ਐਮਪਲਾਈ ਸਾਡੇ ਆਲਮੋਸਟ ਰਹਿੰਦੇ ਆ ਅਬਾਊਟ 10 ਕੁ ਮਹੀਨੇ ਤਾਂ 30 ਰਹਿੰਦੇ ਆ ਪੇਰੋਲ ਤੇ ਤੇ 10 ਮਹੀਨਿਆਂ ਤੋਂ ਬਾਅਦ ਜਿਹੜੇ ਹੈਗੇ 5-7 ਘੱਟ ਜਾਂਦੇ ਆ ਕਿਉਂਕਿ ਜਿਹੜੇ ਸਾਡੇ ਫਾਰਮ ਵਰਕਰ ਉਹ ਵਾਪਸ ਚਲੇ ਜਾਂਦੇ ਆ। ਅਸੀਂ ਹੈਗੇ ਫੋਰਨ ਵਰਕਰ ਸਾਡੇ ਹੁੰਦੇ ਆਪਣੇ ਮੈਕਸੀਕੋ ਤੋਂ ਉਹ ਚਲੇ ਜਾਂਦੇ ਆ ਵਾਪਸ ਆਪਣੇ ਅਕਤੂਬਰ ਦੇ ਵਿੱਚ ਕਈ ਵਾਰ ਨਵੰਬਰ ਦੇ ਵਿੱਚ ਆਉਂਦੇ ਉਹ ਹੈਗੇ ਆਪਣੇ ਮਾਰਚ ਦੇ ਵਿੱਚ ਉਹ ਠੰਡ ਨਹੀਂ ਪਸੰਦ ਕਰਦੇ ਪਹਿਲਾਂ ਪਹਿਲਾਂ ਭੱਜਣ ਨੂੰ ਫਿਰਦੇ ਰਹਿੰਦੇ ਆ। ਉੱਦਾਂ ਕੰਟੀਨਿਊ ਜੇ ਕਹੀਏ ਤਾਂ 22 ਤੋਂ 25 ਕੰਪਲਾਈ ਕੰਟੀਨਿਊ ਸਾਡੇ ਹੈਗੇ ਅਰਾਊਂਡ। ਠੀਕ ਹੈ ਸਰ ਆਪਾਂ ਗੱਲ ਕਰਦੇ ਹਾਂ ਜਿਹੜੀ ਵਾਈਨ ਮੇਕਿੰਗ ਹੈ ਉਹਦੇ ਮਕੈਨਿਕਸ ਬਾਰੇ ਅਤੇ ਬਿਜ਼ਨਸ ਮਾਡਲ ਬਾਰੇ ਪਰ ਉਹ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਅਤੇ ਜਿਹੜੇ ਲਿਸਨ ਕਰ ਰਹੇ ਨੇ ਲਿਸਨਰਸ ਨੇ ਉਹਨਾਂ ਨਾਲ ਥੋੜ੍ਹੇ ਜਿਹੇ ਨੰਬਰ ਸ਼ੇਅਰ ਕਰਨਾ ਚਾਹੁੰਦਾ ਸੀ ਅਤੇ ਇਹ ਨੰਬਰ ਜਿਹੜੇ ਨੇ ਇਹ ਜਸਟ ਕੰਟੈਕਟਸ ਦੇਣ ਲਈ ਲੋਕਾਂ ਨੂੰ ਕਿ ਜਿਹੜੀ ਵਾਈਨ ਇੰਡਸਟਰੀ ਆ ਉਹ ਕਿੰਨੀ ਕੁ ਵੱਡੀ ਹੈ ਜਾਂ ਕਿੰਨੀ ਕੁ ਛੋਟੀ ਆ ਅਤੇ ਉਹ ਤੋਂ ਬਾਅਦ ਅਸੀਂ ਵਾਈਨ ਦੀ ਗੱਲ ਕਰਾਂਗੇ ਜਿਹੜਾ ਬਿਜ਼ਨਸ ਮਾਡਲ ਆ। ਅਤੇ ਇਹ ਜਿਹੜੇ ਨੰਬਰ ਨੇ ਸਰ ਜਿਹੜੀ ਵਾਈਨ ਇੰਡਸਟਰੀ ਇਸ ਟਾਈਮ ਦੇ ਉੱਤੇ $11 ਬਿਲੀਅਨ ਇੰਡਸਟਰੀ $11 ਬਿਲੀਅਨ ਇੰਡਸਟਰੀ ਆ ਕੈਨੇਡਾ ਦੇ ਵਿੱਚ। ਜਿਹੜੇ ਦੋ ਮੇਨ ਏਰੀਆਜ਼ ਨੇ ਉਹ ਹੈ ਓਨਟਾਰੀਓ ਅਤੇ ਓਕਨਾਗਨ ਜਿੱਥੇ ਤੁਸੀਂ ਉਹ ਓਕਨਾਗਨ ਦੇ ਵਿੱਚ ਹਾਂਜੀ $2 ਬਿਲੀਅਨ ਤੋਂ ਜ਼ਿਆਦਾ ਵਾਈਨ ਰਿਲੇਟਿਡ ਟੂਰਿਜ਼ਮ ਹੈ ਜਿਹੜਾ ਉਹ ਕੈਨੇਡਾ ਅੱਜ ਦੀ ਡੇਟ ਦੇ ਵਿੱਚ ਕਰ ਰਿਹਾ $2 ਬਿਲੀਅਨ ਦਾ। 4.16 ਮਿਲੀਅਨ 4 ਮਿਲੀਅਨ ਵਾਈਨ ਰਿਲੇਟਿਡ ਜਿਹੜੇ ਟੂਰਿਸਟ ਨੇ ਉਹ ਕੈਨੇਡਾ 'ਚ ਹਰ ਸਾਲ ਆਉਂਦੇ ਨੇ। 638 ਵਾਈਨਰੀਜ਼ ਨੇ ਕੈਨੇਡਾ ਦੇ ਵਿੱਚ ਟੋਟਲ ਅੱਜ ਅਤੇ 1900 ਲਗਭਗ ਜਿਹੜੇ ਗ੍ਰੇਪ ਗਰੋਅਰਸ ਨੇ ਉਹ ਨੇ ਅਤੇ ਇਹ ਜਿਹੜੀ ਇੰਡਸਟਰੀ ਹੈ 45,000 ਤੋਂ ਵੀ ਜ਼ਿਆਦਾ ਜਿਹੜੀਆਂ ਨੌਕਰੀਆਂ ਨੇ ਉਹ ਪ੍ਰੋਵਾਈਡ ਕਰਦੀ ਆ ਅਤੇ ਇਹਦੇ ਵਿੱਚ ਸਰ ਤੁਸੀਂ ਵੀ ਬਹੁਤ ਵੱਡੀ ਕੰਟਰੀਬਿਊਸ਼ਨ ਕਰ ਰਹੇ ਹੋ। ਪਰ ਆਪਾਂ ਜਦੋਂ ਗੱਲ ਕਰਦੇ ਹਾਂ ਵਾਈਨ ਮੇਕਿੰਗ ਦੀ ਕਈ ਵਾਰੀ ਲੋਕਾਂ ਨੂੰ ਵਾਈਨ ਦੀ ਬੋਟਲ ਦਿਖਦੀ ਆ ਪਰ ਉਹਨਾਂ ਨੂੰ ਉਹਦਾ ਪ੍ਰੋਸੈਸ ਨਹੀਂ ਪਤਾ ਕਿ ਵਾਈਨ ਸ਼ੁਰੂ ਤੋਂ ਕਿੱਥੇ ਸ਼ੁਰੂ ਹੁੰਦੀ ਹੈ ਅਤੇ ਤੁਹਾਡੀ ਬੋਟਲ ਤੱਕ ਕਿਵੇਂ ਆਉਂਦੀ ਆ। ਆਈ ਥਿੰਕ ਜਦੋਂ ਮੈਂ ਚਾਰਟ ਪੜ੍ਹ ਰਿਹਾ ਸੀ ਕੋਈ ਉਹਦੇ 7 ਜਾਂ 8 ਸਟੈਪ ਨੇ ਟੋਟਲ ਗ੍ਰੇਪਸ ਪ੍ਰੋਸੈਸਿੰਗ ਤੋਂ ਲੈ ਕੇ ਫਰਮੈਂਟੇਸ਼ਨ ਤੱਕ ਤੋਂ ਉਸ ਤੋਂ ਬਾਅਦ ਪੈਕੇਜਿੰਗ। ਤੁਸੀਂ ਸਰ ਸਾਨੂੰ ਸਟੈਪ ਬਾਏ ਸਟੈਪ ਦੱਸ ਸਕਦੇ ਹੋ ਕਿ ਉਹ ਕੀ ਪ੍ਰੋਸੈਸ ਹੈ ਵਾਈਨ ਮੇਕਿੰਗ ਦਾ ਕਿੱਥੋਂ ਸ਼ੁਰੂਆਤ ਹੁੰਦੀ ਹੈ ਅਤੇ ਐਂਡ ਤੱਕ ਜਦੋਂ ਪੈਕੇਜਿੰਗ ਹੁੰਦੀ ਹੈ ਉਹ ਕੀ ਲੱਗਦਾ ਪ੍ਰੋਸੈਸ? ਹਾਂਜੀ ਜਿਹੜੀ ਵਾਈਨ ਦੀ ਸ਼ੁਰੂਆਤ ਹੁੰਦੀ ਹੈ ਉਹ ਅਸਲ ਵਿੰਜਾਰਡ ਤੋਂ ਹੁੰਦੀ ਹੈ। ਜਿਹੜੇ ਹੁਣ ਆਮ ਇੰਡਸਟਰੀ ਦੇ ਵਿੱਚ ਹੁੰਦਾ ਵੀ ਜਿਹੜੀ ਵਿੰਜਾਰਡ ਬਣਾਈ ਨਹੀਂ ਜਾਂਦੀ ਉਹ ਗਰੋ ਕੀਤੀ ਜਾਂਦੀ ਹੈ। ਜਿਹੜਾ 90% ਤੁਹਾਡਾ ਵਰਕ ਆ ਉਹ ਵਿੰਜਾਰਡ 'ਤੇ ਹੁੰਦਾ ਕਿਉਂਕਿ ਤੁਸੀਂ ਜੇ ਗੁੱਡ ਫਰੂਟ ਹੋਊਗਾ ਤਾਂ ਗੁੱਡ ਵਾਈਨ ਬਣੂਗੀ। ਜਿਹੜਾ ਵਧੀਆ ਫਰੂਟ ਤੋਂ ਤੁਸੀਂ ਘਟੀਆ ਵਾਈਨ ਤਾਂ ਬਣਾ ਸਕਦੇ ਪਰ ਘਟੀਆ ਫਰੂਟ ਤੋਂ ਵਧੀਆ ਵਾਈਨ ਨਹੀਂ ਬਣਾ ਸਕਦੇ। ਠੀਕ ਹੈ ਜੀ ਉਹ ਬਹੁਤ ਜ਼ਰੂਰੀ ਹੈ ਵੀ ਤੁਹਾਡਾ ਜਿਹੜਾ ਫਰੂਟ ਆ ਉਹ ਜਦੋਂ ਗਰੋ ਕਰਨਾ ਉਹਨੂੰ ਟੈਨਸ਼ਨ ਪੇ ਕੀਤੀ ਜਾਵੇ ਤੁਹਾਡੀ ਪੂਰਾ ਹੈ ਨਾ ਸਾਂਭ ਸੰਭਾਲ ਕੀਤੀ ਜਾਵੇ ਉਹ 'ਚ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ ਕੋਈ ਤੁਹਾਨੂੰ ਜੇ ਇਨਸੈਕਟ ਦਾ ਡੈਮੇਜ ਹੁੰਦਾ ਤਾਂ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਇਨਸੈਕਟ ਤੁਹਾਡੇ ਪੱਤਿਆਂ ਨੂੰ ਡੈਮੇਜ ਕਰ ਦਿੰਦਾ ਤਾਂ ਉਹਦੀ ਜਿਹੜੀ ਸ਼ੂਗਰ ਕੰਟੈਂਟ ਨਹੀਂ ਓਨਾ ਬਣਦਾ ਅਤੇ ਮੈਜੋਰਟੀ ਦਾ ਫਰਕ ਪੈ ਜਾਂਦਾ ਹੈ ਨਾ। ਅਤੇ ਮੇਨ ਇਹ ਹੈਗਾ ਵੀ ਗ੍ਰੇਪ ਗਰੋਇੰਗ ਹੈ ਜਿਹੜੀ ਮੋਸਟ ਇੰਪੋਰਟੈਂਟ ਇਹਦੇ ਵਿੱਚ ਹੈਗੀ ਸਟੈਪ ਹੈ। ਅਤੇ ਉਦੋਂ ਜਿਹੜਾ ਅਗਲਾ ਸਟੈਪ ਹੈ ਉਹ ਹੈਗਾ ਸਾਡਾ ਹਾਰਵੈਸਟ ਦਾ। ਹਾਰਵੈਸਟ ਹੁੰਦੀ ਹੈਗੀ ਆਪਣੇ ਸਤੰਬਰ-ਅਕਤੂਬਰ ਦੇ ਵਿੱਚ ਕਿਉਂ ਇਹ ਵੀ ਅਗੇਨ ਹੁਣ ਹੈਗੀ ਵੈਦਰ ਡਰਿਵਨ ਚੀਜ਼ਾਂ ਨੇਗੀਆਂ ਜੇ ਤਾਂ ਅਰਲੀ ਸੀਜ਼ਨ ਸਟਾਰਟ ਹੋ ਗਿਆ ਅਰਲੀ ਹੋਊਗੀ ਥੋੜ੍ਹੀ ਜਿਹੀ फिर थोड़ा जिहड़ा टैंपरेचर जिहड़ा हैगा जे तां वधिया रहा अपने ग्रोइंग सीजन थोड़ी अर्ली हो जाती है। कई बार टैंपरेचर अर्ली सीजन जो लो रहा उन्हें ग्रेप की ग्रोथ नहीं अर्ली सीजन होंगी तो अपना जी हैगी जी हारवेस्ट भी डिले हो जाती है। तो बाली गर्मी पै जाए फिर भी हारवेस्ट कई बार डिले हो जाती है क्योंकि जो ज़्यादा गर्मी पैंदी है उदों भी ग्रेप्स है जिहड़े आपदा इन्हां दा काम करना छड्ड जांदे आ क्योंकि लिविंग ऑर्गेनिजम अपने लिए भी जे आपां ज़्यादा गर्मी आपां भी काम छड्ड के कहंदे चलो यार शामे बह जाइए है ना। तो वही ग्रेप्सां का भी फिर यही काम होंगे जो गर्मी ज़्यादा हो जाती है तो इन्हां दा जिहड़ा प्रोसैस है वो कम हो बंद हो जाता है अपना शुगर बनाना बंद कर देंगे ये सर्वाइवर मोड चले जाते हैं है ना। तो जो ज़्यादा लगातार से भी दो महीने असीं लगातार गर्मी पई आ उहदा भी सानूं बड़ा बेनीफिट नहीं हुंदा। जो 32-33 डिग्री तो ज़्यादा टैंपरेचर चले जाता फिर ग्रेप सट डाउन होने शुरू हो जाते मेजोरिटी। तो सप्टंबर अक्तूबर च हारवेस्ट होंगी है। तो हारवेस्ट करके जो पहला स्टैप है वाइट के खातर तो यह है भी तुसीं डीस्टेम करते हो डीस्टेम करके जिहड़े स्टेम है वड्ड कढता तो जी अपनी हैगी वेरी वो थले एक अदर पैन मशीन के थले चली जाती है उन्होंने असीं पंप करके प्रैस च भेज देंगे। तो प्रैस तो जिहड़ा जूस निकलता वो टैंक जाता है उन्होंने कहने सैटलिंग टैंक वो 24 घंटे असीं रखते हैं उन्होंने जूस में 24 घंटे बाद जो जूस है उत्तों उत्तों नितरिया वा जूस चक लईदा जो सॉलिड आ थले बह जाता है जो नितरिया जूस आ बखरे टैंक च पा के वो जो है फर्मेंटेशन शुरू की जाती है। तो जी वो हैगा फर्मेंटेशन टैंक उन्होंने कह दें है ना। तो फर्मेंटेशन का प्रोसैस है जोड़ा वो है आलमोस्ट तुहाडा 2 ਤੋਂ ਲੈ ਕੇ 8 ਵੀਕਾਂ तक डिपेंड करता तुसीं किदां फरमेंट करते हो ना। तो जे कोल्ड टैंपरेचर से करिए थोड़ा लॉन्ग लगता टाइम लग जाता जे स्लो अपने थोड़ा जिहा हॉट टैंपरेचर से करिए तो जी फरमेंटेशन है वो छेती हो जाती है। तो जोड़ा है रैड वाइन का प्रोसैस वो थोड़ा जिहा डिफरेंट आ क्योंकि जी रैड वाइन आ उहदा कलर स्किन तो आउंदा है आम जिहड़ा मोस्ट ग्रेप्सां दा हुंदा ना अपना ग्रेप्सां दा जूस हुंदा अंदरों वो चिट्टा ही हुंदा मोस्टली बहुत थोड़े ग्रेप्स है जिन्हें रैड जूस निकलता हो। तो जे आप इसे प्रोसैस ना कर दिए जिवें वाइट करते हैं तो उन्होंने तो भी वाइट वाइन ही बन जाती है। तो वो तो कलर वास्ते सानू की करना पैंदा असीं जिहड़ा है जो डिस्टेम करके ना वो सीधे ही टैंक चले जाते हैं। जो टैंक चले गए तो उन्होंने उत्थे फरमेंट करना पहला फरमेंटेशन नाल रैड नूं थोड़ा जिहा जिहड़ा है वाइट नालों हाई टैंपरेचर ते फरमेंट किया जाता है। तो ਉਹਦੇ ਨਾਲ ਕੀ ਹੁੰਦਾ ਜਦੋਂ ਫਰਮੈਂਟੇਸ਼ਨ ਹੁੰਦੀ ਹੈ ਆਪਣੀ ਅਲਕੋਹਲ ਬਣਦੀ ਹੈ ਤੇ ਥੋੜੀ ਜਿਹੀ ਹੀਟ ਹੁੰਦੀ ਹੈ ਉਹਦੇ ਨਾਲ ਸਕਿਨ ਤੋਂ ਕਲਰ ਐਕਸਟ੍ਰੈਕਟ ਹੁੰਦਾ ਤੇ ਉਹਦੇ ਨਾਲ ਦਾ ਕਲਰ ਬਣਦਾ। ਤੇ ਜਦੋਂ ਫਰਮੈਂਟ ਹੋ ਜਾਂਦੀ ਹੈ ਫਿਰ ਉਹਨੂੰ ਪ੍ਰੈਸ ਕਰੀਦਾ ਪ੍ਰੈਸ ਕਰਕੇ ਰੈੱਡ ਵਾਈਨ ਤੇ ਉਦੋਂ ਬਾਅਦ ਫਿਰ ਉਹਨੇ ਉਹੀ ਪ੍ਰੋਸੀਜਰ ਨੇ ਟੈਂਕ ਜਾਣਾ ਟੈਂਕ ਤੋਂ ਰੈਕ ਕਰਕੇ ਅਸੀਂ ਦੂਜੇ ਟੈਂਕ 'ਚ ਪਾਉਣੀ ਹੈ। ਤੇ ਉਹ ਰੈੱਡ ਵਾਈਨ 'ਚ ਇੱਕ ਹੋਰ ਫਰਮੈਂਟੇਸ਼ਨ ਹੁੰਦੀ ਉਹਨੂੰ ਕਹਿੰਦੇ ਸੈਕੰਡਰੀ ਫਰਮੈਂਟੇਸ਼ਨ ਜਿਹੜੀ 'ਚ ਤੁਸੀਂ ਜਿਹੜਾ ਹੈਗਾ ਨਾ ਮੈਲਿਕ ਐਸਿਡ ਨੂੰ ਲੈਕਟਿਕ ਦੇ ਵਿੱਚ ਕਨਵਰਟ ਕਰਦੇ ਹੋ। ਮੈਲਿਕ ਐਸਿਡ ਹੁੰਦਾ ਥੋੜਾ ਜਿਹਾ ਹਾਰਸ਼ ਐਸਿਡ ਕਹਿੰਦੇ ਆ ਅਸੀਂ ਉਹਨੂੰ ਜਿਹੜਾ ਲੈਕਟਿਕ ਆ ਉਹ ਆਪਣੇ ਦੁੱਧ ਵਾਂਗੂ ਸੌਫਟ ਹੈ ਨਾ ਦੁੱਧ ਦੇ ਵਿੱਚ ਹੁੰਦਾ ਜਿਹੜਾ। ਤੇ ਉਹਦੇ ਨਾਲ ਜਿਹੜੀ ਹੈਗੀ ਉਹ ਪ੍ਰੋਸੈਸ ਵੀ ਆਲਮੋਸਟ ਕਈ ਵਾਰ ਮਹੀਨਾ ਵੀ ਲੱਗ ਜਾਂਦਾ ਸਲੋ ਚੱਲਦਾ ਕਈ ਵਾਰ ਪਹਿਲਾਂ ਵੀ ਹੋ ਜਾਂਦਾ। ਉਹਦੇ ਵਾਸਤੇ ਤੁਹਾਨੂੰ 20 ਡਿਗਰੀ ਐਟਲੀਸਟ 21 ਡਿਗਰੀ ਟੈਂਪਰੇਚਰ ਮੇਨਟੇਨ ਕਰਨਾ ਪੈਂਦਾ। ਤੇ ਜਦੋਂ ਉਹ ਪ੍ਰੋਸੈਸ ਹੋ ਜਾਂਦਾ ਉਦੋਂ ਬਾਅਦ ਫਿਰ ਰੈੱਡ ਵਾਈਨ ਅਸੀਂ ਬੈਰਲਾਂ 'ਚ ਪਾਉਂਦੇ ਹੈਗੇ ਜਿਹੜੀ ਵਾਈਟ ਆ ਉਹਦੀ ਫਾਈਨਿੰਗ ਫਿਲਟਰਿੰਗ ਸ਼ੁਰੂ ਕਰ ਦਈਦੀ ਹੈ ਸਟੇਬਲ ਕੋਲਡ ਸਟੇਬਲ ਕਰਨੀ ਹੀਟ ਸਟੇਬਲ ਕਰਨੀ ਉਹ ਚੀਜ਼ਾਂ ਹੈਗੀਆਂ ਵਾਈਟ ਦੇ ਵਿੱਚ। ਜਿਹੜੇ ਜਿਵੇਂ ਹੁਣ ਕੋਲਡ ਸਟੇਬਲ ਕੀ ਆ ਉਹ ਪ੍ਰੋਸੈਸ ਹੈਗਾ ਵੀ ਜੇ ਤੁਸੀਂ ਵਾਈਨ ਸਾਥੋਂ ਖਰੀਦ ਕੇ ਲੈ ਗਏ ਉਹ ਤੁਸੀਂ ਫਰਿੱਜ 'ਚ ਲੰਬਾ ਸਮਾਂ ਲਈ ਰੱਖਤੀ ਜੇ ਕੋਲਡ ਸਟੇਬਲ ਦੇ ਵਿੱਚ ਕੀ ਹੋਣਾ ਥੱਲੇ ਨਿੱਕੇ ਨਿੱਕੇ ਜਿਹੜੇ ਕ੍ਰਿਸਟਲ ਜੇ ਬਣ ਜਾਂਦੇ ਆ ਉਹ ਕਈ ਵਾਰ ਤਾਂ ਜ਼ਿਆਦਾ ਸੁੱਟ ਹੋਣਾ ਲੱਗਦਾ ਵੀ ਗਲਾਸ ਟੁੱਟ ਕੇ ਵਿੱਚ ਡਿੱਗਿਆ ਵਾ। ਤੇ ਅਗਲਾ ਕਈ ਵਾਰ ਡਰ ਜਾਂਦਾ ਵੀ ਸਾਨੂੰ ਗਲਾਸ ਆ ਵੀ ਵਾਈਨ ਦੀ ਕੁਆਲਿਟੀ ਦੀ ਪ੍ਰੋਬਲਮ ਆ है ना वो हो जाता। वो सानू करनी पैंदी है कोल्ड स्टेबल फिर वो चीज़ नहीं हैपन होंदी पहला असीं इत्थों ही करके वाइन नूं ठंडी करके अपने जिहड़ा कोल्ड टैंपरेचर ते रखी दी है खासा टाइम फिर वो जिहड़े क्रिस्टल उहदी ड्रॉप हो जाते उदों बाद वो दुबारे फॉर्म बहुत घट होंदे जे वो प्रोसेस कर दी है। दूजा हैगी हीट स्टेबिलिटी हैगी जिवें हुण तुसीं अगनागन च आए हो तुसीं वाइन लै लई ਵਾਈਨ ਤੁਸੀਂ ਕਾਰ ਦੇ ਵਿੱਚ ਧਰ ਕੇ ਜਾਂ ਭੁੱਲ ਗਏ ਜਾਂ ਵੀ ਉੱਦਾਂ ਹੀ ਫਿਰਦੇ ਰਹੇ ਵੀ ਚੱਲ ਕੋਈ ਨਹੀਂ ਵੀ ਅਸੀਂ ਇੱਥੇ ਵੀ ਜਾਏ ਇੱਥੇ ਜਾਈਏ ਹੈ ਨਾ ਉਹ ਹੀਟ ਗਰਮ ਹੋ ਜਾਂਦੀ ਹੈ ਵਾਈਨ। ਜੇ ਗਰਮ ਹੀਟ ਆਪਣੀ ਜੇ ਵਾਈਨ ਹੀਟ ਸਟੇਬਲ ਨਹੀਂ ਹੈ ਤੇ ਗਰਮੀ ਨਾਲ ਕੀ ਹੁੰਦਾ ਉਹ ਕਲਾਉਡੀ ਹੋ ਜਾਂਦੀ ਹੈ। ਓਕੇ ਤੇ ਉਹ ਪ੍ਰੋਟੀਨ ਕਹਿੰਦੇ ਉਹਨੂੰ ਪ੍ਰੋਟੀਨ ਡ੍ਰੌਪ ਕਰ ਜਾਂਦੀ ਹੈ ਤੇ ਉਹ ਵੀ ਫਿਰ ਵਧੀਆ ਨਹੀਂ ਲੱਗਦੀ। ਹਾਲ ਦੇਖੋ ਯਾਰ ਵੀ ਲਈ ਤਾਂ ਉੱਥੋਂ ਵਧੀਆ ਨਿਤਰੀ ਵੀ ਸੀ ਹੁਣ ਇਹ ਉਹਦੀ ਖਾਤਰ ਸਾਨੂੰ ਹੈਗਾ ਜਿਹੜਾ ਕਰਨਾ ਪੈਂਦਾ ਹੀਟ ਸਟੇਬਲ ਕਰਨੀ ਪੈਂਦੀ ਹੈ। ਉਹਦੇ 'ਚ ਕੀ ਹੈ, ਇਹ ਪ੍ਰੋਟੀਨ ਸਟੇਬਲ ਵੀ ਕਹਿ ਦਿੰਦੇ ਆ, ਹੀਟ ਸਟੇਬਲ ਵੀ ਕਹਿ ਦਿੰਦੇ ਆ। ਉੱਦਾਂ ਪ੍ਰੋਟੀਨ ਜਿਹੜਾ ਟੈਕਨੀਕਲ ਵਰਡ ਆ, ਪ੍ਰੋਟੀਨ ਸਟੇਬਲ ਹੋਣੀ ਚਾਹੀਦੀ ਆ ਵਾਈਨ, ਉਹ ਹੈ। ਉਹਦੇ ਲਈ ਪ੍ਰੋਟੀਨ ਆ ਜਿਹੜੀ ਪੋਜ਼ੀਟਿਵਲੀ ਚਾਰਜ ਹੁੰਦੀ ਹੈ, ਫਿਰ ਉਹਦੇ 'ਚ ਅਸੀਂ ਕਲੇ ਪਾਉਂਦੇ ਹਾਂ ਜਿਹੜੀ ਨੈਗੇਟਿਵਲੀ ਚਾਰਜ ਹੁੰਦੀ ਹੈ। ਓਕੇ, ਤੇ ਉਹ ਜਦੋਂ ਮਿਕਸ ਕਰਦੇ ਆ, ਉਹ ਪੋਜ਼ੀਟਿਵ ਤੇ ਨੈਗੇਟਿਵ ਇੱਕ ਦੂਜੇ ਨਾਲ ਬਾਉਂਡ ਹੋ ਕੇ ਥੱਲੇ ਬਹਿ ਜਾਂਦੇ ਆ, ਤੇ ਵਾਈਨ ਦੇ ਵਿੱਚੋਂ ਪ੍ਰੋਟੀਨ ਆ ਜਿਹੜੀ ਉਹ ਸਟੇਬਲ ਹੋ ਜਾਂਦੀ। ਫਿਰ ਗਾਹਾਂ ਵਾਲਾ ਪ੍ਰੋਸੈਸ ਹੈਗਾ, ਫਿਲਟਰ ਕਰਦੇ ਹੋ, ਫਿਲਟਰ ਕਰਕੇ ਬੋਟਲ, ਲੇਬਲ, ਆਲ ਦੈਟ, ਪੈਕੇਜਿੰਗ ਆ ਜਾਂਦੀ ਹੈ। ਤੇ ਰੈੱਡ ਦਾ ਅੱਡੋ ਅੱਡੀ ਪ੍ਰੋਸੀਜਰ ਆ। ਕਈ ਰੈੱਡ ਆ ਜਿਹੜੀਆਂ ਅਸੀਂ ਉਹ ਕਰਦੇ ਹੈਗੇ ਆ, ਇੱਕ ਸਾਲ ਲਈ ਪਾਉਂਦੇ ਆ ਵੈਰ ਦੇ ਵਿੱਚ, ਕੋਈ ਡੇਢ ਸਾਲ ਲਈ, ਕੋਈ 2 ਸਾਲ ਲਈ, ਕੋਈ 2.5 ਸਾਲ ਲਈ। ਤੇ ਜਿਹੜੀ ਸਭ ਤੋਂ ਓਲਡੈਸਟ ਵਾਈਨ ਮੇਰੀ ਹੈਗੀ, I just pull out from the barrel last year. It was 8 years. Oh wow! In a barrel. So now it's sitting in a steel tank, and probably we bottle it next year. That's awesome. That's awesome. It's a very complex process, है ना? जिसमें तो सीधा सा कि शुरुआत तो लेके एंड तक किन्ने सारे steps ने बचते, किन्ने सारी चीजें तो हमें make sure करनी पड़ती हैं, from temperature to this to that. Quality. हाँ जी, ते जे मैं तो पूछना होवे कि सब तो थोड़े ਵੱਡੇ ਚੈਲੰਜਸ ਨੇ ਜਿਹੜੇ ਪੂਰੇ ਪ੍ਰੋਸੈਸ ਦੇ ਵਿੱਚ, ਉਹ ਕੀ ਚੈਲੰਜਸ ਨੇ ਤੇ ਤੁਸੀਂ ਕਿਵੇਂ ਉਹਨੂੰ ਫੇਸ ਕਰਦੇ ਹੋ, ਜਾਂ ਕਿਵੇਂ ਉਹਦੇ ਲਈ ਪ੍ਰਪੇਅਰ ਕਰਕੇ ਰੱਖਦੇ ਹੋ? ਚੈਲੰਜ ਮਤਲਬ ਤਾਂ ਚੈਲੰਜ ਤਾਂ ਕੋਈ ਵੀ ਨਹੀਂ ਹੁੰਦਾ, ਤੁਸੀਂ ਸਿੱਖਣਾ ਹੀ ਹੁੰਦਾ ਤੋਂ। ਠੀਕ ਹੈ ਜੀ, ਐਵੇਂ। ਹਾਂਜੀ, ਤੇ ਜਾਂ ਤੋਂ ਵੱਡਾ ਚੈਲੰਜ ਐਕਚੁਅਲੀ ਹੈਗਾ ਸਾਨੂੰ ਬੰਦੇ ਲੱਭਣਾ। ਅੱਛਾ, ਕੰਮ ਵਾਲੇ ਬੰਦੇ ਤੁਹਾਨੂੰ ਨਾ ਨਹੀਂ ਮਿਲ ਰਹੇ, ਜਿਹੜਾ ਹੈਗਾ ਵੀ ਜਿਵੇਂ ਹੁਣ ਹਾਰਵੈਸਟ ਲਈ ਵੀ ਬੰਦੇ ਚਾਹੀਦੇ ਆ ਜਿਹੜੇ, ਉਹ ਵੀ ਨਹੀਂ ਮਿਲਦੇ। ਉਹ ਸਭ ਤੋਂ ਵੱਡਾ ਚੈਲੰਜ ਹੈ। ਓਕੇ ਜੀ, ਤੇ ਉੱਦਾਂ ਤਾਂ ਜਦੋਂ ਤੁਹਾਡਾ ਚੈਲੰਜ ਜ਼ਿਆਦਾ ਹੁੰਦਾ ਜਿਹੜਾ ਉਹ ਵਿੰਜਾਰਡ 'ਚ ਹੁੰਦਾ ਵੀ ਤੁਹਾਡੇ ਬਿਮਾਰੀ ਨਾ ਹੋਵੇ, ਕੋਈ ਹੋਰ ਨਾ ਹੋਵੇ। ਜਦੋਂ ਫਰੂਟ ਗੋਟਾ ਫਿਰ ਗਾਹਾਂ ਚੈਲੰਜ ਨਹੀਂ ਕੋਈ ਹੁੰਦਾ ਐਡਾ ਵੱਡਾ। ਤੇ ਥੋੜ੍ਹਾ ਜਿਹਾ ਹਾਰਵੈਸਟ ਟਾਈਮ ਕਈ ਵਾਰਾਂ ਚੈਲੰਜ ਹੁੰਦਾ, ਜੇ ਫਰਾਸਟ ਅਰਲੀ ਪੈ ਜੇ ਹੈ ਨਾ। ਹਾਂਜੀ, ਉਹ ਮੋਸਟਲੀ ਫਿਰ ਸਾਨੂੰ ਜਿਹੜੀ ਕੁਇਕ ਹਾਰਵੈਸਟ ਕਰਨੀ ਪੈਂਦੀ ਆ ਆਪਣੇ ਰੈੱਡ ਗ੍ਰੇਪਸ ਦੀ, ਨਹੀਂ ਫਿਰ ਉਹਨਾਂ 'ਚ ਕਾਇੰਡ ਆਫ ਫਰਾਸਟ ਬਰਨ ਦਾ ਜਿਹੜਾ ਟੇਸਟ ਜਾਂ ਸਮੈਲ ਟੇਸਟ ਜਿਹੜਾ ਉਹ ਆਉਣ ਲੱਗ ਜਾਂਦਾ। ਠੀਕ ਹੈ ਜੀ। ਜਨਰਲ ਆਈ ਥਿੰਕ ਦੇ ਆਰ ਨਾਟ ਐਨੀ ਬਿਗ ਚੈਲੰਜ। ਵੀ ਆਰ ਫਾਰਮਰਸ, ਵੀ ਹੈਵ ਟੂ ਡੀਲ ਵਿਦ ਇਟ ਵਟਐਵਰ ਕਮਸ ਵਿਦ ਦ ਨੇਚਰ। ਸੋ ਯਾ ਯਾ ਦੈਟ ਮਾਈਂਡਸੈਟ ਆਫ ਬੀਇੰਗ ਅ ਫਾਰਮਰ, ਯੂ ਨੋ, ਕਿ ਨਹੀਂ ਜਿਹੜੀ ਫਾਰਮਿੰਗ ਆ ਨਾ, ਉਹ ਮੈਂ ਕਹਿੰਦਾ ਹੁੰਦਾ ਵੀ ਇਹ ਕੋਈ ਬਿਜ਼ਨਸ ਨਹੀਂ ਹੈ, ਇਹ ਲਾਈਫ ਸਟਾਈਲ ਹੈ। ਬਿਲਕੁਲ, ਜੇ ਤੁਸੀਂ ਇਹ ਜਿਹਾ ਲਾਈਫ ਸਟਾਈਲ ਰਹਿਣਾ ਸਿੱਖ ਲਿਆ ਤਾਂ ਫਿਰ ਇਹ ਗੁੱਡ ਹੈ। ਜੇ ਬਿਜ਼ਨਸ ਦੇ ਤੌਰ 'ਤੇ ਕਰਦੇ ਹੋ ਤਾਂ ਇਹਦੇ 'ਚ ਡਿੱਕੇ ਬਹੁਤ ਆ। ਨੇਚਰ ਆ ਜਿਹੜੀ ਸਭ ਤੋਂ ਵੱਡਾ, ਤਾਂ ਤੁਹਾਡਾ ਕੁਦਰਤ ਦੇ ਨਾਲ ਵਾਹ ਪੈਂਦਾ, ਜਿਹਦਾ ਇਹ ਨਹੀਂ ਪਤਾ ਵੀ ਅੱਜ ਕਿਵੇਂ ਆ ਤੇ ਕੱਲ੍ਹ ਨੂੰ ਕੀ ਹੋ ਜਾਣਾ ਹੈ ਨਾ। ਤੇ ਇਹ ਜੇ ਤਾਂ ਤੁਸੀਂ ਇਹਨੂੰ ਜੇ ਲਾਈਫ ਸਟਾਈਲ ਲੈਂਦੇ ਹੋ ਫਿਰ ਠੀਕ ਹੈ, ਜੇ ਅਜੇ ਬਿਜ਼ਨਸ ਲੈਂਦੇ ਹੋ ਦੈਨ ਇਟਸ ਲਾਟਸ ਚੈਲੰਜ। ਬਿਲਕੁਲ ਜੀ, ਤੁਸੀਂ ਕੁਦਰਤ ਦੀ ਗੱਲ ਕੀਤੀ ਤੇ ਮੈਂ ਵੀ ਇੱਕ ਕੁਐਸਚਨ ਉਹਦੇ ਰਾਊਂਡ ਪੁੱਛਣਾ ਸੀ। ਤੁਸੀਂ ਓਕਨਾਗਨ 'ਚ ਰਹਿੰਦੇ ਹੋ ਹੈ ਨਾ, ਓਕਨਾਗਨ BC ਦੇ ਵਿੱਚ ਇਸ ਟਾਈਮ ਦੇ ਉੱਤੇ ਜਿਹੜੀ ਵਾਈਲਡ ਫਾਇਰਸ ਨੇ ਉਹ ਬਹੁਤ ਜ਼ੋਰਾਂ ਦੇ ਉੱਤੇ ਨੇ। ਹਰ ਸਾਲ ਬਾਅਦ ਸਾਲ ਜਿਹੜਾ ਨੰਬਰ ਹੈ ਉਹ ਵੱਧਦਾ ਹੀ ਜਾ ਰਿਹਾ। ਓਕਨਾਗਨ ਏਰੀਆ ਦੇ ਵਿੱਚ ਸਪੈਸ਼ਲੀ ਭਾਵੇਂ ਉਹ ਸੋਇਸ ਸੀਗਾ ਤੇ ਇਵੈਕੂਏਸ਼ਨ ਵਾਰਨਿੰਗ ਸੀਗੀਆਂ, ਹਜੇ ਕੈਮਲੂਪਸ 'ਚ ਫਾਇਰ ਸੀਗੀ। ਤੇ ਇਹ ਥੋੜ੍ਹੇ ਜਿਹੇ ਨੰਬਰ ਨੇ ਜਿਹੜੇ ਦੱਸਦੇ ਨੇ ਕਿ ਵੀ ਵਾਈਲਡ ਫਾਇਰ ਸੀਜ਼ਨ ਕਿੰਨਾ ਕੁ ਖਰਾਬ ਚੱਲ ਰਿਹਾ ਇਸ ਟਾਈਮ ਕੈਨੇਡਾ ਦੇ ਵਿੱਚ ਤੇ ਓਕਨਾਗਨ ਦੇ ਵਿੱਚ। ਟੋਟਲ ਇਸ ਵਾਰੀ 1803 ਜਿਹੜੀ ਫਾਇਰਸ ਨੇ ਇਸ ਸਾਲ ਆਲਰੇਡੀ ਹਜੇ 6 ਮਹੀਨਿਆਂ ਦੇ ਵਿੱਚ ਲੱਗ ਚੁੱਕੀਆਂ ਨੇ। ਉਹਦੇ ਵਿੱਚੋਂ 376 ਜਿਹੜੀਆਂ ਨੇ ਉਹ ਐਕਟਿਵ ਫਾਇਰ ਨੇ, ਤੇ 12 ਜਿਹੜੀਆਂ ਫਾਇਰਸ ਨੇ ਇਹ ਪਿਛਲੇ 24 ਘੰਟੇ ਦੇ ਵਿੱਚ ਹੀ ਸ਼ੁਰੂ ਹੋਈਆਂ ਨੇ ਜਦੋਂ ਮੈਂ ਇਹ ਨੰਬਰ ਪੁੱਲ ਕੀਤੇ ਸੀਗੇ। ਤੇ ਕੁੱਲ ਮਿਲਾ ਕੇ 14,000 ਸਕੁਅਰ ਕਿਲੋਮੀਟਰ ਆ ਇਹ ਹਜੇ ਤੱਕ ਜਲ ਚੁੱਕਿਆ ਸਿਰਫ ਇਸ ਸਾਲ ਦੇ ਵਿੱਚ। ਤੇ ਸਰ ਜਦੋਂ ਤੁਸੀਂ ਉਸ ਏਰੀਆ ਦੇ ਵਿੱਚ ਹੋ ਜਿਹੜਾ ਏਰੀਆ ਇੰਨਾ ਮਤਲਬ ਸਸੈਪਟੇਬਲ ਹੈਗਾ ਵਾਈਲਡ ਫਾਇਰਸ ਲਈ, ਤੇ ਤੁਸੀਂ ਉਹਦੇ ਲਈ ਕੀ ਪ੍ਰੈਪਰੇਸ਼ਨ ਕਰਕੇ ਰੱਖਦੇ ਹੋ? ਦੇਖੋ ਜੀ, ਪ੍ਰੈਪਰੇਸ਼ਨ ਕੀ ਹੈ, ਇੱਕ ਤਾਂ ਤੁਹਾਨੂੰ ਲੋਕਾਂ ਨੂੰ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਬਾਹਰੋਂ ਲੋਕ ਆਉਂਦੇ ਆ ਤੇ ਜ਼ਿਆਦਾ ਮੈਜੋਰਟੀ ਜਿਹੜੀ ਫਾਇਰ ਆ ਨਾ ਉਹ ਮੈਨ ਬੰਦਿਆਂ ਤੋਂ ਸ਼ੁਰੂ ਹੁੰਦੀ ਹੈ। ਹੁਣ ਮੈਂ ਤਾਂ ਐਕਚੁਅਲੀ ਆਪਦੀ ਪ੍ਰੋਪਰਟੀ 'ਤੇ ਕਿਸੇ ਨੂੰ ਸਿਰਕਟ ਵੀ ਨਹੀਂ ਪੀਣ ਦਿੰਦਾ। ਓਕੇ, ਕਿਉਂਕਿ ਡਰਾਈ ਆ, ਕਿਸੇ ਸਿਰਕਟ 'ਤੇ ਵੱਟ ਚੜ੍ਹਤਾ ਇੱਥੇ ਉੱਤੇ ਅੱਗ ਲੱਗ ਜਾਣੀ ਹੈ। ਅਤੇ ਦੂਜਾ ਕਾਰਨ ਇਹ ਵੀ ਆ ਵੀ ਅਸੀਂ ਔਰਗੈਨਿਕ ਆ। ਮੈਂ ਲੋਕਾਂ ਨੂੰ ਕਹਿੰਦਾ ਵੀ ਪ੍ਰਮੋਟ ਜਿਹੜਾ ਹੈਲਥੀ ਲਾਈਫ ਸਟਾਈਲ 'ਚ ਹੈਲਥ ਜਿਹੜਾ ਹੈਗਾ, ਇਸ ਲਈ ਮੈਂ ਨਹੀਂ ਚਾਹੁੰਦਾ ਵੀ ਕੋਈ ਮੇਰੀ ਪ੍ਰੋਪਰਟੀ 'ਤੇ ਆ ਕੇ ਸਿਰਕਟਾਂ ਪੀਵੇ। ਅਤੇ ਇਹ ਜਿਹੜੇ ਮੇਨ ਤਾਂ ਲੋਕਾਂ ਨੂੰ ਤੁਹਾਨੂੰ ਦੱਸਣਾ ਪੈਂਦਾ। ਕਈ ਵਾਰ ਇੱਥੇ ਗੱਲਾਂ ਜੇ ਕੋਈ ਦੇਖ ਵੀ ਲਵੇ ਤਾਂ ਮੈਂ ਉਹਦੇ ਨਾਲ ਇੱਕ ਬਹਾਨਾ ਹੁੰਦਾ ਵੀ ਭਾਈ ਸਿਰਕਟ ਨਹੀਂ ਇੱਥੇ ਪੀ ਸਕਦਾ। ਉਦੋਂ ਗਾਹਾਂ ਵਾਲੇ ਗੱਲਬਾਤ ਹੁੰਦੀ ਹੈ ਵੀ ਕਿਉਂ ਹੈ ਨਾ। ਅਤੇ ਫਿਰ ਉਹਨਾਂ ਨੂੰ ਦੱਸੀ ਦਾ ਵੀ ਕਈ ਕਾਰਨ ਹੈ। ਇੱਕ ਤਾਂ ਸਾਡਾ ਇਹ ਡਰਾਈ ਹੈ ਇੱਥੇ, ਜੇ ਕਿਸੇ ਨੇ ਸਿਰਕਟ ਦਾ ਵੱਟ ਚੜ੍ਹਤਾ ਤਾਂ ਅੱਗ ਲੱਗ ਜਾਣੀ ਹੈ ਅਤੇ ਮੁੜ ਕੇ ਸਾਥੋਂ ਨਹੀਂ ਕੰਟਰੋਲ 'ਚ ਹੋਣੀ। ਜ਼ਿਆਦਾ ਜਿਹੜੀ ਸਿਰਕਟ ਵੱਟ ਲੋਕ ਚੜ੍ਹਦੇ ਆ ਉਹ ਚੜ੍ਹਦੇ ਆ ਜਿਹੜੇ ਆਪਣੇ ਏਰੀਏ 'ਚ ਆਉਂਦੇ ਜਿੱਥੇ ਮੀਂਹ ਮੂੰਹ ਜ਼ਿਆਦਾ ਹੋ ਜਾਂਦਾ, ਕਿਉਂ ਉੱਥੇ ਯੂਜ਼ਡ ਹੋਏ ਹੁੰਦੇ ਆ। ਤੇ ਇੱਥੇ ਆ ਕੇ ਉਹਨਾਂ ਨੂੰ ਫਿਰ ਉਹ ਕੰਜੂਟਿਵ ਆਉਟ ਸਿੱਟ ਦਿੰਦੇ ਆ। ਪਿਛਲੇ ਵੀਕ ਐਕਚੁਅਲੀ ਮੈਂ ਹਾਈਵੇ ਤੇ ਐਕਸਕਿਊਸ਼ਨ ਰੋਕਿਆ, ਉਹ ਸਰਕਟ ਬਾਹਰ ਨੂੰ ਕੱਢ ਰਹੇ ਸੀ ਸਿੱਟਣ ਨੂੰ। I pulled my truck next to them and told them not to do it. Yeah, that's good. So, somebody has to. ਨਹੀਂ ਤੁਹਾਨੂੰ ਦੱਸਣਾ ਹੁਣ ਉਹਨਾਂ ਨੂੰ, ਮੈਂ ਨਹੀਂ ਕਹਿੰਦਾ ਵੀ ਉਹਨਾਂ ਦਾ ਕਸੂਰ ਆ ਹਨਾ, ਕਿਉਂਕਿ ਉਹ ਜੂਝ ਟੂ ਹੋਇਆ, ਉਹ ਏਰੀਆ 'ਚੋਂ ਕਿਸੇ 'ਚੋਂ ਆਉਂਦੇ ਆ ਜਿੱਥੇ ਉੱਥੇ ਕਰ ਸਕਦੇ ਆ ਹਨਾ। ਉਹਦੇ ਲਈ ਵੀ ਜਿਹੜਾ ਐਜੂਕੇਸ਼ਨ ਹੈ ਲੋਕਾਂ ਲਈ ਬਹੁਤ ਜ਼ਰੂਰੀ ਆ ਵਾਈਲਡਫਾਇਰ ਲਈ। ਬਾਕੀ ਜਿਹੜੀ ਨੇਚਰ ਆ ਉਹ ਬਹੁਤ ਆਪਣੇ ਜੇ ਕਹਿ ਦਈਏ ਤਕੜੀ ਚੀਜ਼ ਹੈ, ਇਹਨੇ ਆਪਦਾ ਕੋਰਸ ਲੈਣਾ ਹੀ ਆ ਜਿਵੇਂ ਇਹਨੂੰ ਠੀਕ ਲੱਗਦਾ। ਜੇ ਆਪਾਂ ਕਹੀਏ ਵਾਈਲਡਫਾਇਰ ਕੀ ਆ, ਕਈ ਵਾਰਾਂ ਨੇਚਰ ਕਲੀਨਿੰਗ ਕਰਨ ਵਾਸਤੇ ਵੀ ਕਰਦੀ ਹੈ, ਵੀ ਹੁੰਦੇ ਆ ਲੱਗਦੀ ਹੈ। ਕਈ ਵਾਰਾਂ ਕਹਿੰਦੇ ਜੰਗਲਾਂ ਨੂੰ ਅੱਗ ਲੱਗ ਜਾਂਦੀ ਆ, ਉਹ ਚੰਗੀ ਹੁੰਦੀ ਆ। ਤੇ ਅਸਲ ਜਿਹੜਾ ਇਹ ਨੇਚਰ ਦਾ ਇੱਕ ਪ੍ਰੋਸੈਸ ਵੀ ਹੈ ਕਲੀਨ ਕਰਨਾ। ਬਿਲਕੁਲ ਬਿਲਕੁਲ ਜੀ। ਉਸੇ ਟੋਪਿਕ ਦੇ ਉੱਤੇ ਮੈਂ ਲਾਸਟ ਈਅਰ ਐਕਚੁਅਲੀ ਓਕਨਾਗਨ ਦੇ ਵਿੱਚ ਸੀਗਾ। ਮੈਨੂੰ ਵਾਈਨਰੀ ਨਹੀਂ ਯਾਦ ਕਿਹੜੀ ਵਾਈਨਰੀ ਸੀਗੀ, ਪਰ ਉਹਨਾਂ ਦੀ ਸੋਇਸ ਦੇ ਵਿੱਚ ਵਿਨਿਆਰਡ ਸੀਗਾ, ਤੇ ਜਿੱਥੇ ਉੱਥੇ ਵਾਈਲਡ ਫਾਇਰ ਸੀਗੀ। ਉਹਨਾਂ ਦੀ ਮੇਰੇ ਖਿਆਲ ਨਾਲ ਕ੍ਰੌਪ ਬਚ ਗਈ ਸੀਗੀ, ਪਰ ਉਹ ਜਿਹੜਾ ਇੱਕ ਸਮੋਕੀ ਫਲੇਵਰ ਆ ਉਹ ਪੂਰੇ ਉਹਨਾਂ ਦੇ ਹਾਰਵੈਸਟ ਦੇ ਉੱਤੇ ਆ ਗਿਆ ਸੀ। ਤੇ ਉਹਨਾਂ ਨੇ ਉਹੀ ਫਿਰ ਬੋਟਲ ਅਪ ਕੀਤੀ ਸੀ, ਤੇ ਅਸੀਂ ਜਦੋਂ ਟਰਾਈ ਕੀਤੀ ਉਹਦੇ ਵਿੱਚ ਤੁਹਾਨੂੰ ਜਿਹੜਾ ਸਮੋਕੀ ਐਸ਼ੀ ਫਲੇਵਰ ਹੈ ਉਹ ਵਾਈਨ ਦੇ ਵਿੱਚ ਐਕਚੁਅਲੀ ਆ ਰਿਹਾ ਸੀਗਾ। ਤੇ ਮਤਲਬ ਕਹਿਣ ਦਾ ਮਤਲਬ ਹੈ ਉਹਨਾਂ ਨੇ ਇੱਕ ਐਡਵਰਸਿਟੀ ਨੂੰ ਵੀ ਕਨਵਰਟ ਕਰਕੇ ਬਿਲਕੁਲ ਆਪਣਾ ਹੈ ਨਾ ਐਡਵਾਂਟੇਜ ਬਣਾ ਲਿਆ। ਉਹੀ ਕਹਿੰਦੇ ਫਾਰਮਿੰਗ ਆ ਨਾ, ਤੁਸੀਂ ਉਹਨੂੰ ਕਿਵੇਂ ਕਰਨਾ ਵੀ ਆਹ ਭਾਈ ਐਂ ਹੋ ਗਿਆ ਹੁਣ ਅਸੀਂ ਆਹ ਕਰ ਲਿਆ। ਜਿਹੜਾ ਹੈਗਾ ਇਹ ਪ੍ਰੋਬਲਮ ਆ ਜਾਂਦੀ ਹੈ ਜਦੋਂ ਲੇਟ ਸੀਜ਼ਨ ਦੇ ਵਿੱਚ ਫੈਰ ਰਹਿੰਦੀ ਹੈ। ਜਿਵੇਂ ਹੁਣ ਗ੍ਰੇਪਸ ਪੱਕਣ ਲੱਗ ਗਏ, ਇਹ ਤੋਂ ਬਾਅਦ ਜਿਹੜਾ ਧੂੰਆਂ ਨਾ ਉਹ ਜ਼ਿਆਦਾ ਇਫੈਕਟ ਕਰਦਾ ਗ੍ਰੇਪਸਾਂ ਨੂੰ। ਜੇ ਤੂੰ ਪਹਿਲਾਂ ਹੋਵੇ ਉਹ ਘੱਟ ਕਰਦਾ। ਓਕੇ, ਤੇ ਜਿਹੜੇ ਸਕਿਨ ਰਾਹੀਂ ਉਹ ਫਿਰ ਜਿਹੜਾ ਹੈਗਾ ਆਪਣਾ ਫਲੇਵਰ ਲੈਣਾ ਸ਼ੁਰੂ ਕਰ ਦਿੰਦੇ ਆ। ਤੇ ਕਈ ਵਾਰ ਤਾਂ ਕਾਫੀ ਬੈਡ ਇਫੈਕਟ ਹੁੰਦਾ ਵੀ ਤੁਹਾਨੂੰ ਵਾਈਨ ਕਈ ਵਾਰ ਡਰਿੰਕੇਬਲ ਵੀ ਨਹੀਂ ਹੁੰਦੀ। ਤਾਂ ਫਲੇਵਰ ਬਾਈ ਚੜਾਉਂਦਾ, ਜੇ ਥੋੜਾ ਫਲੇਵਰ ਹੋਵੇ ਤਾਂ ਦੈਟਸ ਪੋਜ਼ੀਟਿਵ ਹੈ ਨਾ। ਜਿਵੇਂ ਹੁਣ ਤੁਸੀਂ ਟੇਸਟ ਕੀਤਾ, ਉਹ ਤੁਹਾਨੂੰ ਲੱਗਿਆ ਵੀ ਠੀਕ ਹੈ। ਜੇ ਬਾਹਲਾ ਜ਼ਿਆਦਾ ਹੋਵੇ ਤਾਂ ਉਹਦਾ ਜਿਹੜਾ ਸਮੈਲ ਹੈਗੀ ਨਾ ਉਹ ਹੁੰਦੀ ਹੈ ਜਿਵੇਂ ਆਪਣੇ ਕਾਰ ਦੇ ਵਿੱਚ ਐਸਟ੍ਰੇ ਨਹੀਂ ਹੁੰਦੀ ਸਿਗਰਟਾਂ ਵਾਲੀ, ਉਹਦੇ ਵਰਗੀ ਸਮੈਲ ਹੁੰਦੀ ਹੈ। ਫਿਰ ਉਹ ਤੁਹਾਨੂੰ ਵਧੀਆ ਨਹੀਂ ਲੱਗਦੀ। ਪਰ ਓਵਰ ਦਾ ਈਅਰ ਜਿਹੜੀ ਸੈਂਸ ਹੈਗੀ ਉਹ ਵੀ ਤਰੱਕੀ ਕਰਦੀ ਰਹਿੰਦੀ ਹੈ। ਬਿਲਕੁਲ। ਤੇ ਉਹਦੇ ਨਾਲ ਜਿਹੜਾ ਹੈਗੇ ਨਵੇਂ ਫਿਲਟਰੇਸ਼ਨ ਮਸ਼ੀਨਾਂ ਨੇ ਜਿਹੜੇ ਤੁਸੀਂ ਉਹ ਸਮੋਕ ਟੈਂਟ ਕਹਿੰਦੇ ਆ ਉਹਨੂੰ ਰਿਮੂਵ ਵੀ ਕਰ ਸਕਦੇ ਹੋ ਵਧੀਆ ਵਾਈਨ ਬਣਾਉਣ ਦਾ। ਓਕੇ ਜੀ, ਵੈਰੀ ਵੈਰੀ ਇੰਟਰਸਟਿੰਗ। ਸਿਰਫ ਗੱਲ ਕਰਦੇ ਹਾਂ ਔਰਗੈਨਿਕ ਫਾਰਮਿੰਗ ਦੀ। ਤੇ ਔਰਗੈਨਿਕ ਜਿਹੜਾ ਵਰਡ ਹੈ ਜਨਰਲ ਕਈ ਵਾਰੀ ਐਂ ਲੱਗਦਾ ਕਿ ਜਿਵੇਂ ਬਜ਼ ਵਰਡ ਹੁੰਦਾ ਹੈ ਨਾ ਕਿ ਸਾਰੇ ਹੁਣ ਔਰਗੈਨਿਕ ਚੀਜ਼ਾਂ ਲੱਭ ਰਹੇ ਨੇ, ਔਰਗੈਨਿਕ ਤੇ ਔਰਗੈਨਿਕ। ਪਰ ਕਈ ਲੋਕੀ ਮਤਲਬ ਜਿਹੜੀ ਔਰਗੈਨਿਕ ਦੀ ਜਿਹੜੀ ਭਾਸ਼ਾ ਉਹ ਸਮਝਦੇ ਨਹੀਂ ਕਿ ਵੀ ਐਕਚੁਅਲੀ ਵਾਟ ਡਜ਼ ਦੈਟ ਮੀਨ। ਤੇ ਜੇ ਤੁਸੀਂ ਕਿਸੇ ਨੂੰ ਸਮਝਾਉਣਾ ਹੋਵੇ ਔਰਗੈਨਿਕ ਫਾਰਮਿੰਗ ਕਿਉਂ ਕੀ ਹੈ ਪਹਿਲਾਂ, ਤੇ ਕਾਹਦੇ ਲਈ ਇੰਪੋਰਟੈਂਟ ਕਿਉਂ ਹੈ ਸਾਡੇ ਸਾਰਿਆਂ ਲਈ? ਜਿਹੜੇ ਔਰਗੈਨਿਕ ਇੰਪੋਰਟੈਂਟ, ਸਭ ਤੋਂ ਪਹਿਲਾਂ ਇੰਪੋਰਟੈਂਟ ਹੈ ਸਾਡੇ ਫਿਊਚਰ ਵਾਸਤੇ। ਜੋ ਅਸੀਂ ਅੱਜ ਕਰਦੇ ਹਾਂ ਉਹ ਸਾਡੇ ਫਿਊਚਰ ਨੂੰ ਇਫੈਕਟ ਕਰਦਾ ਹੈ ਹਨਾ। ਤੇ ਜੇ ਅਸੀਂ ਧਰਤੀ ਡਿਫਲੀਟ ਕਰੀ ਜਾਂਦੀ ਹੈ ਤਾਂ ਫਿਊਚਰ ਜਨਰੇਸ਼ਨ ਵਾਸਤੇ ਅਸੀਂ ਕੋਈ ਬੜਾ ਵਧੀਆ ਕੰਮ ਨਹੀਂ ਕਰ ਰਹੇ। ਠੀਕ ਹੈ, ਇੱਕ ਤਾਂ ਧਰਤੀ ਨੂੰ ਅਸੀਂ ਡਿਫਲੀਟ ਕਰਦੇ ਹਾਂ, ਦੂਜਾ ਅਸੀਂ ਜਿਹੜੀ ਹੈਲਥ ਆ ਉਹਦੇ ਨਾਲ ਵੀ ਪਲੇ ਕਰ ਰਹੇ ਹਾਂ। ਵੇਅਰ ਕੀ ਆ ਜ਼ਿਆਦਾ ਅਸੀਂ ਆਪਣੇ ਜਿਹੜੇ ਹੈਗੇ ਕੈਮੀਕਲ ਸਪਰੇਅ ਕਰਕੇ ਆਪਦਾ ਪ੍ਰੋਫਿਟ ਦੇਖ ਕੇ ਪਰ ਲੋਕਾਂ ਨੂੰ ਫੀਡ ਕਰ ਰਹੇ ਹਾਂ ਕੈਮੀਕਲ। ਕੋਈ ਵੀ ਕੈਮੀਕਲ ਆ ਚਾਹੇ ਕਿੰਨਾ ਵੀ ਹੈ, ਕੋਈ ਕੰਪਨੀ ਕੁਛ ਕਹੀ ਜਾਵੇ, ਉਹ 100% ਕਦੇ ਵੀ ਡਿਸਪੀਅਰ ਨਹੀਂ ਹੁੰਦਾ। ਤੇ ਅਗੇਨ ਇੱਥੇ ਵੀ ਐਜੂਕੇਸ਼ਨ ਦੀ ਘਾਟ ਆ, ਖਾਸ ਕਰਕੇ ਕੰਜ਼ਿਊਮਰ ਸਾਈਡ ਤੇ। ਹੁਣ ਅਸੀਂ ਪਰਫੈਕਟ ਫਰੂਟ ਲੱਭਦੇ ਹਾਂ, ਪਰਫੈਕਟ ਫਰੂਟ ਆ ਜਿਹੜਾ ਉਹ ਹੈਲਥੀ ਨਹੀਂ ਹੈ ਤੁਹਾਡੇ ਵਾਸਤੇ ਹੈ ਨਾ। ਜਿਹੜਾ 90% ਪੈਸਟੀਸਾਈਡ ਫੂਡ ਚੇਨ ਦੇ ਵਿੱਚ ਯੂਜ ਹੁੰਦੀਆਂ ਨਾ ਉਹ ਕਾਸਮੈਟਿਕ ਰੀਜਨ ਵਾਸਤੇ ਹੁੰਦੀ ਹੈ ਵੀ ਫਰੂਟ ਵਧੀਆ ਲੱਗੇ। ਜੇ ਲੋਕ ਵੀ ਥੋੜ੍ਹੇ ਜਿਹੇ ਐਜੂਕੇਟ ਹੋਣ ਵੀ ਭਾਈ ਜਿਹੜਾ ਵਧੀਆ ਉਹ ਹੈਲਥੀ ਨਹੀਂ ਹੈ, ਤਾਂ ਦੂਜਾ ਲੋਕ ਜੋ ਉਹਦੇ ਔਰਗੈਨਿਕ ਵਾਲੇ ਪਾਸੇ ਨੂੰ ਹੋਣਗੇ ਜਾਂ ਘੱਟ ਯੂਜ ਕਰਨਗੇ ਹੈ ਨਾ। ਅਤੇ ਔਰਗੈਨਿਕ ਦੀ ਸੈਂਪਲ ਡੈਫੀਨੇਸ਼ਨ ਮੈਂ ਕੀ ਕਹਿਣਾ ਹੁੰਦਾ ਵੀ ਜਿਹੜੀ ਔਰਗੈਨਿਕ ਹੈ ਉਹ ਅਸੀਂ ਨਾ ਕੁਦਰਤ ਦੇ ਨੇੜੇ ਜੇ ਰਹਿ ਕੇ ਕੰਮ ਕਰਦੇ ਹਾਂ, ਜਿਹੜਾ ਕੁਦਰਤ ਦੇ ਜਿੰਨਾ ਨੇੜੇ ਹੋਇਆ ਜਾਵੇ, ਨਾ ਕਿ ਅਸੀਂ ਬਾਹਲਾ ਐਕਸਟਰਨਲ ਉਹ ਕਰੀਏ ਉਹਦੇ 'ਚ ਬਾਹਰੋਂ ਪਾਈਏ ਹਿੱਸਾ ਗਰੋ ਦੇ ਵਿੱਚ। ਵੀ ਜਿਹੜਾ ਤੁਹਾਡੇ ਫਾਰਮ ਦੇ ਵਿੱਚ ਹੀ ਹੋ ਸਕਦਾ ਉਹ ਤੋਂ ਹੀ ਤੁਸੀਂ ਕੰਟਰੋਲ ਕਰੋ ਜਿਹੜੀ ਚੀਜ਼ ਨੂੰ, ਉਹ 'ਚ ਦੇ ਨਾਲ ਹੀ ਤੁਸੀਂ ਗਰੋ ਕਰੋ। ਜਿਹੜਾ ਤੁਹਾਡਾ ਲੈਫਟ ਓਵਰ ਆ ਉਹਨੂੰ ਦੁਬਾਰੇ ਯੂਜ ਕਰੋ ਹੈ ਨਾ, ਰੀਸਾਈਕਲ ਕਰੋ ਜਿਹੜਾ ਹੈਗਾ ਪ੍ਰੋਡਕਟ, ਅਤੇ ਆਪਣੇ ਐਜ ਏ ਫਰਟੀਲਾਈਜ਼ਰ ਉਹਨੂੰ ਯੂਜ ਕਰੋ। ਅਤੇ ਫਿਰ ਕੀ ਆ ਤੁਸੀਂ ਡਿਫਰੈਂਟ ਕ੍ਰੌਪ ਸੀਡ ਕਰ ਸਕਦੇ ਹੋ ਜਿਹਦੇ ਨਾਲ ਤੁਹਾਡਾ ਸਾਇਲ ਫਰਟੈਲਿਟੀ ਵਧਦੀ ਹੈ। ਡਿਫਰੈਂਟ ਤੁਸੀਂ ਆਪਣੇ ਆਪਣੇ ਕਵਰ ਕ੍ਰਾਪ ਕਹਿੰਦੇ ਆ ਉਹਨੂੰ, ਉਹ ਗਰੋ ਕਰਕੇ ਤੁਸੀਂ ਆਪਦੀ ਫਰਟੈਲਿਟੀ ਜਿਹੜੀ ਹੈਗੀ ਵਧਾ ਸਕਦੇ ਹੋ, ਤਾਂ ਕਿ ਤੁਹਾਨੂੰ ਬਾਹਰੋਂ ਜਿਹੜੀ ਹੈਗੀ ਇਨਪੁੱਟ ਨਾ ਕਰਨੀ ਪਵੇ, ਬਾਹਰੋਂ ਲਿਆ ਕੇ ਨਾ ਪਾਉਣਾ ਪਵੇ ਸਮਾਨ, ਹੈ ਨਾ। ਤੇ ਉਹਦੇ ਨਾਲ ਇੱਕ ਤਾਂ ਤੁਹਾਡਾ ਸਿਹਤ ਠੀਕ ਰਹਿੰਦੀ ਹੈ, ਦੂਜਾ ਖਰਚਾ ਘੱਟ ਜਾਂਦਾ, ਕਿਉਂਕਿ ਜੇ ਆਪਾਂ ਕੈਮੀਕਲ ਯੂਜ ਕਰਦੇ ਹਾਂ ਉਹ ਤੁਹਾਡੀ ਸਿਹਤ 'ਤੇ ਵੀ ਇਫੈਕਟ ਕਰਦੇ ਆ। ਇਕੱਲਾ ਤੁਹਾਡੇ ਹੀ ਨਹੀਂ, ਹੁਣ ਮੇਰੇ 30 ਬੰਦੇ ਕੰਮ ਕਰਦੇ ਆ, ਹੈ ਨਾ। ਜੇ ਮੈਂ ਆਲ ਦੋਜ ਕੈਮੀਕਲ ਯੂਜ ਕਰ ਰਿਹਾ ਅਤੇ ਉਹਨਾਂ ਨੂੰ ਕੰਮ ਵਾਸਤੇ ਫਾਰਮ 'ਚ ਭੇਜ ਰਿਹਾ, ਹੈ ਨਾ, ਤਾਂ ਮੈਂ ਉਹਨਾਂ ਦੀ ਸਿਹਤ ਦਾ ਵੀ ਖਿਆਲ ਨਹੀਂ ਰੱਖ ਰਿਹਾ, ਹੈ ਨਾ। ਉਹਨਾਂ ਨੂੰ ਵੀ ਐਕਸਪੋਜ਼ ਕਰ ਰਿਹਾ, ਆਪ ਨੂੰ ਵੀ ਐਕਸਪੋਜ਼ ਕਰ ਰਿਹਾ, ਆਪਦੇ ਜਵਾਕਾਂ ਨੂੰ ਵੀ ਐਕਸਪੋਜ਼ ਕਰ ਰਿਹਾ, ਜਿਹੜਾ ਕਿ ਸਾਡਾ ਫਿਊਚਰ ਹੈ। ਇਸ ਲਈ ਜਿਹੜਾ ਮੈਂ ਤਾਂ ਇਸ ਕਰਕੇ ਹੀ ਔਰਗੈਨਿਕ ਜਿਹੜਾ ਰਾਹ ਚੁਣਿਆ ਵੀ ਔਰਗੈਨਿਕ ਇਜ਼ ਦਾ ਬੈਸਟ ਵੇ ਟੂ ਗਰੋ। ਅਤੇ ਮੈਂ ਕਹਿੰਦਾ ਵੀ ਹੁੰਦਾ ਵੀ ਜੇ ਤੁਸੀਂ ਫਾਰਮ 'ਤੇ ਰਹਿੰਦੇ ਹੋ ਅਤੇ ਤੁਹਾਡੇ ਜਵਾਕ ਤੁਹਾਡੇ ਨਾਲ ਰਹਿੰਦੇ ਨੇ ਉੱਥੇ, ਤਾਂ ਤੁਸੀਂ ਤੁਹਾਨੂੰ ਔਰਗੈਨਿਕ ਹੋਣਾ ਚਾਹੀਦਾ, ਨਹੀਂ ਤੁਸੀਂ ਆਪਦੇ ਜਵਾਕਾਂ ਪ੍ਰਤੀ ਵੀ ਓਨੈਸਟ ਨਹੀਂ ਹੈਗੇ ਉਹਨਾਂ ਨਾਲ, ਕਿਉਂਕਿ ਜਵਾਕਾਂ ਨੂੰ ਨਹੀਂ ਪਤਾ ਅਸੀਂ ਕੀ ਕਰਦੇ ਹਾਂ। ਦੇ ਐਕਸਪੋਜ਼ ਅਨਨੋਇੰਗਲੀ ਜਿਹੜੇ ਹੈਗਾ ਆਪਣਾ ਕੈਮੀਕਲ। ਹੁਣ ਇੱਥੇ ਮੇਰੇ ਮੈਨੂੰ ਇਹ ਡਰ ਨਹੀਂ ਹੈ ਵੀ ਮੇਰਾ ਜਵਾਕ ਫਾਰਮ 'ਚ ਤੁਰਿਆ ਫਿਰੇ, ਜਿੱਥੇ ਮਰਜ਼ੀ ਤੁਰਿਆ ਫਿਰੇ, ਮੈਨੂੰ ਪਤਾ ਮੈਂ ਕੀ ਕਰ ਰਿਹਾ, ਹੈ ਨਾ। ਨਹੀਂ ਤਾਂ ਜੇ ਮੈਂ ਕੈਮੀਕਲ ਸਪਰੇਅ ਕਰੂੰਗਾ, ਹੋਰ ਕਰੂੰਗਾ, ਕਈ ਵਾਰ ਹੁੰਦਾ 14 ਦਿਨ ਤੁਸੀਂ ਫਾਰਮ 'ਚ ਨਹੀਂ ਵੜ ਸਕਦੇ, 10 ਦਿਨ ਫਾਰਮ 'ਚ ਨਹੀਂ ਵੜ ਸਕਦੇ, 4 ਦਿਨ ਫਾਰਮ 'ਚ ਨਹੀਂ ਵੜ ਸਕਦੇ। ਉਹਨਾਂ ਦਿਨ ਮੈਨੂੰ ਨਿਗਾਹ ਰੱਖਣੀ ਪੈਣੀ ਸੀ ਵੀ ਜਵਾਕ ਕਿੱਥੇ ਜਾਂਦੇ ਕਿੱਥੇ ਨਹੀਂ, ਅਤੇ ਪਰ ਮੈਨੂੰ ਹੁਣ ਉਹ ਨਿਗਾਹ ਰੱਖਣ ਦੀ ਲੋੜ ਨਹੀਂ, ਇਸ ਕਰਕੇ ਵੀ ਔਰਗੈਨਿਕ ਕਰਦਾ ਅਤੇ ਮੇਰੇ ਜਵਾਕ ਇੰਜੋਏ ਕਰਨ ਵੀ ਫਾਰਮ ਜਿੱਥੇ ਮਰਜ਼ੀ ਤੁਰੇ ਫਿਰਨ। ਬਿਲਕੁਲ ਜੀ ਜੀ। ਔਰਗੈਨਿਕ ਤੁਸੀਂ ਇੱਕ ਗੱਲ ਜਿਹੜੀ ਕਹੀ ਹੈ, ਜਿਹੜਾ ਕਿ ਕਾਸਮੈਟਿਕ ਐਸਥੈਟਿਕਲੀ ਜਿਹੜਾ ਫਰੂਟ ਹੈ ਉਹਨੂੰ ਵਧੀਆ ਬਣਾਉਣ ਲਈ ਯੂਜ਼ ਕੀਤਾ ਜਾਂਦਾ ਹੈ ਨਾ। ਅਤੇ ਇੱਕ ਚੀਜ਼ ਜਿਹੜੀ ਮੈਂ ਹੋਰ ਦੇਖੀ ਹੈ, ਮੈਂ ਕਈ ਵਾਰੀ ਗੱਲ ਕਰਦਾ ਹੁੰਦਾ, ਜਦੋਂ 10-20-25 ਸਾਲ ਪਹਿਲਾਂ ਇੰਡੀਆ ਦੇ ਵਿੱਚ ਤੁਸੀਂ ਜਿਹੜਾ ਫਰੂਟ ਹੈ ਉਹ ਸੀਜ਼ਨ ਦੇ ਹਿਸਾਬ ਨਾਲ ਖਾਂਦੇ ਹੁੰਦੇ ਹੋ ਕਿ ਆਹ ਫਰੂਟ ਇਸ ਸੀਜ਼ਨ ਦੇ ਵਿੱਚ ਹੈ, ਗਰਮੀਆਂ ਦੇ ਆਹ ਫਰੂਟ ਨੇ, ਸਿਆਲਾਂ ਦੇ ਆਹ ਫਰੂਟ ਨੇ। ਫਿਰ ਹੁਣ ਕੀ ਹੋ ਗਿਆ, ਹੁਣ ਸਾਰੇ ਫਰੂਟ ਸਾਰੇ ਸੀਜ਼ਨ 'ਚ ਅਵੇਲੇਬਲ ਨੇ, ਕੋਈ ਮਤਲਬ ਗਰਮੀ ਸਰਦੀਆਂ ਦਾ ਕੋਈ ਫਰਕ ਨਹੀਂ ਰਿਹਾ। ਅਤੇ ਉਹ ਤੁਹਾਨੂੰ ਦੱਸਦਾ ਕਿ ਵੀ ਇਹ ਨੈਚੁਰਲ ਨਹੀਂ ਹੈਗਾ, ਕਿਉਂਕਿ ਐਕਚੁਅਲੀ ਚੀਜ਼ ਗਰੋ ਨਹੀਂ ਕਰ ਸਕਦੀ ਇਸ ਟਾਈਮ ਦੇ ਉੱਤੇ। ਜਿਹੜਾ ਆਪਣੀ ਹਿਊਮਨ ਹੈਲਥ ਵਾਸਤੇ ਸਭ ਤੋਂ ਵਧੀਆ ਪ੍ਰੋਸੀਜਰ ਹੈ ਖਾਣ ਦਾ, ਉਹ ਇਹ ਹੈ ਵੀ ਜਿਹੜੀ ਚੀਜ਼ ਜਿਹੜੇ ਸਮੇਂ 'ਚ ਉੱਥੇ ਹੁੰਦੀ ਹੈ ਉਹ ਖਾਓ, ਠੀਕ ਹੈ ਜੀ। ਹੁਣ ਅਸੀਂ ਜਿਹੜਾ ਹੜ੍ਹਾਂ ਵਾਲੀਆਂ ਸਬਜ਼ੀਆਂ ਉਹ ਸਿਆਲਾਂ 'ਚ ਵੀ ਸਾਨੂੰ ਮਿਲੀ ਜਾਂਦੀਆਂ, ਸਿਆਲਾਂ ਵਾਲੀਆਂ ਹੜ੍ਹਾਂ 'ਚ ਮਿਲੀ ਜਾਂਦੀਆਂ। ਉਹਦਾ ਚਲੋ ਕੁਛ ਕਾਰਨ ਤਾਂ ਇਹ ਹੈਗੇ ਵੀ ਹੁਣ ਦੁਨੀਆ ਛੋਟੀ ਹੋ ਗਈ, ਬਿਲਕੁਲ, ਹੈ ਨਾ, ਤੁਸੀਂ ਦੂਜੇ ਮੁਲਕਾਂ ਤੋਂ ਲਿਆ ਸਕਦੇ ਹੋ। ਪਰ ਫਿਰ ਵੀ ਜਿਹੜਾ ਮੇਰਾ ਮੰਨਣਾ ਉਹ ਇਹ ਹੈ ਵੀ ਤੁਹਾਨੂੰ ਉਹੀ ਚੀਜ਼ ਉਦੋਂ ਖਾਣੀ ਚਾਹੀਦੀ ਆ ਜਿਹੜੀ ਉਸ ਟਾਈਮ ਤੁਹਾਡੇ ਹੁੰਦੀ ਆ, ਅਤੇ ਉਹ ਤੁਹਾਡੇ ਉਸ ਟਾਈਮ ਦੇ ਹਿਸਾਬ ਨਾਲ ਤੁਹਾਡੀ ਬਾਡੀ ਦੀ ਲੋੜ ਹੁੰਦੀ ਆ, ਬਿਲਕੁਲ, ਠੀਕ ਹੈ। ਅਤੇ ਜੇ ਹੁਣ ਆਪਾਂ ਇੱਥੇ ਵੀ ਦੇਖੀਏ, ਪੁਰਾਣੇ ਲੋਕ ਸੀ ਉਹ ਫੂਡ ਜਿਹੜਾ ਸੀਗਾ ਸਟੋਰ ਕਰਦੇ ਸੀ। ਸਟੋਰ ਕਿਹੜਾ ਫੂਡ ਵਧੀਆ ਹੁੰਦਾ, ਵੈਜੀਟੇਬਲ ਕਿਹੜੀਆਂ ਹੁੰਦੀਆਂ, ਪੇਠਾ ਹੋ ਗਿਆ, ਹੈ ਨਾ, ਉਹ ਲੰਬੇ ਸਮੇਂ ਵਾਸਤੇ ਸਟੋਰ ਹੁੰਦਾ। ਉਹ ਨੇਚਰ ਨੇ ਬਣਾਇਆ ਵੀ ਤੁਸੀਂ ਗਰੋ ਕਰ ਲਓ ਪਰ ਖਾ ਲਓ ਜਾ ਕੇ ਭਾਈ ਤੁਹਾਨੂੰ ਸਿਆਲਾਂ 'ਚ ਕਿਉਂਕਿ ਉਹ ਬਹੁਤ ਰਿਚ ਹੁੰਦਾ, ਪੰਪਕਨ ਹੈ ਉਹ ਵੀ ਬਹੁਤ ਰਿਚ ਹੁੰਦਾ, ਰਿਚ ਫੂਡ ਹੈ ਉਹ ਸਿਆਲਾਂ 'ਚ ਖਾਣ ਵਾਸਤੇ, ਹੈ ਨਾ। ਉਹਨੂੰ ਅਸੀਂ ਸਟੋਰ ਕਰਦੇ, ਨੇਚਰ ਨੇ ਉਹ ਚੀਜ਼ਾਂ ਬਣਾ ਕੇ ਦੇਤੀਆਂ ਤੁਹਾਨੂੰ ਆਲਰੇਡੀ ਵੀ ਭਾਈ ਆਹ ਚੀਜ਼ਾਂ ਤੁਸੀਂ ਤਾਜ਼ੀਆਂ ਖਾ ਲੈਣੀਆਂ, ਆਹ ਚੀਜ਼ਾਂ ਤੁਹਾਨੂੰ ਸਟੋਰ ਕਰਨ ਨੂੰ ਦੇਤੀਆਂ, ਇਹਨੂੰ ਸਟੋਰ ਕਰਕੇ ਜਦੋਂ ਨਹੀਂ ਹੋ ਸਕਦਾ ਉਦੋਂ ਖਾ ਸਕਦੇ। ਹੁਣ ਤੁਸੀਂ ਦੇਖ ਲਓ ਉਹਨਾਂ ਦੇ ਨਿਊਟ੍ਰੀਸ਼ਨ ਵੈਲਿਊ ਜਿਹੜੀ ਹੈਗੀ ਆਪਣੇ ਦੀ, ਜਿਹੜੇ ਵੀ ਆਪਾਂ ਕੱਦੂ ਵਗੈਰਾ ਸਾਰੇ ਜਿਹੜੇ ਸਟੋਰ ਕਰ ਸਕਦੇ ਹਾਂ ਲੌਂਗ ਸੀਜ਼ਨ, ਉਹਨਾਂ ਦੀ ਨਿਊਟ੍ਰੀਸ਼ਨ ਵੈਲਿਊ ਬਹੁਤ ਵਧੀਆ। ਉਹ ਤੁਹਾਨੂੰ ਸਿਆਲਾਂ 'ਚ ਚੀਜ਼ਾਂ ਦੀ ਜ਼ਿਆਦਾ ਲੋੜ ਆ, ਹੈ ਨਾ। ਨੇਚਰ ਨੇ ਤਾਂ ਸਭ ਕੁਛ ਬਣਾ ਕੇ ਦਿੱਤਾ, ਅਸੀਂ ਹੀ ਉਹਨੂੰ ਭੰਨ ਤੋੜ ਕਰਦੇ ਹਾਂ ਜ਼ਿਆਦਾ। ਅਤੇ ਮੈਂ ਟਰੂਲੀ ਬਿਲੀਵ ਕਰਦਾ ਵੀ ਜੇ ਤੁਸੀਂ ਉਹਨੂੰ ਫਾਲੋ ਕਰੋ ਜਿਵੇਂ ਜਿਵੇਂ ਹੈਗੀਆਂ ਨੇਚਰ ਦੇ ਵਿੱਚ ਚੀਜ਼ਾਂ ਬਣੀਆਂ, ਤਾਂ ਤੁਹਾਡੀ ਹੈਲਥ ਵੀ ਠੀਕ ਰਹੂਗੀ ਅਤੇ ਖਰਚੇ ਵੀ ਘੱਟ ਰਹਿਣਗੇ। ਅਤੇ ਹੁਣ ਜੇ 20 ਪੇਠੇ ਰੱਖੇ ਹੁਣ ਤੁਹਾਡੇ ਘਰੇ ਆਪਦੇ ਬਾੜੀ 'ਚ ਲਾ ਕੇ ਬਣਾ ਕੇ, ਤਾਂ ਤੁਹਾਡਾ ਖਰਚਾ ਘੱਟ ਜਾਣਾ ਸਿਆਲਾਂ 'ਚ, ਨਹੀਂ ਘੱਟ ਜਾਣਾ, ਬਿਲਕੁਲ ਜੀ, ਬਿਲਕੁਲ। ਅਤੇ ਨਾ ਤੁਹਾਡੀ ਸਿਹਤ ਲਈ ਵਧੀਆ। ਅਤੇ ਉਹੀ ਚੀਜ਼ ਹੈ ਵੀ ਜਦੋਂ ਕੁਛ ਹੈਗੀਆਂ, ਜਦੋਂ ਹੁਣ ਆਪਾਂ ਈਵਨ ਜੇ ਦੂਰੋਂ ਵੀ ਆਉਂਦੀ ਆ ਨਾ ਚੀਜ਼, ਉਹ ਫਿਰ ਪੂਰੀ ਵਧੀਆ ਤਾਂ ਉਹ ਵੀ ਨਹੀਂ, ਹੈਲਥੀ ਤਾਂ ਨਹੀਂ ਮੈਂ ਮੰਨਦਾ। ਇੱਕ ਤਾਂ ਉਹ ਥੋੜ੍ਹੀ ਕੱਚੀ ਤੋੜੀ ਜਾਂਦੀ ਆ, ਫਿਰ ਉਹਨੂੰ ਵੀ ਉਹ ਕੁਛ ਨਾ ਕੁਛ ਤਾਂ ਸਪਰੇਅ ਕਰਦੇ ਆ ਤਾਂ ਖਰਾਬ ਨਾ ਹੋਵੇ ਉੱਥੇ ਤੱਕ ਜਾਂਦੀ, ਹਾਂਜੀ, ਹੈ ਨਾ, ਬਿਲਕੁਲ। ਅਤੇ ਉਹ ਤੁਹਾਡੇ ਉਹਨੇ ਹੈਲਥ 'ਤੇ ਤਾਂ ਤੁਹਾਡੀ ਦੇ ਆਸਰਾ ਕਰਨਾ ਹੀ ਕਰਨਾ, ਚਾਹੇ ਕੁਛ ਕਹੀ ਜਾਈਏ ਆਪਾਂ। ਅਤੇ ਕੁਛ ਚਲੋ ਸਾਇੰਸ ਵੀ ਹੈ ਵੀ ਉਹਦੇ ਨਾਲ ਅਸੀਂ ਲਾਈਫ ਐਕਸਟੈਂਡ ਸਰਟਨ ਅਮਾਊਂਟ ਤੱਕ ਕਰਦੇ ਹਾਂ, ਹੈ ਨਾ, ਵੀ ਉਹ ਵੀ ਠੀਕ ਹੈ। ਪਰ ਜਨਰਲੀ ਜਿਹੜਾ ਮੇਰਾ ਤਾਂ ਇਹੀ ਹੈ ਵੀ ਤੁਹਾਨੂੰ ਜਿਹੜਾ ਨੇਚਰ 'ਚ ਜਿਵੇਂ ਜਿਵੇਂ ਚੀਜ਼ ਅਵੇਲੇਬਲ ਆ ਉਵੇਂ ਉਵੇਂ ਤੁਹਾਨੂੰ ਖਾਣੀਆਂ ਚਾਹੀਦੀਆਂ ਨੇਗੀਆਂ, ਉਹ ਤੁਹਾਡੀ ਸਿਹਤ ਲਈ ਚੰਗੀਆਂ ਨੇ। ਹੁਣ ਆਪਣੇ ਜੇ ਦੇਖੀਏ ਪੰਜਾਬ 'ਚ ਸਾਗ ਆ, ਉਹ ਸਿਆਲਾਂ 'ਚ ਖਾਂਦੇ ਸੀ, ਹੜਾਂ 'ਚ ਸਾਗ ਖਾ ਕੇ ਦੇਖ ਲਓ ਵਾਲਾ ਮਾਰ ਦਿੰਦਾ ਸਾਡਾ ਸਰੀਰ, ਸਿਆਲਾਂ 'ਚ ਔਖਾ ਨਹੀਂ ਕਰਦਾ। ਹਾਂਜੀ ਹੈ ਨਾ, ਹਾਂਜੀ। ਅਤੇ ਜਿਹੜੀਆਂ ਹੜ੍ਹਾਂ ਵਾਲੀਆਂ ਚੀਜ਼ਾਂ ਉਹ ਹੜ੍ਹਾਂ 'ਚ ਖਾਂਦੇ ਸੀ, ਜਿਹੜੀਆਂ ਸਿਆਲਾਂ ਦੀਆਂ ਉਹ ਸਿਆਲਾਂ 'ਚ ਹੁੰਦੀਆਂ ਸੀ, ਸਿਆਲਾਂ 'ਚ ਖਾਂਦੇ ਸੀ। ਉਹ ਵੀ ਨੇਚਰ ਦਾ ਰੂਲ ਆ ਵੀ ਆਹ ਚੀਜ਼ਾਂ ਉਦੋਂ ਲੋੜ ਆ। ਬਿਲਕੁਲ ਬਿਲਕੁਲ ਜੀ। ਇੱਕ ਜਿਹੜਾ ਔਰਗੈਨਿਕ ਸ਼ਬਦ ਹੈ ਨਾ, ਔਰਗੈਨਿਕ, ਇਹ ਵੀ ਮੈਨੂੰ ਲੱਗਦਾ ਕਿ ਓਵਰ ਯੂਜ਼ ਹੋ ਰਿਹਾ ਕਈ ਵਾਰਾਂ। ਕੀ ਹੈ ਵੀ ਅਸੀਂ ਸਿਰਫ ਦੋ ਤਰ੍ਹਾਂ ਦੇ ਔਰਗੈਨਿਕ ਗਰੋਅਰ ਨੇ, ਇੱਕ ਹੈਗੇ ਉਹ ਕਰਦੇ ਆ ਵੀ ਉਹਨਾਂ ਦਾ ਨੇਚਰ ਨਾਲ ਲਗਾ, ਵੀ ਉਹਨਾਂ ਦੇ ਥਿੰਕ ਅਬਾਊਟ ਫਿਊਚਰ, ਦੇ ਨਾਟ ਦੇਅਰ ਮਾਈਂਡ ਇਜ਼ ਨਾਟ ਐਜ ਏ ਮਾਰਕੀਟਰ। ਇੱਕ ਹੈਗੇ ਜਿਹੜੇ ਮਾਰਕੀਟਿੰਗ ਵਾਸਤੇ ਕਰਦੇ ਆ ਔਰਗੈਨਿਕ, ਜਿਹੜੇ ਮਾਰਕੀਟਿੰਗ ਵਾਸਤੇ ਔਰਗੈਨਿਕ ਕਰਕੇ ਉਹੀ ਸਭ ਤੋਂ ਵੱਧ ਉਹ ਵਰਡ ਨੂੰ ਯੂਜ਼ ਕਰਦੇ ਆ। ਤੇ ਜਿਹੜੇ ਨੇ ਉਹ ਕਰਨੀ ਆ ਉਹਨਾਂ ਨੂੰ ਤੁਸੀਂ ਗੱਲ ਕਰੋ, ਉਹਨਾਂ ਨੇ ਉੱਦਾਂ ਦੱਸੀ ਜਾਣਾ ਵੀ ਆਹ ਐਂ ਹੁੰਦਾ ਐਂ ਹੁੰਦਾ, ਉਹਨਾਂ ਨੇ ਕਦੇ ਨਹੀਂ ਕਹਿਣਾ ਵੀ ਅਸੀਂ ਔਰਗੈਨਿਕ ਹੁੰਦਾ ਆ ਹੁੰਦਾ। ਤੇ ਕਿਉਂਕਿ ਉਹਨਾਂ ਦਾ ਲਾਈਫ ਸਟਾਈਲ ਆ, ਉਹਨਾਂ ਨੇ ਓਕੂ ਫਾਰਮਿੰਗ ਕਰਨੀ ਹੁੰਦੀ ਹੈ। ਤੇ ਇਹ ਹੈਗਾ ਵੀ ਜਿਹੜਾ ਫਿਰ ਸਰਟੀਫਿਕੇਸ਼ਨ ਹੈ, ਸਰਟੀਫਿਕੇਸ਼ਨ ਲਓ ਜੇ ਲਓ, ਪਰ ਮੈਂ ਤਾਂ ਸਰਟੀਫਿਕੇਸ਼ਨ ਦੇ ਵੀ ਬੜਾ ਹੱਕ 'ਚ ਨਹੀਂ ਹੈ ਬਈ। ਜਦੋਂ ਤੁਸੀਂ ਸਰਟੀਫਿਕੇਸ਼ਨ ਲੈਂਦੇ ਹੋ ਤੁਹਾਨੂੰ ਸਭ ਕੁਝ ਕਰਨਾ ਪੈਂਦਾ ਜੀ, ਮੈਂ ਆਹ ਕਰਨਾ ਕਰਨਾ ਸਾਰਾ ਦਿਖਾਉਣਾ ਪੈਂਦਾ ਹੈ ਨਾ। ਮੈਂ ਸੋਚਦਾ ਵੀ ਜੇ ਮੈਂ ਔਰਗੈਨਿਕ ਆ, ਮੈਂ ਕੀ ਕ੍ਰਾਈਮ ਕਰ ਰਿਹਾ, ਮੈਨੂੰ ਸਭ ਕੁਝ ਉਹਨਾਂ ਦੱਸਣਾ ਪਵੇ ਮੈਂ ਆਹ ਕਰਦਾ ਹੈ ਨਾ, ਬਿਲਕੁਲ ਲਿਖਦਾ ਵੀ ਆਹ ਆਹ ਯੂਜ਼ ਕੀਤਾ ਯੂਜ਼ ਕੀਤਾ। ਜਿਹੜਾ ਨੋਨ ਔਰਗੈਨਿਕ ਉਹਨੂੰ ਕੁਛ ਨਹੀਂ ਕਰਨਾ ਪੈਂਦਾ। ਅਸਲ ਮੈਂ ਕਹਿੰਦਾ ਵੀ ਉਹਨਾਂ ਨੂੰ ਵੀ ਲਿਖਣਾ ਚਾਹੀਦਾ ਵੀ ਅਸੀਂ ਆਹ ਕੈਮੀਕਲ ਇਹਦੇ ਗਰੋ ਕਰਨ ਵਾਸਤੇ ਯੂਜ਼ ਕੀਤੇ ਆ, ਇਹਨਾਂ ਦਾ ਆਹ ਸਾਡੀ ਬੋਡੀ 'ਤੇ ਸਾਈਡ ਇਫੈਕਟ ਹੈ। ਸਰਟੀਫਿਕੇਸ਼ਨ ਦੀ ਲੋੜ ਨਹੀਂ ਹੈ ਕਿਸੇ ਨੂੰ ਵੀ ਜਿਹੜਾ ਜਿਵੇਂ ਕਰਦਾ ਉਹ ਤੇ ਲਿਖੋ ਵੀ ਅਸੀਂ ਆਹ ਕੈਮੀਕਲ ਯੂਜ਼ ਕੀਤੇ ਨੇਗੇ, ਇਹ ਆਹ ਤੁਹਾਡੀ ਬੋਡੀ 'ਤੇ ਇਹਦਾ ਇਫੈਕਟ ਹੈ। ਚਾਹੇ ਉਹ ਔਰਗੈਨਿਕ ਹੈ, ਚਾਹੇ ਉਹ ਆਪਣਾ ਕਨਵੈਨਸ਼ਨਲ ਹੈਗਾ, ਉਹ ਸਾਰਿਆਂ ਨੂੰ ਉੱਦਾਂ ਚਾਹੀਦਾ। ਇੰਸਟੈਡ ਆਫ ਵੀ ਔਰਗੈਨਿਕ ਵਾਲਿਆਂ ਨੂੰ ਸਰਟੀਫਿਕੇਸ਼ਨ ਚਾਹੀਦੀ ਹੈ ਜੀ ਅਤੇ ਦੂਜਿਆਂ ਨੂੰ ਨਹੀਂ ਚਾਹੀਦੀ, ਉਹ ਵੀ ਗਲਤ ਹੈ। ਮੈਂ ਕਹਿੰਦਾ ਸਰਟੀਫਿਕੇਸ਼ਨ ਕਿਸੇ ਨੂੰ ਵੀ ਚਾਹੀਦੀ, ਸਾਨੂੰ ਚਾਹੀਦਾ ਵੀ ਦੱਸਣਾ ਚਾਹੀਦਾ ਵੀ ਅਸੀਂ ਇਸ ਤਰ੍ਹਾਂ ਗਰੋ ਕਰਦੇ ਹਾਂ, ਆਹ ਕਿਵੇਂ ਅਸੀਂ ਸਾਡੀ ਇਨਪੁੱਟ ਹੈ, ਇਹਦੇ ਨਾਲ ਆਹ ਤੁਹਾਡੀ ਬੋਡੀ ਨੂੰ ਇਫੈਕਟ ਹੋ ਸਕਦਾ। That will be more honest way to tell people what we grow for you. But and to add on to that, है ना, जे actual लोग ये तंग करन लग जाएं और corporations करन लग जाएं, मेरे ख्याल नाल अद्धे तो ज़्यादा जिहड़ी चीज़ां खाने हैं असीं ओह खाणियां छड्ड देणगे जे सानूं पता लग जाए कि उहदे विच पैंदा की की आ, the extra additives, the extra this, the extra that. हाँ जी, नहीं मेरे उस हेल्थ वास्ते तो वधिया ना। हाँ जी, हाँ जी, बिल्कुल बिल्कुल, तुहानूं पता हर चीज़ दा। हुण एक वड्डा जिहड़ा हैगा वड्डा थ्रेट आ जिहड़ा ना, ओह लोक कहंदे आ वी जे ऑर्गेनिक करिए तां लोकां दे खाण जोगा साथों प्रोड्यूस नहीं होना, ਉਹ ਵੀ ਰੌਂਗ ਹੈ। ਜਿੰਨਾ ਅਸੀਂ ਖਾਂਦੇ ਉਹ ਤੋਂ ਬਾਹਲਾ ਤਾਂ ਅਸੀਂ ਵੇਸਟ ਕਰਦੇ ਹਾਂ, ਬਿਲਕੁਲ ਠੀਕ ਹੈ ਨਾ। ਜਿੰਨਾ ਖਾਂਦੇ ਹਾਂ ਉਹ ਤੋਂ ਬਾਹਲਾ ਵੇਸਟ ਕਰਦੇ ਹਾਂ ਫੂਡ ਅਸੀਂ, ਅਤੇ ਜੇ ਅਸੀਂ ਵੇਸਟ ਨਾ ਕਰੀਏ ਤਾਂ ਖਾਣਾ ਬਥੇਰਾ। ਹੁਣ ਆਪਣੇ ਘਰ ਦੀ ਗਾਰਡਨ ਹੈ ਕਿ ਉਹ ਦੋ ਮੰਜਿਆਂ ਜਿੰਨਾ ਥਾਂ ਹੁੰਦਾ, ਸਾਡਾ ਸਾਰੇ ਟੱਬਰ ਦਾ ਉੱਥੋਂ ਸਰੀ ਜਾਂਦਾ, ਬਿਲਕੁਲ ਠੀਕ ਹੈ। ਹਰੇਕ ਜਿਹੜਾ ਹਾਊਸ ਹੋਲਡ ਆ ਜਿਹਦੇ ਘਰੇ ਮਗਰ ਗਾਰਡਨ ਆ, ਜਿਹੜਾ ਆਪਣਾ ਹੁਣ ਸੀਜ਼ਨ ਆ ਉਹਦੇ ਵਿੱਚ ਆਲਮੋਸਟ ਦੇ ਡੋਂਟ ਨੀਡ ਟੂ ਬਾਏ ਐਨੀਥਿੰਗ ਫਰੋਮ ਸਟੋਰ, ਰਾਈਟ। ਵੈਜੀਟੇਬਲ ਵਾਈਜ਼ ਦੇ ਕੈਨ ਗਰੋ ਦੇਅਰ ਓਨ, ਰਾਈਟ। ਜੇ ਐਵਰੀ ਹਾਊਸ ਹੋਲਡ ਆਪਦੇ ਬੈਕਯਾਰਡ ਚੋਂ ਵੀ ਫੀਡ ਕਰ ਸਕਦਾ ਤਾਂ ਦੁਨੀਆ ਨੂੰ ਫੀਡ ਕਰਨਾ ਇੰਨੀ ਧਰਤੀ ਤੋਂ ਕਿੰਨਾ ਔਖਾ। ਬਿਲਕੁਲ ਜੀ। ਪਰ ਹੁਣ ਜਿਹੜੇ ਨੇ ਪੈਸੇ ਬਣਾਉਣੇ ਆ ਹੈਗਾ ਹੈ ਨਾ, ਉਹਨਾਂ ਨੇ ਸਮਾਨ ਵੀ ਵੇਚਣਾ, ਉਹਨਾਂ ਨੇ ਥ੍ਰੈਟ ਵੀ ਕ੍ਰੀਏਟ ਕਰਨਾ ਵੀ ਆਹ ਹੋਜੂ ਜੇ ਆਹ ਨਾ ਕੀਤਾ ਆਹ ਹੋਜੂ, ਉਹ ਚੀਜ਼ਾਂ ਕਰਕੇ ਜਿਹੜੀ ਮਾਰਕੀਟਿੰਗ ਹੈ ਉਹਦੇ ਕਰਕੇ ਫਿਰ ਸਭ ਕੁਛ ਲੋਕ ਜਿਵੇਂ ਕਰੀ ਜਾਂਦੇ ਆ, ਸਾਡਾ ਬ੍ਰੇਨ ਵਾਸ਼ ਕਰੀ ਜਾਂਦੇ ਆ, ਨਹੀਂ ਜੀ ਆਹ ਤਾਂ ਐਂ ਹੋਊਗਾ, ਆਹ ਤਾਂ ਐਂ ਹੋਣਾ ਚਾਹੀਦਾ ਹੈ ਨਾ। ਉਹ ਮਾਰਕੀਟ ਹੈ ਜਿਹੜੀ, ਉਹ ਵੀ ਨਹੀਂ ਤਾਂ ਆਈ ਥਿੰਕ ਔਰਗੈਨਿਕਲੀ ਵੀ ਕੈਨ ਫੀਡ ਦਾ ਹੋਲ ਵਰਲਡ। ਅਤੇ ਜਦੋਂ ਲੋਕ ਕਹਿੰਦੇ ਆਹ ਬਿਮਾਰੀ ਪੈ ਗਈ ਆਹ ਬਿਮਾਰੀ ਪੈ ਗਈ, ਉਹ ਬਿਮਾਰੀ ਦਾ ਕਾਰਨ ਵੀ ਇਹ ਆ ਵੀ ਅਸੀਂ ਉਹਨੂੰ ਪੈਣ ਦਿੱਤਾ, ਠੀਕ ਹੈ ਨਾ। ਜਦੋਂ ਵੀ ਅਸੀਂ ਕੋਈ ਚੀਜ਼ ਇਨਸੈਕਟ ਨੂੰ ਕਿਸੇ ਨੂੰ ਕਿਲ ਕਰਨ ਵਾਸਤੇ ਜੂਗਾ ਨਾ, ਉਹ ਸਾਡੇ ਬੈਨੀਫਿਸ਼ਲ ਨੂੰ ਵੀ ਕਰਦੀ ਆ, ਹੈ ਨਾ। ਜਦੋਂ ਬੈਨੀਫਿਸ਼ਲ ਮਾਰਦੇ ਤਾਂ ਦੂਜੇ ਇਨਸੈਕਟ ਜਦੋਂ ਦੁਬਾਰੇ ਉਹਨਾਂ ਦੀ ਪਾਪੂਲੇਸ਼ਨ ਵਧੀਆ, ਬੈਨੀਫਿਸ਼ਲ ਤਾਂ ਹੈ ਹੀ ਨਹੀਂ। ਉਹ ਤੁਸੀਂ ਜਿਹੜਾ ਇਕੋ ਸਿਸਟਮ ਆ ਤੁਹਾਡਾ ਖਤਮ ਕਰਤਾ, ਆਪਦੇ ਫਾਰਮ 'ਚੋਂ ਇਕੋ ਸਿਸਟਮ ਖਤਮ ਹੋ ਗਿਆ ਤਾਂ ਫਿਰ ਤੁਹਾਨੂੰ ਹੁਣ ਰਿਲਾਈ ਕਰਨਾ ਪੈਣਾ ਕੈਮੀਕਲ ਕੰਟਰੋਲ 'ਤੇ ਵੀ। ਹੁਣ ਅਸੀਂ ਇੱਦਾਂ ਹੀ ਕਰੀਏ, ਜੇ ਤੁਸੀਂ ਇਕੋ ਸਿਸਟਮ ਬਿਲਡ ਅਪ ਕਰ ਲੈਂਦੇ ਹੋ ਫਿਰ ਤੁਹਾਨੂੰ ਉਹਦਾ ਲੋੜ ਨਹੀਂ ਹੈ। ਮੈਂ ਜਿੱਥੇ ਰਹਿਣਾ ਮੇਰੀ ਪ੍ਰੋਪਰਟੀ 'ਤੇ, ਇੱਥੇ ਮੈਨੂੰ ਲੱਗਦਾ ਵੀ ਮੈਨੂੰ 14-15 साल हो गए मैं कोई भी इंसैक्टिसाइड इंसैक्ट कंट्रोल करनों नहीं की ऑर्गेनिक इंसैक्टिसाइड भी है ना, पर मैं ऑर्गेनिक इंसैक्टिसाइड भी इंसैक्ट कंट्रोल करनों नहीं यूज की, क्योंकि जो सिस्टम ही हमने इको सिस्टम बिल्ड अप हो गया, वो आपे एक दूजे को कंट्रोल करी जाते हैं। जे मैं इंसैक्टिसाइड कोई यूज करा होर करा फिर मैं दूजे भी खत्म करता ना जो बेनीफिशल आ। तो साडी प्रैक्टिस ये होंगी है भी तुसीं क्रॉप जी हैगी कवर क्रॉप मोस्टली वो तुसीं इहो जी लाओ जिहड़े तुहाडे इंसैक्ट नूं आहो करदी है, जिहड़े बेनीफिशियल इंसैक्ट आ उन्हां नूं अट्रैक्ट करदी है। तो ईवन सम जिहड़ियां हैगियां क्रॉप वो आ जिहड़े तुहानूं इंस्टेड ऑफ दे मेक डैमेज टू द योर मेन क्रॉप दे कैन फीड ऑन द क्रॉप ऑन ग्राउंड दे विल नॉट डू दैट राइट, उन्हां ने भी उन्हां डैमेज नहीं करना। तो बाकी की आ लोग हैगे मेन ਜਿਹੜਾ ਵੀ ਆਰਗੈਨਿਕ ਦੇ ਵਿੱਚ ਮੇਨ ਇਸ਼ੂ ਹੈਗਾ, ਲੋਕ ਕਹਿੰਦੇ ਯਾਰ ਵੀ ਘਾਹ ਬਹੁਤ ਹੁੰਦਾ ਹੈ ਨਾ, ਤੇ ਮੈਂ ਕਹਿੰਦਾ ਹੁੰਦਾ ਘਾਹ, ਮੈਨੂੰ ਇਹ ਦੱਸੋ ਵੀ ਘਾਹ ਮਾੜਾ ਕਿਉਂ ਹੈ ਨਾ। ਕਿਸੇ ਨੇ ਜ਼ਮੀਨ ਲੈਣੀ ਹੈ, ਮੈਂ ਐਗਜ਼ਾਮਪਲ ਦਿੰਦਾ, ਤੁਸੀਂ ਲੈਣੀ ਹੈ ਜ਼ਮੀਨ ਖੇਤੀ ਵਾਸਤੇ, ਮੈਂ ਤੁਹਾਨੂੰ ਦਿਖਾਉਣਾ ਦੋ ਪਲਾਟ ਦੋ ਦਿਖਾ ਦਿੰਦਾ, ਇੱਕ ਤਾਂ ਹੈਗਾ ਘਾਹ ਹੈਗਾ ਗੋਡੇ ਗੋਡੇ ਖੜਾ ਵਿੱਚ ਤੁਰਿਆ ਜਾਂਦਾ ਦੀਂਦਾ ਨਹੀਂ ਕੁਛ ਹੈ ਨਾ, ਦੂਜਾ ਰੜਾ ਉਹਦੇ 'ਚ ਕੁਛ ਨਹੀਂ ਹੋਇਆ ਵਾ, ਕਿਹੜੀ ਲਾਉਂਗੇ? ਘਾਹ ਵਾਲੀ ਲਾਵਾਂਗੇ ਜੀ। फिर मैं कहना भी घाह माड़ा क्यों है, जो घाह ही लाओगे। घाह दसदा थोड़ी सॉयल हैल्थ दसदा भी धरती च जान आ, जिथे धरती जान नहीं घाह नहीं हुंदा उत्थे होर भी नहीं कुछ होना, ठीक है जी। इसलिए मैं तां कहना हुंदा भी घाह कोई माड़ी चीज़ नहीं है, चंगी चीज़ है, धरती दी थोड़ी हैल्थ दसदा, धरती सॉयल हैल्थ वास्ते बहुत इंपोर्टेंट है बिल्ड करन वास्ते। ते हुण असीं तां इत्थे वीड कंट्रोल भी मैं जिहड़ा हैगा साल चेक करना है असीं हारवेस्ट तो पहिलां, तां कि लोकां नूं थोड़ा जिहा तुरना फिरना सौखा हो जाए, नहीं तो असं बीड कंट्रोल भी नहीं करते, ठीक है भी चली जाते जिमें होंगे हो ही जाते, क्योंकि वह बेनीफिट है। मैं हम आप जे देखिए कुदरत दे विच चीज़ां किवें काम करदियां, आप फॉरैस्ट एरिया जाने अर्ली स्प्रिंग जाओगे डिफरेंट प्लांट ग्रो होंदा, तो फिर वो प्लांट जदों वो प्लांट दा लाइफ साइकिल पूरा होंदा एक होर होंदा है ना, फिर होर होंदा टुवर्ड फाल वो सारे का साइकिल पूरा हो जाना है ना। पर अल्टीमेट उन्होंने गोल की है सारे प्लांटा का भी जोड़ा आ ट्री खड़े है इन्हों भी खुराक की लड़ आ, वो सॉयल बिल्ड करते हैं, फीड करना उन्होंने ट्रिया फीड करना, वो नेचर ने जिम्मे चीज़ा बनाई ने भी। अल्टीमेट गोल वो जो चीज़ा होंगे उन्होंने होंगे भी जो बड़ा ट्री है इनू भी खुराक की लड़ है, जे उ आप फार्मिंग कर लीए तो आई थिंक इट्स बेस्ट वे टू डू फार्मिंग। वेरी वेरी इंटरेस्टिंग, क्योंकि जो थोड़ा परसपैक्टिव है ना, ये बहुत ही डिटेल्ड तो बहुत ही वधिया परसपैक्टिव है। आई थिंक सानू सारिआं नू होर अवेयरनेस की लड़ है, तो इस चीज़ में एक्चुअली समझने की लड़ है कि नॉट जस्ट ऑरगैनिक जस्ट फॉर द सेक ऑफ ऑरगैनिक, बट की उहदे फायदे ने इन एक्चुअल इन द ग्रैंड स्कीम ऑफ थिंग्स लॉन्ग टर्म दे विच साडे की फायदे ने उहदे। तो मैं दस्सिआ ना जे तुसीं करदे हो, जे तक तुसीं करदे हो भी असीं मार्केटिंग करनी है ऑरगैनिक, फिर तुसीं इह चीज़ां नहीं देखदे, फिर तुसीं देखदे बेस्ट वे वी कैन डू इट है ना। हुण कई ऑरगैनिक हैगियां इंसैक्टिसाइड मैं ओपनली कहना हूं भी रियली डजंट फिट इन ऑर्गेनिक प्रोग्राम, ठीक है नेचर तो आनी है, नेचुरली अपनी एक्सट्रैक्ट कर लिया तो यूज कर लिया, पर यह थोड़ा जो इको सिस्टम हर्ट कर दी है, जो इको सिस्टम हर्ट कर दी तो यह ऑर्गेनिक नहीं है, ठीक है ना। फिर मैं वह जी जी चीज़ है यूज करने तो परहेज करता भी नहीं भी इन्हें मेरा इको सिस्टम खराब करना। तो फिर कई बार वो ना की है जे यह है भी तो वो एजुकेशन की लड़ होंगी भी इन्हें यूज कदों करना, ठीक है ठीक है नेचर चो है तुम यूज कदों करना है। जे तो असी उस प्रोडक्ट में यूज करते हैं अपनी बेनीफिशियल पापूलेशन बिल्डअप होने तो पहला, फिर तो वो गुड है। पर जे तुम उस प्रोडक्ट में मिड सीजन यूज करते हो जो बेनीफिशियल भी ने इंसैक्ट भी है, फिर तुम डैमेज कर रहे हो उन्होंने जोड़ा है अपना है ना वो प्रोडक्ट, फिर मेरे लिए वो प्रोडक्ट रियली नॉट ऑर्गेनिक है, फिर दैट मेक द डैमेज टू द इकोसिस्टम। तो बाकी तुहानू जिहड़ा हैगा टाइम टू टाइम आप टाइम लाउणा स्पेंड करना भी हाउ जिहड़ा हैगा किवें असीं जिहड़ा हैगा अप्रूव कर सकदे हां सानू बाहरों प्रोडक्ट ना पाउणा पवे तां कि साडा जिहड़ा 100% आ वो रीसाइकल रीजनरेट करदे रहिए असीं आप। वेरी गुड सर, इट्स an art and a science at the same time. Yes, it is art and science. ਬਿਲਕੁਲ let's switch gears ਤੁਹਾਡੇ ਕੈਰੀਅਰ ਦੇ ਵਿੱਚ ਤੁਹਾਨੂੰ ਇੰਨੇ ਸਾਲ ਹੋ ਗਏ ਨੇ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋਏ ਤੁਹਾਨੂੰ ਜੇ ਦੇਖਣਾ ਹੋਵੇ ਕਿ ਤੁਹਾਡਾ ਹਾਈਐਸਟ ਪੁਆਇੰਟ ਤੁਹਾਡੇ ਕੈਰੀਅਰ ਦਾ ਕਿਹੜਾ ਸੀ ਉਹ ਕਿਹੜਾ ਪੁਆਇੰਟ ਹੋਊਗਾ ਤੇ ਉਹ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ That's it. I don't know. ਸਿੱਖਣ ਨੂੰ ਤਾਂ ਸਾਨੂੰ ਡੇਲੀ ਕੁਛ ਨਾ ਕੁਛ ਮਿਲਦਾ ਹੈ ਨਾ ਤੇ ਜਿੱਥੇ ਮੈਂ ਕੰਮ ਕਰਦਾ ਸੀ ਸਮਰਹਿਲ ਉੱਤੇ ਮੇਰੇ ਜਿਹੜੇ ਬੰਦੇ ਨੇ ਮੈਨੂੰ ਹਾਇਰ ਕੀਤਾ ਸੀ ਉਹ ਮੇਰਾ ਬਹੁਤ ਕਲੋਜ਼ ਫਰੈਂਡ ਵੀ ਹੈ ਡਾਕਟਰ ਐਲਨ ਮਾਰਕਸ PhD ਕੀਤਾ ਹੈ ਬੰਦੇ ਨੇ ਹੈ ਨਾ ਤੇ ਪਰ ਉਹਨਾਂ ਤੋਂ ਇਹ ਮੈਂ ਜ਼ਰੂਰ ਸਿੱਖਿਆ ਉਹਨੂੰ ਹੈਜੀਟੇਸ਼ਨ ਨਹੀਂ ਸੀ ਕਿਸੇ ਕੰਮ ਦੀ ਵੀ ਈਵਨ ਕੰਪਨੀ ਦਾ ਓਨਰ ਵੀ ਸੀ ਉਹਨੂੰ ਹੈਜੀਟੇਸ਼ਨ ਨਹੀਂ ਜਿਹੜਾ ਕੰਮ ਕਰਨ ਵਾਲਾ ਉੱਥੇ ਦੇਖ ਲਿਆ ਉਹਨਾਂ ਨੇ ਚਾਹੇ ਉਹ ਕਿਸੇ ਦੇ ਹੋਰ ਦੇ ਕਰਨ ਵਾਲੇ ਉਹਨੇ ਕਰ ਦੇਣਾ ਹੈ ਨਾ ਮੈਂ ਕਈ ਵਾਰ ਦੇਖਣਾ ਸਾਡਾ ਜਿਹੜਾ ਓਨਰ ਆ ਉਹ ਸਵੇਰੇ ਸਾਜਰੇ ਉਹਨੇ ਪਾਰਕਿੰਗ ਲਾਟ ਸਾਫ਼ ਕਰਦਾ ਹੁਣ ਉਹਨਾਂ ਜੇ ਕੋਈ ਪਾਰਕਿੰਗ ਲਾਟ 'ਚ ਕੋਈ ਸਿੱਟ ਗਿਆ ਸਿਰਗਟ ਸਿੱਟ ਗਿਆ ਜਾਂ ਪੇਪਰ ਸਿੱਟ ਗਿਆ ਜਾਂ ਕੁਛ ਹੋਰ ਹੈ ਨਾ ਕੋਈ ਉੱਡ ਕੇ ਚੀਜ਼ ਪੱਤਾ ਸਿੱਤਾ ਆ ਗਿਆ ਉਹ ਮੈਂ ਦੇਖਿਆ ਵੀ ਯਾਰ ਵੀ ਇਹ ਚੀਜ਼ ਮੈਂ ਉਹਨਾਂ ਤੋਂ ਸਿੱਖੀ ਵੀ ਕੋਈ ਵੀ ਜਿਹੜਾ ਹੈਗਾ ਨਾ ਸਾਨੂੰ ਕੰਮ ਹੈ ਉਹ ਤੋਂ ਹੈਜੀਟੇਸ਼ਨ ਨਹੀਂ ਕਰਨੀ ਚਾਹੀਦੀ ਵੀ ਜ਼ਰੂਰੀ ਹੈ ਨਾ ਵੇਟ ਕਰਨਾ ਚਾਹੀਦਾ ਵੀ ਉਹ ਫਲਾਨਾ ਬੰਦਾ ਆਊਗਾ ਤਾਂ ਉਹ ਕਰੂਗਾ ਉਹ ਚੀਜ਼ ਮੈਂ ਉਹਨਾਂ ਤੋਂ ਬਹੁਤ ਜਿਹੜਾ ਹੈਗਾ ਐਪਰੀਸ਼ੀਏਟ ਕਰਦਾ ਵੀ ਮੈਂ ਸਿੱਖਿਆ ਵੀ ਤੇ ਪੇਸ਼ੈਂਸ ਉਹਨਾਂ ਤੋਂ ਸਿੱਖੀ ਜਿਹੜਾ ਐਲਨ ਮਾਰਕਸ ਉਹਨੂੰ ਮੈਂ ਕਦੇ ਵੀ ਦੇਖਿਆ ਨਹੀਂ ਵੀ ਉਹ ਬੰਦਾ ਅਪਸੈਟ ਹੋਵੇ ਹੈ ਨਾ ਉਹ ਕੁਛ ਹੋਵੇ ਤੇ ਪਰ ਉਹ ਅਪਸੈਟ ਨਹੀਂ ਸੀ ਹੁੰਦਾ ਤੇ ਉਹ ਚੀਜ਼ ਵੀ ਮੈਂ ਉਹਨਾਂ ਤੋਂ ਸਿੱਖੀ ਵੀ ਨਹੀਂ ਅਪਸੈਟ ਵੀ ਹੋਣਾ ਤੁਹਾਡੇ ਵਾਲਾ ਚੰਗਾ ਨਹੀਂ ਹੈ ਤੇ ਉਹ ਮੇਰੇ ਹੁਣ ਵੀ ਕੰਮ ਆਉਂਦੀਆਂ ਮੈਂ ਕਦੇ ਵੀ ਕਿਸੇ ਨਾਲ ਖਾਸ ਕਰਕੇ ਕੰਮ ਤੇ ਮੈਂ ਕਿਸੇ ਨਾਲ ਅਪਸੈਟ ਨਹੀਂ ਹੁੰਦਾ ਈਵਨ ਕਈ ਵਾਰ ਗਲਤੀ ਵੀ ਹੋ ਜਾਏ ਤਾਂ ਮੈਂ ਕਹਿੰਦਾ ਕੋਈ ਗੱਲ ਨਹੀਂ ਯਾਰ ਗਲਤੀ ਹੋ ਗਈ ਠੀਕ ਹੈ ਸਿੱਖ ਲਓ ਇਹ ਤੋਂ ਗਲਤੀ ਤਾਂ ਮੇਰਾ ਤਾਂ ਸਿੰਪਲੀ ਹੁਣ ਫੰਡਾ ਇਹ ਹੈ ਵੀ ਜੇ ਗਲਤੀ ਹੋ ਗਈ ਇਹ ਗਲਤੀ ਨਹੀਂ ਇਹ ਤੁਹਾਡਾ ਲੈਸਨ ਆ ਇਹ ਤੋਂ ਸਿੱਖ ਲਓ ਗਲਤੀ ਦੂਜੀ ਵਾਰ ਹੁੰਦੀ ਆ ਹੈ ਨਾ ਤੇ ਤੀਜੀ ਵਾਰ ਆ ਜਿਹੜਾ ਉਹ ਹੁੰਦੀ ਆ ਤੁਹਾਡੀ ਜਿਵੇਂ ਆਪਾਂ ਕਹਿ ਦਈਏ ਬੇਵਕੂਫੀ ਬਿਲਕੁਲ ਕਿਉਂਕਿ ਤੁਸੀਂ ਸਿੱਖਦੇ ਨਹੀਂ ਪਿਛਲੀਆਂ ਦੋ ਚੀਜ਼ਾਂ ਤੋਂ ਪਰ ਮੈਂ ਜੇ ਕਿਸੇ ਤੋਂ ਕਈ ਵਾਰ ਕੰਮ ਕਰਦਾ ਤਾਂ ਕੋਈ ਚੀਜ਼ ਟੁੱਟ ਗਈ ਜਾਂ ਉਹਨਾਂ ਨੂੰ ਨਹੀਂ ਗੌਰ ਕੀਤੀ ਤਾਂ ਮੈਂ ਕਿਸੇ ਨੂੰ ਕਦੇ ਅਪਸੈਟ ਨਹੀਂ ਹੋਇਆ ਉਹਦੇ ਨਾਲ ਦੋ ਚੀਜ਼ਾਂ ਇੱਕ ਤਾਂ ਉਹ ਬੰਦੇ ਦਾ ਸਾਰਾ ਦਿਨ ਉਹਦੇ ਨਾਲ ਖਰਾਬ ਹੈ ਦੋ ਚਾਰ ਦਿਨ ਉਹਦੇ ਵੀ ਖਰਾਬ ਰਹਿੰਦੇ ਆ ਛੋਟੇ ਆਪਦੇ ਵੀ ਖਰਾਬ ਰਹਿੰਦੇ ਆ ਵੈਸੇ ਬਾਅਦ 'ਚ ਫਿਰ ਤੁਸੀਂ ਸੋਚਿਆ ਨਾ ਯਾਰ ਚੱਲ ਹੋਰਾਂ ਅਸੀਂ ਕਾਹਨੂੰ ਕਹਿਣਾ ਸੀ ਇਹਦੇ ਕਰਕੇ ਟਰਾਈ ਹੁੰਦੀ ਆ ਵੀ ਕਿਸੇ ਨੂੰ ਕੁਛ ਕਹੀ ਨਾ ਸਰ ਜਿਹੜੀ ਤੁਸੀਂ ਗਲਤੀ ਉਹ ਸਿੱਖਿਆ ਸਾਰਾ ਮੈਂ ਉਹਨਾਂ ਤੋਂ ਦੋ ਬੰਦਿਆਂ ਤੋਂ ਜਿਹੜੀ ਤੁਸੀਂ ਖਾਸ ਕਰਕੇ ਆਲਮ ਤੋਂ ਹਾਂਜੀ ਜਿਹੜੀ ਗਲਤੀ ਦੀ ਗੱਲ ਕਰ ਰਹੇ ਤੁਸੀਂ ਕਿ ਗਲਤੀ ਤੋਂ ਬੰਦਾ ਸਿੱਖਦਾ ਤੇ ਤੁਸੀਂ ਹਮੇਸ਼ਾ ਸਿੱਖਦੇ ਰਹੇ ਹੋ ਕੋਈ ਐਸੀ ਕੋਈ ਗਲਤੀ ਜਿਹੜੀ ਤੁਹਾਡੇ ਕਰੀਅਰ ਦੇ ਵਿੱਚ ਹੋਈ ਹੋਵੇ ਜਿਹੜੀ ਉਸ ਟਾਈਮ 'ਤੇ ਤੁਹਾਨੂੰ ਲੱਗਿਆ ਕਿ ਵੀ ਬਹੁਤ ਵੱਡੀ ਗਲਤੀ ਮੇਰੇ ਤੋਂ ਹੋ ਗਈ ਆ ਪਰ ਉਹ ਤੋਂ ਬਾਅਦ ਉਹਨੇ ਤੁਹਾਨੂੰ ਅੱਗੇ ਜਾ ਕੇ ਫਾਇਦਾ ਦਿੱਤਾ ਹੋਵੇ ਜਾਂ ਉਹ ਤੋਂ ਤੁਸੀਂ ਸਿੱਖ ਕੇ ਬਹੁਤ ਹੀ ਆਪਣਾ ਮਤਲਬ ਇੰਪਰੂਵਮੈਂਟ ਇੱਕ ਲਿਆਂਦੀ ਹੋਵੇ ਇੱਕ ਗਲਤੀ ਤਾਂ ਮੈਂ ਐਕਚੁਅਲੀ ਕੀਤੀ ਸੀਗੀ ਸਮਰਹਿਲ ਲਈ ਤੇ ਮੈਂ ਨਾ ਟਰੱਕ ਪਾਰਕ 'ਚ ਲਾਏ ਤੋਂ ਬਿਨਾਂ ਛੱਡ ਗਿਆ ਸੀਗਾ 5 ਟਨ ਟਰੱਕ ਤੇ ਉਹ ਗਾਹਾਂ ਰੋਲ ਹੋ ਕੇ ਉੱਥੇ ਹਿਲ ਸਾਈਡ 'ਚ ਵੱਜਿਆ ਜਿਹੜੀ ਬਿਲਡਿੰਗ ਹੈਰੀਟੇਜ ਬਿਲਡਿੰਗ 100-year-old ਹਾਊਸ ਦੇ ਵਿੱਚ ਵੱਜਿਆ ਸੀ ਤੇ ਉਹ ਮੈਨੂੰ ਲੱਗਿਆ ਵੀ ਬਹੁਤ ਵੱਡੀ ਗਲਤੀ ਹੈ ਵੀ ਇਹ ਨਹੀਂ ਹੋਣਾ ਚਾਹੀਦਾ ਤੇ ਸਾਨੂੰ ਹਰੇਕ ਚੀਜ਼ ਨੂੰ ਟੈਨਸ਼ਨ ਪੇ ਕਰਨੀ ਚਾਹੀਦੀ ਹੈ ਨਾ ਤੇ ਉੱਥੋਂ ਇੱਕ ਮੈਂ ਹੋਰ ਵੀ ਸਿੱਖਿਆ ਵੀ ਉਹਨਾਂ 'ਚ ਕਿੰਨੀ ਪੇਸ਼ੈਂਸ ਆ ਜਿਹਨਾਂ ਦਾ ਮੈਂ ਨੁਕਸਾਨ ਕੀਤਾ ਵੀ ਉਹਨੇ ਮੈਨੂੰ ਇੱਕ ਵਾਰ ਐਵੇਂ ਨਹੀਂ ਕਿਹਾ ਵੀ ਕਿਉਂ ਹੋਇਆ ਇਹ ਹੈ ਨਾ ਬਿਲਕੁਲ ਤੇ ਉਹ ਤੇ ਕਾਫੀ ਉਹਦੀ ਰਿਪੇਅਰ ਵੀ ਕਾਫੀ ਮਹਿੰਗੀ ਹੋਈ ਸੀ ਕਿਉਂਕਿ ਟਰੱਕ 5 ਟਨ ਟਰੱਕ ਰੋਲ ਕਰਕੇ ਵੀ ਇਸ ਬਿਲਡਿੰਗ 'ਚ ਵੱਜਣਾ ਤੇ ਉੱਥੋਂ ਸਿੱਖਣ ਨੂੰ ਇੱਕ ਇਹ ਮਿਲਿਆ ਵੀ ਭਾਈ ਕੁਛ ਹੋ ਜੇ ਅਪਸੈਟ ਨਹੀਂ ਹੋਣਾ ਕਿਉਂ ਉਹ ਬੰਦੇ ਜਿਹੜਾ ਮਾਲਕ ਸੀ ਉਹ ਮੇਰੇ ਨਾਲ ਅਪਸੈਟ ਨਹੀਂ ਹੋਇਆ ਕਹਿੰਦਾ ਚਲੋ ਕੋਈ ਨਹੀਂ ਗਲਤੀ ਹੋ ਜਾਂਦੀ ਹੈ ਹੈ ਨਾ ਬਿਲਕੁਲ ਜੀ ਬਿਲਕੁਲ ਮੈਂ ਇੱਕ ਸਿੱਖਿਆ ਵੀ ਸਾਨੂੰ ਹਰੇਕ ਥੋੜ੍ਹੀ ਥੋੜ੍ਹੀ ਚੀਜ਼ ਨੂੰ ਤੁਹਾਨੂੰ ਤਵੱਜੋ ਦੇਣੀ ਚਾਹੀਦੀ ਹੈ ਵੀ ਇਹਦਾ ਗਾਹਾਂ ਇਫੈਕਟ ਕੀ ਹੁੰਦਾ ਭੱਜਣਾ ਨਹੀਂ ਚਾਹੀਦਾ ਉਹ 'ਚ ਵੀ ਕੀ ਸੀ ਮੈਂ ਕੰਮ ਕਰਦਾ ਸੀ ਮੈਂ ਨਹੀਂ ਸਹੀ ਦਿਨ ਮੈਂ ਫੋਰਕਲਿਫਟ ਨਾਲ ਲਾ ਕੇ ਚੱਲ ਕਰਦੇ ਹਾਂ ਹੈ ਨਾ ਹਾਂਜੀ ਤੇ ਉਹ ਭੁੱਲ ਗਿਆ ਤੇ ਪਾਰਕ ਲਾਉਣਾ ਤੇ ਰੋਲ ਇਹ ਬਹੁਤ ਨੁਕਸਾਨ ਹੋ ਸਕਦਾ ਜੀ ਇਹ ਚੀਜ਼ ਦਾ ਜੇ ਟਰੱਕ ਨੂੰ ਰੋਲ ਹੀ ਕਰਦਾ ਜਾਵੇ ਅੱਗੇ ਹੋਰ ਬਿਲਡਿੰਗ 'ਚ ਨਾ ਕਿਤੇ ਹੋਰ ਜਾਣੀ ਨੁਕਸਾਨ ਹੋਵੇ ਸਿਰਫ ਗੱਲ ਕਰਦੇ ਹਾਂ ਤੁਹਾਡੇ ਅਪਬ੍ਰਿੰਗਿੰਗ ਦੀ ਇੰਡੀਆ ਦੇ ਵਿੱਚ ਤਾਂ ਤੁਹਾਡੀ ਅਪਬ੍ਰਿੰਗਿੰਗ ਹੋਈ ਅਤੇ ਕੀ ਉਹ ਯਾਦਾਂ ਨੇ ਤੁਸੀਂ ਇੰਜੀਨੀਅਰਿੰਗ ਕੀਤੀ ਕਿੱਥੋਂ ਇੰਜੀਨੀਅਰਿੰਗ ਕੀਤੀ ਅਤੇ ਜਦੋਂ ਤੁਹਾਡੇ ਪਹਿਲੇ ਸਾਲ ਸੀਗੇ ਕੈਨੇਡਾ ਦੇ ਵਿੱਚ ਆ ਕੇ ਉਹਦੇ ਵਿੱਚ ਕੀ ਸਟਰਗਲ ਸੀਗੀਆਂ ਅਤੇ ਅੱਜ ਦੇ ਟਾਈਮ 'ਚ ਤੁਸੀਂ ਕੀ ਫ਼ਰਕ ਦੇਖ ਰਹੇ ਹੋ ਮਤਲਬ 30-40 ਸਾਲ ਪਹਿਲਾਂ ਤੋਂ ਹੁਣ ਤੱਕ ਕਿੰਨਾ ਕੁ ਫ਼ਰਕ ਪਿਆ ਨਹੀਂ ਮੈਂ ਇੱਕ ਗੱਲ ਆਮ ਹੀ ਕਹਿਣਾ ਹੁੰਦਾ ਵੀ ਮੈਂ ਨਾ ਗਰੀਬੀ 2 ਵਾਰਾਂ ਦੇਖੀ ਹੈ ਨਾ ਅਤੇ ਪਹਿਲਾਂ ਤੇ ਅਸੀਂ 6-7 ਭੈਣ ਭਾਈ ਸੀਗੇ। ਲੈਂਡ ਵੀ ਵਾਲੀ ਹੈ ਨਹੀਂ ਸੀ ਉਦੋਂ ਵੀ, ਮੈਂ ਤਾਂ ਕਹਿੰਦਾ ਕੰਸੀਡਰ ਕਰਦਾ ਵੀ ਅਸੀਂ ਗਰੀਬ ਸੀਗੇ, ਹੈ ਨਾ। ਚਲੋ ਹੌਲੀ ਹੌਲੀ ਬਾਪੂ ਨੇ, ਮਾਂ ਨੇ ਸਾਡੀ ਨੇ ਮਿਹਨਤ ਕੀਤੀ, ਹੈ ਨਾ, ਅਤੇ ਉਹਨਾਂ ਨੇ ਸਾਨੂੰ ਪੜ੍ਹਾਇਆ। ਪੜ੍ਹਾ ਕੇ ਮੈਂ ਇੰਜੀਨੀਅਰਿੰਗ ਕੀਤੀ, ਲੁਧਿਆਣਾ ਇੰਜੀਨੀਅਰਿੰਗ ਕਾਲਜ ਤੋਂ 3 ਸਾਲ ਦਾ ਡਿਪਲੋਮਾ ਕੀਤਾ ਮੈਂ ਉੱਥੋਂ। ਅਤੇ ਉਸ ਤੋਂ ਬਾਅਦ ਪਹਿਲਾਂ ਪ੍ਰਾਈਵੇਟ ਸਰਵਿਸ ਕੀਤੀ, ਪ੍ਰਾਈਵੇਟ ਇੰਡਸਟਰੀ 'ਚ। ਫਿਰ ਮੈਨੂੰ 91 ਦੇ ਵਿੱਚ ਬਿਜਲੀ ਬੋਰਡ 'ਚ ਜੋਬ ਮਿਲ ਗਈ, ਹੈ ਨਾ। ਅਤੇ ਇੱਕ ਮੈਂ ਹਮੇਸ਼ਾ ਹੀ ਲੱਕੀ ਸਮਝਦਾ ਸੀ ਉਹਨੂੰ, ਮੈਂ 2-3 ਥਾਈਂ ਅਪਲਾਈ ਕੀਤਾ, ਮੈਨੂੰ ਕੰਮ ਮਿਲ ਹੀ ਜਾਂਦਾ ਸੀਗਾ। ਅਤੇ ਉਦੋਂ ਬਿਜਲੀ ਬੋਰਡ 'ਚ ਵੀ ਮਿਲੀ ਮੈਨੂੰ, ਉਦੋਂ ਇੱਕ ਹੋਰ ਮਹਿਕਮੇ 'ਚ ਵੀ ਮਿਲ ਗਈ ਸੀ, ਪਰ ਮੈਂ ਬਿਜਲੀ ਬੋਰਡ ਜੁਆਇਨ ਕੀਤਾ। ਚਲੋ ਫਿਰ ਤੁਸੀਂ ਥੋੜ੍ਹੇ ਸੌਖੇ ਹੋ ਗਏ, ਸਰਕਾਰੀ ਨੌਕਰੀ ਹੈ, ਹੈ ਨਾ। ਅਤੇ 93 'ਚ ਫਿਰ ਅਸੀਂ ਇੱਧਰ ਆ ਗਏ ਆਪਣੇ, ਜੁਲਾਈ 1993, 30 ਸਾਲ ਹੋ ਗਿਆ ਇਹਨੂੰ ਹੁਣ ਤਾਂ। ਅਤੇ ਜਦੋਂ ਇੱਥੇ ਆ ਗਏ, ਇੱਥੇ ਆ ਕੇ ਫਿਰ ਗਰੀਬ ਹੋ ਗਏ, ਕਿਉਂਕਿ ਦੁਬਾਰੇ ਫਿਰ ਉਹੀ ਕੰਮ ਹੋ ਗਿਆ ਵੀ, ਹੈ ਨਾ, ਨੰਬਰ ਉਹ ਤੋਂ ਸ਼ੁਰੂ ਕਰਨਾ, ਜ਼ੀਰੋ ਤੋਂ। ਅਤੇ ਇੱਕ ਲੋਕ ਮਖੌਲ ਬਹੁਤ ਕਰਦੇ ਸੀ ਜਦੋਂ ਪਤਾ ਲੱਗ ਜਾਂਦਾ ਸੀ ਵੀ ਇਹਨੇ ਡਿਪਲੋਮਾ ਕੀਤਾ ਵਾ, ਪੜ੍ਹਿਆ ਵਾ, ਹੈ ਨਾ। ਅਤੇ ਆਮ ਹੀ ਲੋਕ ਮਖੌਲ ਕਰਦੇ ਰਹਿੰਦੇ ਸੀ, ਯਾਰ ਇੱਥੇ ਤਾਂ ਆਹੀ ਕੰਮ ਹੈ, ਚਾਹੇ ਪੜ੍ਹਿਆ ਚਾਹੇ ਅਨਪੜ੍ਹ ਆ, ਇੱਥੇ ਖੇਤਾਂ 'ਚ ਹੀ ਕੰਮ ਕਰਨਾ ਪੈਣਾ। ਅਤੇ ਪਰ ਮੈਂ ਹੱਸਦਾ ਵੀ ਹੁੰਦਾ ਸੀ ਉਹਨਾਂ ਲੋਕਾਂ 'ਤੇ। ਮੈਂ ਤਾਂ ਇੱਕ ਗੱਲ ਹੀ ਕਹਿੰਦਾ ਹੁੰਦਾ ਸੀ ਵੀ, ਤੇ ਗਧਾ ਅਤੇ ਘੋੜਾ ਇੱਕ ਖੇਤ 'ਚ ਚਰ ਤਾਂ ਸਕਦੇ ਆ, ਪਰ ਘੋੜੇ ਨੇ ਘੋੜਾ ਰਹਿਣਾ ਅਤੇ ਗਧੇ ਨੇ ਗਧਾ ਰਹਿਣਾ। ਉਹਨਾਂ ਜਿਹੜੇ ਕੋਈ ਜਾਲ ਤਵਾ ਲਾਉਂਦਾ ਸੀ, ਮੈਂ ਉਹਨੂੰ ਕਹਿ ਦਿੰਦਾ ਸੀ ਵੀ ਘੋੜੇ ਨੇ ਘੋੜਾ ਰਹਿਣਾ, ਗਧੇ ਨੇ ਗਧਾ ਰਹਿਣਾ, ਚਾਹੇ ਉਹ ਇੱਕੇ ਖੇਤ 'ਚ ਹੀ ਚਰਦੇ ਆ, ਠੀਕ ਹੈ ਨਾ। ਅਤੇ ਚਲੋ ਇੱਥੇ ਆ ਗਏ, ਫਿਰ ਸਟਰਗਲ ਸ਼ੁਰੂ ਹੋਈ, ਹੈ ਨਾ। ਅਤੇ ਆਪਣੇ ਪਹਿਲਾਂ ਆ ਕੇ ਬੇਰੀਆਂ ਬੂਰੀਆਂ ਤੋੜੀਆਂ ਆਪਣੇ ਵੈਂਕੂਵਰ ਦੇ ਵਿੱਚ, ਸਰੀ ਆਏ ਸੀ ਅਸੀਂ। ਅਤੇ ਉਸ ਤੋਂ ਬਾਅਦ ਮੂਵ ਹੋ ਗਏ ਇੱਥੇ ਆਪਣਾ ਪੈਂਟਿਕਨ। ਅੱਛਾ, ਚਲੋ ਉੱਥੇ ਫਿਰ ਫਾਰਮਾਂ 'ਚ ਕੰਮ ਕੁਮ, ਪ੍ਰੂਨਿੰਗ ਦਾ, ਕਿਤੇ ਹੋਰ। ਅਤੇ ਪਰ ਮੈਂ ਨਾ ਗੇਵ ਅਪ ਨਹੀਂ ਸੀ ਕੀਤਾ, ਫਿਰ ਵੀ ਇੱਕ ਟਰਾਈ ਕਰਦਾ ਰਹਿੰਦਾ ਸੀ, ਮੇਰਾ ਇਲੈਕਟ੍ਰੀਕਲ ਦਾ ਕਿਤੇ ਨਾ ਕਿਤੇ ਕੋਈ ਜੁਗਾੜ ਲੋਟਾ ਜੇ। ਅਤੇ ਮੈਂ ਜਦੋਂ ਅਸੀਂ ਮੂਵ ਹੋਏ ਦਸੰਬਰ 'ਚ, 6 ਮਹੀਨਿਆਂ ਬਾਅਦ ਹੀ ਆਪਣੇ ਪੈਂਟਿਕਨ, ਮੈਂ ਨਾ ਇਹਨਾਂ ਦੇ ਚਲਿਆ ਗਿਆ ਆਪਣੇ ਸਰਵਿਸ ਕੈਨੇਡਾ ਵਾਲਿਆਂ ਦੇ, ਹਿਊਮਨ ਰਿਸੋਰਸ ਐਂਡ ਸਕਿੱਲ ਵਾਲਿਆਂ ਦੇ। ਅਤੇ ਆਫਿਸ ਦੇ ਵਿੱਚ ਮੈਂ ਕਿਹਾ ਮੈਂ ਕਾਉਂਸਲਰ ਨੂੰ ਮਿਲਣਾ। ਅਤੇ ਚਲੋ ਉਹ ਕਹਿੰਦੇ ਵੀ ਅਪਾਇੰਟਮੈਂਟ ਦੇ ਦਿੰਦੇ ਸੀ, ਓਕੇ ਸੀ, ਪਾ ਕੇ ਹੁੰਦਾ ਸੀ, ਕੋਈ ਨਹੀਂ ਆਪ ਪੁੱਛਦਿਆਂ ਹੈਗਾ, ਹੁਣ ਵਾਲਾ ਕੰਮ ਤਾਂ ਹੈ ਨਹੀਂ, ਪਹਿਲਾਂ ਅਪਾਇੰਟਮੈਂਟ ਬਣਾਓ ਜੇ। ਉਹ ਅਤੇ ਮੈਂ ਮਿਲਿਆ, ਉਹ ਬੰਦੇ ਦਾ ਨਾਂ ਸੀ ਮੈਲਕਮ ਕਲਾਰਕ। ਅੱਛਾ। ਅਤੇ ਕਾਫੀ ਉਮਰ ਦਾ, ਮੈਨੂੰ ਲੱਗਦਾ ਉਦੋਂ ਰਿਟਾਇਰਮੈਂਟ ਦੇ ਨੇੜੇ ਤੇੜੇ ਹੋਣਾ, 3-4 ਸਾਲ ਦੀ ਰਿਟਾਇਰਮੈਂਟ ਏਜ ਰਹਿੰਦੀ ਹੋਣੀ ਉਹਦੀ। ਮੈਂ ਉਹਦੇ ਨਾਲ ਗੱਲ ਕੀਤੀ, ਮੈਂ ਕਿਹਾ ਵੀ ਮੈਂ ਨਾ ਆਹ ਕੀਤਾ ਵੀ, ਮੈਂ ਇਹਦਾ ਹੱਲ ਦੱਸ ਵੀ ਕੀ ਕਰਾਂ, ਮੈਨੂੰ ਨਾ ਕੋਈ ਕੰਮ ਦਿੰਦਾ ਹੈ, ਨਾ ਮੇਰੇ ਕੋਈ ਕ੍ਰੈਡੈਂਸ਼ੀਅਲ ਨੂੰ ਮੰਨਦਾ, ਹੈ ਨਾ। ਅਤੇ ਜਿਹੜੇ ਮੈਂ ਜਾ ਕੇ ਕੰਮ ਪੁੱਛਦਾ, ਉਹ ਕਹਿੰਦਾ ਵੀ ਤੂੰ ਤਜਰਬਾ ਤੈਨੂੰ ਹੈਗਾ ਇੱਥੋਂ ਦਾ ਤਾਂ ਦੱਸ, ਉਹ ਮੇਰੇ ਕੋਲ ਨਹੀਂ ਹੈ। ਅਤੇ ਉਹ ਬੰਦੇ ਨੇ ਨਾ ਬੜੇ ਪਿਆਰ ਨਾਲ ਗੱਲਬਾਤ ਵੀ ਕੀਤੀ ਮੇਰੇ ਨਾਲ, ਅਤੇ ਮੈਨੂੰ ਕਹਿੰਦਾ ਵੀ ਯੂ ਵਿਲ ਸਕਸੀਡ, ਇੱਕ ਗੱਲ ਉਹਨੇ ਮੈਨੂੰ ਕਹੀ। ਅਤੇ ਕਹਿੰਦਾ ਮੈਂ ਪਹਿਲੀ ਵਾਰ ਕੋਈ ਬੰਦਾ ਦੇਖਿਆ ਵਿਦਨ 6 ਮੰਥ ਉਹ ਸਾਡੇ ਡੋਰ ਨੋਕ ਕਰਦਾ ਹੋਵੇ ਵੀ ਮੈਨੂੰ ਦੱਸੋ ਮੈਂ ਕੀ ਕਰਾਂ, ਹੈ ਨਾ। ਅਤੇ ਚੱਲ ਉਹਨੇ ਮੈਨੂੰ ਇੱਕ ਦਿੱਤਾ ਲੈਟਰ, ਕਹਿੰਦਾ ਵੀ ਤੂੰ ਆਹ ਲੈਟਰ ਕਿਸੇ ਵੀ ਇੰਪਲਾਇਰ ਨੂੰ ਦੇ ਦੇ ਜਿਹੜਾ ਤੈਨੂੰ ਹਾਇਰ ਕਰ ਲਏ ਇਨ ਇਲੈਕਟ੍ਰੀਕਲ ਫੀਲਡ ਦੇ ਵਿੱਚ, ਅਤੇ ਅਸੀਂ ਤੇਰੀ ਵੇਜਿਸ ਸਬਸਿਡਾਈਜ਼ ਕਰਾਂਗੇ। ਅੱਛਾ। ਅਤੇ ਉਦੋਂ ਮੈਨੂੰ ਲੱਗਦਾ ਸੀ ਵੀ ਆਲਮੋਸਟ 1 ਈਅਰ ਦਾ ਸੀਗਾ ਪ੍ਰੋਗਰਾਮ, ਖਾਨੀ ਹੁਣ ਮੇਰੇ ਪੂਰਾ ਯਾਦ ਨਹੀਂ ਹੈ ਵੀ, ਤੂੰ ਇਹ ਲੈਟਰ ਮੈਂ ਤੈਨੂੰ ਦੇਣਾ, ਇਹਦੀ ਕਾਪੀ ਕਰ ਲਾ, ਨਾਲ ਮੈਂ ਤੈਨੂੰ ਆਪਦਾ ਕਾਰਡ ਦੇ ਦੇਣਾ ਵੀ ਜਿੱਥੇ ਜਾਵੇਂਗਾ ਉੱਥੇ ਕਾਰਡ ਵੀ ਮੇਰਾ ਦੇ ਦੇ, ਨਹੀਂ ਤਾਂ ਮੇਰਾ ਥੱਲੇ ਇਨਫੋਰਮੇਸ਼ਨ ਹਰੇਕ ਨੂੰ ਦੇ ਆ ਤੂੰ ਵੀ, ਜਿਹੜੇ ਨੇ ਜੇ ਕੋਈ ਇੰਟਰਸਟ ਹੋਇਆ ਤੈਨੂੰ ਹਾਇਰ ਕਰ ਲੂਗਾ ਵੀ, ਉਹਨੂੰ ਤੇਰੀ ਟ੍ਰੇਨਿੰਗ ਵਾਸਤੇ ਪੇ ਨਹੀਂ ਕਰਨਾ ਪੈਣਾ, ਤੇਰਾ ਤਜਰਬਾ ਹੋ ਜੂਗਾ, ਪੇ ਅਸੀਂ ਕਰ ਦਿਆਂਗੇ, ਤੇਰੀ ਟ੍ਰੇਨਿੰਗ ਹੋ ਜੂਗੀ। ਅਤੇ 50% ਸਬਸਿਡਾਈਜ਼ ਕਰਦੇ ਹੁੰਦੇ ਸੀ। ਅਤੇ ਫਿਰ ਮੈਂ ਲੈ ਕੇ ਇੱਥੇ ਤੁਰਿਆ ਫਿਰਦਾ ਰਿਹਾ, ਕਿਤੇ ਕਿਸੇ ਕਿਤੇ ਕਿਤੇ, ਅਤੇ ਨਹੀਂ ਗੱਲ ਬਣੀ। ਅਤੇ ਵਿੱਚ ਦੀ ਕੰਮ ਵੀ ਕਰਨਾ, ਕਿਉਂਕਿ ਹੁਣ ਪੈਸੇ ਵੀ ਹੈ ਨਹੀਂ ਸੀ, ਨਹੀਂ ਤਾਂ ਪੜ੍ਹ ਪੜ੍ਹੀ ਲੈਂਦੇ। ਅਤੇ ਕਈ ਵਾਰ ਦਾ ਕੰਮ ਵੀ ਇਹੋ ਜਿਹਾ ਹੁੰਦਾ, ਮੈਂ ਨਾ ਕੋਨ ਪੈਨ ਪਿਕ ਕਰਨ ਜਾਂਦਾ ਹੁੰਦਾ ਆਪਣੇ ਕੋਨ ਦੀਆਂ, ਅਤੇ ਉਹ ਦਿੰਦਾ ਹੁੰਦਾ ਸੀ ਮੈਨੂੰ ਲੱਗਦਾ ਵੀ $2 ਬੈਗ ਦੇ ਦਿੰਦਾ ਹੁੰਦਾ ਸੀ, ਉਹ 20 ਪਾਊਂਡ ਦਾ ਬੈਗ ਹੁੰਦਾ ਸੀ। ਅੱਛਾ। ਅਤੇ ਉਹ ਕਈ ਵਾਰ ਦਾ $10 ਦਾ ਹੀ ਕੰਮ ਹੋਣਾ ਸਾਰੇ ਦਿਨ, ਜੇ ਤਾਂ ਵਧੀਆ ਮਿਲ ਜਾਣੇ ਟਰੀ, ਹੈ ਨਾ, ਵਧੀਆ ਕੋਨ ਮਿਲ ਜਾਣੇ ਤਾਂ ਵਾਹਵਾ ਭਰ ਲੈਣੇ ਤੁਸੀਂ, ਨਹੀਂ ਕਈ ਵਾਰ ਫਿਰ ਤੁਰੇ ਹੁੰਦਾ ਸੀਗਾ ਬਾਹਰ, ਅਸੀਂ ਤੁਰੇ ਰਹਿਣਾ ਜੰਗਲ 'ਚ ਇਕੱਠੇ ਕਰਦੇ। ਅਤੇ ਕਈ ਵਾਰ $10 ਦਾ ਵੀ ਕੰਮ ਹੁੰਦਾ ਸੀ, ਉਹੋ ਜਿਹਾ ਵੀ ਕੀਤਾ। ਪਰ ਇਹ ਹੁੰਦਾ ਸੀ ਯਾਰ ਕੰਮ ਤਾਂ ਹੈਗਾ ਹੈ ਨਾ, ਤੇ ਇਹ ਨਹੀਂ ਸੀ ਪੈਸੇ ਤੇ ਕਿਤੇ ਨਹੀਂ ਸੀ ਵੀ ਪੈਸੇ ਬਣਨਾ, ਇਹ ਹੁੰਦਾ ਸੀ ਕੰਮ ਮਿਲਦਾ ਰਹੇ। ਚੱਲ ਜੇ ਉਹ ਵੀ ਕੀਤਾ ਤੇ ਫਿਰ ਮੈਂ ਚਲਿਆ ਗਿਆ ਆਪਣੇ ਵੈਨਕੂਵਰ, ਉੱਥੇ ਮੈਨੂੰ ਇੱਕ ਕੰਪਨੀ ਨੇ ਹਾਇਰ ਕਰ ਲਿਆ ਇਲੈਕਟ੍ਰੀਕਲ ਦੇ ਨੇ, ਉਹ ਸੀਗੀ ਵਾਲਾ ਇਲੈਕਟ੍ਰਿਕ, ਅੱਛਾ ਦਵਿੰਦਰ ਵਾਲਾ ਓਨਰ ਸੀ ਉਹਦਾ, ਉਹ ਬੰਦੇ ਨੇ ਮੈਨੂੰ ਹਾਇਰ ਕਰਕੇ ਟ੍ਰੇਨਿੰਗ ਟ੍ਰੇਨਿੰਗ ਦੇ ਵਿੱਚ ਚੱਲ ਕੋਈ ਨਹੀਂ, ਪਰ ਉਦੋਂ ਹਾਊਸਿੰਗ ਮਾਰਕੀਟ ਵੀ ਬਹੁਤ ਸਲੋ ਹੋ ਗਈ 94-95 ਚ ਆ ਕੇ, ਹੈ ਨਾ, ਤੇ ਕੰਮ ਘੱਟ ਗਿਆ, ਤੇ ਫਿਰ ਮੈਨੂੰ ਉੱਥੇ ਕੰਮ ਨਹੀਂ ਸੀ ਪੂਰਾ ਮਿਲਦਾ ਤੇ ਮੈਨੂੰ ਔਖਾ ਹੋਇਆ। ਮੈਂ ਹੁਣ ਮੈਂ ਵਾਪਸ, ਸਾਰੀ ਫੈਮਿਲੀ ਇੱਥੇ ਪੈਂਟੈਕਟਨ ਰਹਿੰਦੀ ਸੀ ਤੇ ਰੈਂਟ ਕਿਹੜਾ ਇਕੱਲਾ ਉੱਥੇ ਪੇ ਕਰੇ, ਔਖਾ ਹੋ ਜਾਂਦਾ ਕੰਮ। ਫਿਰ ਮੈਂ ਮੁੜ ਕੇ ਇੱਥੇ ਆ ਗਿਆ, ਇੱਥੇ ਆ ਕੇ ਫਿਰ ਆਪਣਾ ਖੇਤਾਂ ਖੁੱਤਾਂ ਦਾ ਕੰਮ ਲੱਭਣਾ ਸ਼ੁਰੂ ਕਰਤਾ, ਤੇ 95 ਚ ਪਹਿਲਾ ਵਿਨਯਾਰਡ ਸੀ ਜਿੱਥੇ ਕੰਮ ਕੀਤਾ, ਓਕੇ ਫਾਲ ਸੀਗਾ, ਫਿਰ ਇੱਕ ਪੈਕਿੰਗ ਹਾਊਸ 'ਚ ਕੰਮ ਕੀਤਾ ਉਸੇ ਸੀਜ਼ਨ 'ਚ, ਤੇ 95 ਦੇ ਦਸੰਬਰ 'ਚ ਅਸੀਂ ਇੱਥੇ ਮੂਵ ਹੋ ਗਏ ਸੀਗੇ ਆਪਣੇ ਜਿੱਥੇ ਹੁਣ ਅਸੀਂ ਰਹਿੰਦੇ ਹਾਂ ਸ਼ਹਿਰ 'ਚ, ਵੈਸਟ ਬੈਂਕ 'ਚ, ਵੈਸਟ ਕਲੋਨਾ ਕਹਿ ਦਿੰਦੇ ਹਨ। ਤੇ 96 'ਚ ਫਿਰ ਮੈਨੂੰ ਜਿਹੜੀ ਹੈਗੀ ਪਹਿਲੀ ਜੌਬ ਸਮਰਹਿਲ ਨਾਲ, ਸਮਰਹਿਲ ਵਾਈਨਰੀ 'ਚ ਮਿਲੀ, ਉਦੋਂ ਬਾਅਦ 10 ਸਾਲ ਲਾ ਕੇ ਫਿਰ ਆਉਂਦਾ ਇੱਥੇ। ਕਦੇ ਆਏ ਨੀ ਸੀ ਮਨ 'ਚ ਆਇਆ ਵੀ ਯਾਰ ਨਹੀਂ ਕੁਛ ਕਰਨ ਹੋਣਾ ਨੀ, ਇਹ ਹੁੰਦਾ ਸੀ ਚਲ ਕੋਈ ਨੀ ਕਰ ਲਾਂਗੇ, ਕੁਛ ਨਾ ਕੁਛ ਕਰਕੇ ਦਿਖਾਵਾਂਗੇ। ਇੱਕ ਇਹ ਹੁੰਦਾ ਸੀ ਵੀ ਕਿਸੇ ਨਾ ਕਿਸੇ ਦਿਨ ਕਰਕੇ ਕੁਛ ਨਾ ਕੁਛ ਦਿਖਾਵਾਂਗੇ, ਇਹ ਨੀ ਹੈ ਵੀ ਯਾਰ ਠੀਕ ਹੈ ਡਿਪਰੈਸ ਹੋ ਕੇ ਤੁਰੇ ਫਿਰਦੇ, ਚੜ੍ਹਦੀ ਕਲਾ 'ਚ ਰਹਿੰਦੇ ਸੀਗੇ, ਹੈ ਨਾ। ਤੇ ਉਹਦਾ ਰਿਜ਼ਲਟ ਹੈ ਅੱਜ ਵਧੀਆ, ਰੱਬ ਦੀ ਮਿਹਰ ਹੈ, ਹੈ ਨਾ। ਤੇ ਆਪਣਾ ਆਹ ਫਿਰ ਆਪਦਾ ਬਿਜ਼ਨਸ ਸ਼ੁਰੂ ਕਰ ਲਿਆ, ਤੇ ਜਿਹੜੀ ਇੱਕ ਮੈਂ ਕਹਿੰਦਾ ਹੁੰਦਾ ਵੀ ਘੱਟੋ ਘੱਟ ਮੈਨੂੰ ਇਹ ਚੀਜ਼ ਦੀ ਸੈਟਿਸਫੈਕਸ਼ਨ ਹੈਗੀ ਆ ਬਈ ਆਪਾਂ ਉਸ ਇੰਡਸਟਰੀ 'ਚ ਬੜੇ ਜਿੱਥੇ ਡੋਮੀਨੇਸ਼ਨ ਸੀਗੀ ਵਾਈਟ ਲੋਕਾਂ ਦੀ, ਠੀਕ ਹੈ, ਤੇ ਉਸ ਉਹਦੇ ਵਿੱਚ ਵੜ ਕੇ ਉਹਨਾਂ ਦੇ ਲੈਵਲ 'ਤੇ ਕੰਮ ਕਰਕੇ ਦਿਖਾਇਆ ਵੀ ਹਾਂ ਭਾਈ ਅਸੀਂ ਵੀ ਕਰ ਸਕਦੇ ਹਾਂ, ਬਿਲਕੁਲ, ਹੈ ਨਾ। ਤੇ ਹੁਣ ਮੈਂ ਕਹਿੰਦਾ ਵੀ ਇਹ ਵੀ ਮੇਰੀ ਵਧੀਆ ਅਚੀਵਮੈਂਟ ਸੀ ਜਦੋਂ ਪਹਿਲੀ ਵਾਰ ਉਹਨੇ ਇੰਟਰੋਡਿਊਸ ਕੀਤਾ ਸੀ ਇਹ ਵਿਟੀਕਲਚਰ ਆਫ ਈਅਰ, ਹਾਂਜੀ, ਹੈ ਨਾ। ਤੇ ਉਹ ਸਭ ਤੋਂ ਪਹਿਲਾਂ ਫਿਰ ਮੈਨੂੰ ਮਿਲਿਆ ਸੀਗਾ, ਉਹ ਵੀ ਵਧੀਆ ਅਚੀਵਮੈਂਟ ਸੀ, ਇਕੱਲੀ ਮੇਰੀ ਨਹੀਂ, ਉਹ ਆਪਣੀ ਕਮਿਊਨਿਟੀ ਦੀ ਵੀ ਸੀਗੀ, ਹੈ ਨਾ। ਜਦੋਂ ਤੁਸੀਂ ਡਿਫਰੈਂਟ ਹੋ ਤਾਂ ਉਹਦਾ ਇੰਪੈਕਟ ਇਕੱਲਾ ਤੁਹਾਡਾ ਨਹੀਂ ਹੁੰਦਾ, ਹੋਰ ਵੀ ਬਹੁਤ ਹੁੰਦਾ। ਤੇ ਪੱਗ ਵਾਲਾ ਇੰਡਸਟਰੀ 'ਚ ਇੰਨੇ ਵਾਲੇ ਬੰਦੇ ਹੈ ਨਹੀਂ, ਖਾਸ ਕਰਕੇ ਵੀ ਜਿਹੜੇ ਮੇਰੇ ਅੱਗੇ ਰੋਲ 'ਚ ਹੋਣ, ਹੈਗੇ ਆਪਣੇ ਬੰਦੇ ਹੁਣ ਤਾਂ, ਪਰ ਨੀਚਲੀ ਮੈਨੂੰ ਲੱਗਦਾ ਵੀ ਮੈਂ ਪੱਗ ਵਾਲਾ ਜਿਹੜਾ ਬੰਦਾ ਸੀਗਾ ਉਹ ਪਹਿਲਿਆਂ 'ਚੋਂ ਹੀ ਸੀਗਾ ਜਿਹੜਾ ਇਸ ਇੰਡਸਟਰੀ 'ਚ ਵੜਿਆ ਅਤੇ ਕੰਮ ਕੀਤਾ ਅਤੇ ਦੱਸਿਆ ਵੀ ਅਸੀਂ ਇਹ ਕਰ ਸਕਦੇ ਹਾਂ। ਇਕੱਲਾ ਇਹ ਨਹੀਂ ਅਚੀਵ ਵੀ ਕੀਤਾ ਵੀ ਬਾਈ ਸਾਨੂੰ ਆਉਂਦਾ ਵੀ ਆ, ਵੀ ਐਂ ਨਹੀਂ ਹੈ ਵੀ ਅਸੀਂ ਧੱਕੇ ਨਾਲ ਹੀ ਕੰਮ ਤੋਰਦੇ ਹਾਂ ਉਹਨਾਂ। ਅਤੇ ਰਿਸਰਚ ਦਾ ਕੰਮ ਮੈਂ ਕਾਫੀ ਕੀਤਾ ਵਿਨਯਾਰਡ ਦੇ ਵਿੱਚ, ਜਾਣੀ ਦੀ ਡਿਵੈਲਪ ਕਰਨਾ ਡਿਫਰੈਂਟ ਮੈਥਡ, ਹਾਂਜੀ। ਅਤੇ ਉਹ ਕਈ ਵਾਰ ਤਾਂ ਇੱਥੇ ਮੇਰੇ ਮੁੰਡਾ ਮੈਨੇਜਰ ਵੀ, ਉਹ ਕਹਿੰਦਾ ਭਾਅ ਜੀ ਐਵੇਂ ਟਾਈਮ ਵੇਸਟ ਹੀ ਕਰਦੇ ਰਹਿੰਦੇ ਤੁਸੀਂ। ਮੈਂ ਕਹਿੰਦਾ ਹੁੰਦਾ ਵੀ ਜੇ ਐਜੂਕੇਸ਼ਨ ਆ ਉਹ ਕਾਸਟ ਹੁੰਦੀ ਆ ਆਪਾਂ ਨੂੰ, ਹੈ ਨਾ, ਬਿਲਕੁਲ, ਅਤੇ ਇਹ ਸਿੱਖਦੇ ਹਾਂ ਆਪਾਂ। ਨਹੀਂ ਨਹੀਂ ਭਾਅ ਜੀ ਐਵੇਂ ਇੱਥੇ ਆਪਾਂ ਟਾਈਮ ਖਰਾਬ ਕਰਦੇ ਹਾਂ, ਨਹੀਂ, ਮੈਂ ਕਹਿੰਦਾ ਨਹੀਂ ਇਹ ਸਿੱਖਣ ਵਾਲੀ ਚੀਜ਼ ਆ, ਆਪਾਂ ਟਾਈਮ ਖਰਾਬ ਕਰਦੇ ਹਾਂ ਤਾਂ ਬਹੁਤ ਲੋਕਾਂ ਨੂੰ ਫਾਇਦਾ ਵੀ ਹੋਣਾ, ਬਿਲਕੁਲ। ਅੱਜ ਸਾਡਾ ਟਾਈਮ ਆ ਜਿਹੜਾ ਉਹ ਠੀਕ ਹੈ, ਹਰੇਕ ਹੈ ਜਿਹੜਾ ਤੁਸੀਂ ਕੰਮ ਕਰਦੇ ਹੋ ਜ਼ਰੂਰੀ ਵੀ ਉਹ ਸਕਸੈਸਫੁਲੀ ਉਹ ਟ੍ਰਾਇਲ ਠੀਕ ਹੋਵੇ, ਨਹੀਂ ਹੁੰਦਾ ਤਾਂ ਵੀ ਫਾਇਦਾ, ਜੇ ਹੋ ਗਿਆ ਤਾਂ ਵੀ ਫਾਇਦਾ ਇੰਡਸਟਰੀ ਨੂੰ, ਫਿਰ ਤੁਸੀਂ ਦੱਸ ਸਕਦੇ ਹੋ ਵੀ ਆਹ ਹੈਗਾ ਯਾਰ ਐਂ ਹੋ ਸਕਦਾ, ਐਂ ਨਹੀਂ ਹੋ ਸਕਦਾ, ਹੈ ਨਾ। ਉਹ ਮੇਰੀ ਇਹ ਹੈਗਾ ਵੀ ਕਾਫੀ ਅਚੀਵਮੈਂਟ ਹੈ ਸੈਕਟਰ ਦੇ ਵਿੱਚ, ਕਰਦਾ ਰਹਿਣਾ, ਹੈ ਨਾ। ਅਤੇ ਗਾਹਾਂ ਡਿਫਰੈਂਟ ਮੈਥਡ ਡਿਵੈਲਪ ਕਰਦੇ ਰਹਿਣਾ ਵੀ ਕਿਵੇਂ ਅਸੀਂ ਜਿਹੜੀ ਔਰਗੈਨਿਕ ਹੈ ਇਹਨੂੰ ਕਿਵੇਂ ਇੰਪਰੂਵ ਕਰ ਸਕਦੇ ਹਾਂ ਫਿਊਚਰ 'ਚ, ਬਿਲਕੁਲ ਸਰ। ਇੰਨੇ ਸਾਲਾਂ ਦੇ ਵਿੱਚ ਤੁਸੀਂ ਅਚੀਵਮੈਂਟ ਦੀ ਅਸੀਂ ਗੱਲ ਕੀਤੀ, ਕੋਈ ਇਹੋ ਜਿਹਾ ਔਖਾ ਟਾਈਮ ਜਿਹੜਾ ਬਿਜ਼ਨਸ ਦੇ ਵਿੱਚ ਤੁਹਾਨੂੰ ਆਇਆ ਹੋਵੇ ਪਿਛਲੇ 30 ਸਾਲਾਂ ਦੇ ਵਿੱਚ, ਅਤੇ ਉਹ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਸਰ? ਨਹੀਂ, ਟਾਈਮ ਕੋਈ ਔਖਾ ਨਹੀਂ ਹੁੰਦਾ, ਅਤੇ ਮੈਨੂੰ ਤਾਂ ਆਮ ਹੀ ਜੇ ਕੋਈ ਪੁੱਛ ਲਏ ਵੀ ਕਿਵੇਂ ਆ, ਮੈਂ ਕਹਿੰਦਾ ਵੀ ਜਿੰਨਾ ਚਿਰ ਧਰਤੀ 'ਤੇ ਤੁਰੇ ਫਿਰਦੇ ਆ ਵਧੀਆ ਹੀ ਆ, ਜਿੱਦਾਂ ਧਰਤੀ ਥੱਲੇ ਹੋ ਗਏ ਉਹਦੇ ਲੋੜ ਨਹੀਂ ਪੁੱਛਣ ਦੀ, ਠੀਕ ਹੈ ਨਾ, ਬਿਲਕੁਲ ਜੀ। ਅਤੇ ਟਾਈਮ ਨਹੀਂ ਮਾੜਾ ਹੁੰਦਾ, ਉਹ ਤਾਂ ਚੱਲੀ ਜਾਣਾ, ਤੁਸੀਂ ਸਿੱਖਣਾ ਹੁੰਦਾ, ਹੈ ਨਾ, ਉਦੋਂ ਸਿੱਖ ਲਓ। ਅਤੇ ਮੈਂ ਨਹੀਂ ਕੰਸੀਡਰ ਕਰਦਾ ਵੀ ਕੋਈ ਵੀ ਟਾਈਮ ਮਾੜਾ। ਅਤੇ ਮੇਰਾ ਫਿਰ ਕੁਐਸਚਨ ਤੁਹਾਨੂੰ ਉਹਦੇ 'ਤੇ ਇਹ ਹੈ ਕਿ ਜਿਵੇਂ ਹੁਣ ਤੁਸੀਂ ਗੱਲ ਕੀਤੀ ਚੜ੍ਹਦੀ ਕਲਾ 'ਚ ਰਹਿਣ ਦੀ, ਹੈ ਨਾ, ਅਤੇ ਆਈ ਥਿੰਕ ਹੋਰ ਲੋਕਾਂ ਨੂੰ ਉਸ ਮਾਈਂਡ ਸੈੱਟ ਦੇ ਵਿੱਚ ਰਹਿਣਾ ਚਾਹੀਦਾ ਤਾਂ ਕਿ ਤੁਸੀਂ ਆਪਣੇ ਦਿਨ ਦੇ ਵਿੱਚ ਵਧੀਆ ਤੋਂ ਵਧੀਆ ਕੰਮ ਕਰਦੇ ਰਹੋ। ਅਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਇੰਨਾ ਸਟਰੋਂਗ ਰੱਖਦੇ ਹੋ? ਜਿਵੇਂ ਤੁਸੀਂ ਕਿਹਾ ਕਿ ਵੀ ਮਾੜਾ ਟਾਈਮ ਕੋਈ ਨਹੀਂ ਹੁੰਦਾ, ਜਿਹੜੀ ਇਹ ਤੁਹਾਡਾ ਥੋਟ ਪ੍ਰੋਸੈਸ ਹੈ, ਇਹ ਤੁਸੀਂ ਕਿਵੇਂ ਇਹਨਾਂ ਨੂੰ ਸਖਤ ਦ੍ਰਿੜ ਬਣਾਇਆ ਹੋਇਆ? नहीं जे तो तुसीं विश्वास करते हो है ना, मैं कहना हुंदा तुसीं गुरु नानक दी फिलोसफी फॉलो करते हो। उन्हें सिंपली लिखता भी सारा टाइम चंगा है, कोई माड़ा नहीं है, जो हुंदा है उहदे हुक्म च हुंदा है। ठीक है जी। हुण एक पासे जदों अपना बंदा औखा हुंदा वो रब नूं लांभे देई जांदा है, ठीक है, तो दूजे पासे जदों चौखा हो गया रब दा शुक्र करी जांदा है ना। पर जे सब कुछ उहदे नियम मुताबिक ही कुदरत दे नाल चलना तां फिर लांभे देण दा फायदा की है। ठीक है जी। मैं आम ही मैं इंडस्ट्री भी नोन है, मेरे जिहड़े दूजे है ना कलीग वगैरह इंडस्ट्री दे विच हैगे, ਉਹ ਕਹਿੰਦਾ ਇਹ ਬੰਦੇ ਦਾ ਕੋਈ ਕੰਮ ਹੋਵੇ ਤਾਂ ਕਹਿੰਦਾ ਇਟਸ ਓਕੇ ਹੈ ਨਾ, ਵੀ ਚਾਹੇ ਇਹਨੂੰ ਕੋਈ ਕਿੰਨੀ ਮਾੜੀ ਨਿਊਜ਼ ਦੇ ਦਿਓ ਇਹਨੇ ਕਹਿਣਾ ਇਟਸ ਓਕੇ ਹੈ ਨਾ। ਤੇ ਮੈਨੂੰ ਇਹ ਹੁੰਦਾ ਵੀ ਠੀਕ ਹੈ, ਜੋ ਹੋ ਗਿਆ ਕੁਦਰਤ ਨੇ ਤੇ ਉਵੇਂ ਹੀ ਹੋਣਾ, ਉਹ ਲਿਖਿਆ ਉਹ ਪਲਾਨ ਹੈ, ਨੇਚਰ ਦੇ ਵਿੱਚ ਵੀ ਉਵੇਂ ਹੋਣਾ, ਫਿਰ ਕਿਉਂ ਉਹਦੇ ਬਾਰੇ ਵਾਈਨ ਕਰੀਏ। ਠੀਕ ਹੈ ਨਾ ਵੀ ਠੀਕ ਹੈ, ਕੁਦਰਤ ਨੂੰ ਮੰਨ ਜਾਂ ਤਾਂ ਤੁਸੀਂ ਕੁਦਰਤ ਨੂੰ ਮੰਨੋ ਹੈ ਨਾ, ਤੇ ਜੇ ਗੁਰੂ ਨਾਨਕ ਦੀ ਫਿਲਾਸਫੀ ਨੂੰ ਮੰਨਦੇ ਹੋ ਫਿਰ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਵੀ ਆਹ ਟਾਈਮ ਮਾੜਾ ਸੀ ਜਾਂ ਚੰਗਾ ਸੀ, ਸਾਰੇ ਟਾਈਮ ਹੀ ਵਧੀਆ ਹੈ, ਜਿਵੇਂ ਲੰਘ ਗਿਆ ਉਵੇਂ ਹੈ ਨਾ। ਮੇਰਾ ਤਾਂ ਇਹ ਸੈਂਪਲ ਲਿਆ, ਮੈਂ ਤਾਂ ਕਹਿੰਦਾ ਚਲੋ ਕੋਈ ਨਹੀਂ ਯਾਰ, ਇਹ ਹੋ ਗਿਆ ਠੀਕ ਹੈ, ਗਾਹਾਂ ਨੂੰ ਸੀ। ਹੁਣ ਆਹ ਵੀ ਲੋਕ ਪੁੱਛ ਲੈਂਦੇ ਕ੍ਰੌਪ ਹੈ ਨਹੀਂ ਕਿਵੇਂ, ਠੀਕ ਹੈ ਨਹੀਂ ਹੈਗੀ, ਅਸੀਂ ਤਾਂ ਔਰਗੈਨਿਕ ਫਾਰਮਰ ਆ, ਇੱਦਾਂ ਹੀ ਚੱਲੀ ਜਾਣਾ ਹੈ ਨਾ। ਜੇ ਮੈਂ ਹੁਣ ਇੱਥੇ ਰੋਈ ਜਾਵਾਂ ਨਹੀਂ ਹੈ ਕ੍ਰੌਪ ਇਹ ਨਹੀਂ ਹੈ, ਉਹਦਾ ਮੈਨੂੰ ਕੋਈ ਬੈਨੀਫਿਟ ਤਾਂ ਹੈ ਨਹੀਂ। तो कई बार ये मेरा एटीट्यूड है, मैं इनू बैड भी फील करता है। किसी का फोन आ गया, उन्हें कहता आ काम हो गया, मैं कहना चल चंगा होया यार, वो अगला कहता चंगा होया भी मेरा काम खराब हो गया नहीं बिल्कुल है ना। नहीं मैं कहना फिर मैं कहना होना यार कोई नहीं, एदा रीजन है, हो सकता ये तो वधिया होना होवे। ठीक है जी। मैं ये चीज़ नूं जिहड़ा विश्वास करके चलदा भी उदों वधिया ही होना है जिहड़ा होना। ਤੇ ਜਦੋਂ ਤੱਕ ਤੁਹਾਨੂੰ ਰੱਬ ਨੇ ਸਾਥ ਦਿੱਤੇ ਆ, ਰੱਬ ਤੇ ਵਿਸ਼ਵਾਸ ਕਰੋ ਹੈ ਨਾ, ਕੁਦਰਤ 'ਚ ਵਿਸ਼ਵਾਸ ਰੱਖੋ, ਫਿਰ ਤੁਸੀਂ ਸੌਖੇ ਜਿਹੀ ਜ਼ਿੰਦਗੀ ਲੰਘ ਜਾਂਦੀ ਆ, ਨਹੀਂ ਫਿਰ ਔਖੀ ਹੈ। ਠੀਕ ਹੈ ਜੀ ਬਿਲਕੁਲ। ਤੇ ਤੁਹਾਡਾ ਹੁਣ ਤੁਸੀਂ ਇੰਨਾ ਕੰਮ ਸਾਂਭ ਰਹੇ ਹੋ, ਤੁਹਾਡੇ ਇੰਨੇ ਇੰਪਲੋਈਜ਼ ਨੇ, ਐਡਾ ਵੱਡਾ ਆਪਰੇਸ਼ਨ ਹੈ, ਤੇ ਤੁਹਾਡਾ ਦਿਨ ਇੱਕ ਕਿਵੇਂ ਲੱਗਦਾ, ਲਾਈਕ ਡੇ ਇਨ ਯੂਰ ਲਾਈਫ ਉਹ ਕੀ ਹੁੰਦਾ, ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਤੁਹਾਡਾ ਪਰਟੀਕੂਲਰ ਰੂਟੀਨ ਹੈ ਕਿ ਇੰਨੇ ਵਜੇ ਉੱਠ ਕੇ ਮੈਂ ਆਹ ਕਰਨਾ ਜਾਂ ਆਹ ਕਰਨਾ? ਮੈਨੂੰ ਪਾਰਟੀਕੂਲਰ ਟੀਮ ਇੱਦਾਂ ਹੁੰਦਾ ਵੀ ਆਹ ਕਰਾਂਗੇ ਆਹ ਕਰਾਂਗੇ, ਪਰ ਕਈ ਵਾਰ ਉਹ ਹੁੰਦਾ ਹੀ ਨਹੀਂ ਹੈ। ਤੜਕੇ ਉੱਠਦੇ ਹੋ ਸੁਨੇਹਾ ਕੋਈ ਹੋਰ ਆਇਆ ਹੁੰਦਾ ਹੈ ਨਾ, ਬਿਲਕੁਲ ਜੀ, ਅਤੇ ਜਾਂ ਉਹ ਆਹ ਕੰਮ ਕਰਨਾ ਸੀ, ਆਹ ਹੁਣ ਆਹ ਚੱਲ ਨਹੀਂ ਰਿਹਾ, ਆਹ ਸੀ। ਸੋ ਉੱਦਾਂ ਰੂਟੀਨ ਹੈ ਵੀ ਤੜਕੇ ਸਾਜਰੇ ਉੱਠੀ ਦਾ ਹੈ ਨਾ, 5-6 ਵਜੇ ਉੱਠ ਖੜੀ ਦਾ ਜਨਰਲੀ, ਅਤੇ ਐਕਸਰਸਾਈਜ਼ ਵਗੈਰਾ ਕਰ ਲਈਦੇ ਉੱਠ ਕੇ, ਟਾਈਮ ਲੱਗੇ ਕਈ ਵਾਰ ਨਹੀਂ ਲੱਗਦਾ, ਫਿਰ ਤੜਕੇ 5 ਵਜੇ ਨਿਕਲ ਵੀ ਜਾਈਦਾ ਕੰਮ 'ਤੇ ਵੀ ਆਹ ਕਰਨਾ ਸੀ, ਉਦੋਂ ਆਹ ਕਰਨਾ ਸੀ, ਆਹ ਕਰਾਉਣਾ ਸੀ। ਤੇ ਬਾਕੀ ਮੈਂ ਪਹਿਲਾਂ ਕਿਹਾ ਵੀ ਸੈੱਟ ਸਕੈਜੂਅਲ ਤਾਂ ਕਈ ਵਾਰ ਰਹਿੰਦਾ ਹੀ ਨਹੀਂ ਹੈ ਹੈ ਨਾ। ਵੀ ਹੁਣ ਪਰਸੋਂ ਕੋਈ ਕੰਮ ਕਰਨਾ ਸੀ, ਉਹ ਰਾਤ ਕੀਤਾ ਕਿਉਂਕਿ ਸਾਡੀ ਮਸ਼ੀਨ ਨਹੀਂ ਚੱਲੀ। ਅੱਛਾ ਠੀਕ ਹੈ, ਪਹਿਲਾਂ ਉਹਨੂੰ ਠੀਕ ਕਰੋ ਫਿਰ ਕਰਾਂਗੇ। ਠੀਕ ਹੈ। ਤੇ ਬਾਕੀ ਸਵੇਰੇ ਉੱਠ ਕੇ ਪਹਿਲਾਂ ਮੈਂ ਕਿਹਾ ਵੀ ਸਾਜੇ ਉੱਠ ਕੇ ਐਕਸਰਸਾਈਜ਼ ਕਰ ਲਈਦੀ ਆ ਥੋੜ੍ਹੀ ਘਣੀ, ਤੇ ਮੈਨੂੰ ਹੁੰਦਾ ਵੀ 5-4 ਕਿਲੋਮੀਟਰ ਭੱਜ ਲਾਂ ਤੇ ਘੱਟੋ ਘੱਟ। ਤੇ ਫਿਰ ਬਾਹਰ ਜਿਹੜਾ ਹੈਗੇ ਫਾਰਮ ਵਾਲਿਆਂ ਨੂੰ ਮਿਲ ਲਈਦਾ ਵੀ ਕੀ ਚੱਲ ਰਿਹਾ ਕੀ ਨਹੀਂ ਚੱਲਦਾ, ਤੇ ਫਿਰ ਵਾਈਨਰੀ 'ਚ ਦੇ ਕੀ ਪਲਾਨ ਹੈਗਾ, ਜਿਹੜਾ ਵਾਈਨਰੀ 'ਚ ਕੰਮ ਕਰਦੇ ਆ ਉਹਨਾਂ ਨਾਲ ਗੱਲਬਾਤ ਕਰੀ ਦੀ ਹੈ। ਤੇ ਫਿਰ ਦੂਜੀ ਵਾਈਨਰੀ ਚਲੇ ਜਾਈਦਾ, ਉੱਥੇ ਉਹਨਾਂ ਨੂੰ ਮਿਲ ਜਾਈਦਾ, ਤੇ ਉਹ ਤੋਂ ਬਾਅਦ ਫਿਰ ਕੰਮ 'ਚ ਬਿਜੀ ਹੋ ਜਾਈਦਾ, ਜਿਹੜਾ ਕਰਨਾ ਜਾਂ ਫਿਲਟਰਿੰਗ ਕਰਨੀ ਹੈ ਫਿਲਟਰ ਕਰਾ ਦਿਓ। ਜੇ ਹੁਣ ਕੱਲ੍ਹ 2 ਦਿਨ ਹੋ ਗਏ ਅਸੀਂ ਜੂਸਿੰਗ ਕਰਦੇ ਸੀਗੇ, ਮੋਬਲ ਜੂਸਿੰਗ ਕੰਪਨੀ ਵੀ ਹੈ ਮੇਰੀ, ਅਤੇ ਉਹਨਾਂ ਨਾਲ ਜੂਸ ਕਰਾਇਆ, 2 ਦਿਨ ਜੂਸ ਕਰਾਇਆ। ਹੁਣ ਕਈ ਵਾਰ ਐਂ ਹੁੰਦਾ ਲੇਟ ਤੱਕ ਕੰਮ ਕਰਦਾ, ਫਿਰ ਜਿਹੜਾ ਬੰਦਾ ਤੜਕੇ ਦਾ ਲੱਗਿਆ ਉਹਨੇ ਵੀ ਘਰੇ ਜਾਣਾ ਹੁੰਦਾ, ਉਹਨੂੰ ਵੀ ਰਿਪਲੇਸ ਕਰਨਾ ਵੀ ਚੱਲ ਰਿਹਾ ਤੂੰ ਜਾ ਮੈਂ ਕਰ ਲੈਂਦਾ ਹੁਣ ਬਾਕੀ ਦਾ। ਠੀਕ ਹੈ। ਅਤੇ ਬਾਕੀ ਜਿਹੜਾ ਮੇਰਾ ਹੈਗਾ ਮੇਰੇ ਵਰਕਰਾਂ ਨਾਲ ਜਿਹੜਾ ਸਾਡਾ ਵਤੀਰਾ ਉਹ ਇਹ ਆ ਵੀ ਫੈਮਿਲੀ ਮੈਂਬਰ ਆਪਾਂ, ਵੀ ਜਦੋਂ ਉਹ ਬੈਡਿੰਗ 'ਚ ਕੰਮ ਕਰਦਾ ਸਾਰੇ ਇਕੁਅਲ ਹੀ ਆਪਾਂ। ਵੀ ਤੁਸੀਂ ਇਹ ਨਹੀਂ ਸੋਚਣਾ ਵੀ ਆਹ ਕੰਮ ਮੈਂ ਇਹਨੂੰ ਨਹੀਂ ਕਹਿਣਾ ਵੀ ਖਾਨੀ ਇਹ ਕਰੂ ਕਿ ਨਹੀਂ ਕਰੂਗਾ। ਅਤੇ ਹੁਣ ਪਰਸੋਂ ਚੌਥੇ ਦੀ ਗੱਲ ਦੱਸਦਾ, ਸਾਡੀ ਗੋਰੀ ਮੈਨੂੰ ਕਹਿੰਦੀ ਵੀ ਵੀ ਆਰ ਬਿਜੀ, ਅਤੇ ਮੈਂ ਕਿਹਾ ਮੈਂ ਗਲਾਸ 'ਚ ਮੈਂ ਧੋ ਦਿੰਦਾ ਹੋਰ ਕੀ ਆ, ਅਤੇ ਚਲੋ ਗਲਾਸ ਗਲੂਸ ਧੋਤੇ ਅਤੇ ਕੰਮ ਹੀ ਆ, ਇਹ ਤਾਂ ਕੰਮ ਤਾਂ ਕੰਮ ਆ। ਅਤੇ ਮੈਨੂੰ ਬਾਅਦ 'ਚ ਜਦੋਂ ਸ਼ਾਮ ਜਿਹੇ ਨੂੰ ਵਿਹਲੇ ਜਿਹੇ ਹੋ ਗਏ, ਉਹ ਮੈਨੂੰ ਕਹਿੰਦੀ ਵੀ ਆਈ ਐਮ ਸੋਰੀ ਆਈ ਮੇਡ ਯੂ ਕਲੀਨ ਦਾ ਡਿਸ਼ਿਜ਼ ਹੈ ਨਾ। मैंने एक गल ही कही मैं जो आ बिल्डिंग के अंदर आना आप सारे इक्वल हाँ अपना अल्टीमेट गोल आ जिहड़ा वो कलाला नूं उत्ता लेना ना कि मेरी ईगो नूं ठीक है भी अल्टीमेट गोल आ लोकां नूं सर्विस देनी ते लोक याद करन भी हाँ असीं कलाला गए सी साडा जिहड़ा अल्टीमेट गोल ये होना चाहिदा ना कि जां मैं कंपनी ओन करदा भी मैं आ काम नहीं करना आ नहीं करना वो मैं कहा मैनूं कोई फर्क नहीं पैंदा क्योंकि जे तुसीं उहनां नूं इदां डील करदे हो तां बंदा दे आर हैप्पी दे वर्क बैटर टू दे वर्क लाइक देयर ओन yeah they feel appreciated at work so ਤੁਸੀਂ ਇਹਨੇ career ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਦੇਖੀਆਂ ਨੇ ਕਾਫੀ ups and downs ਦੇਖੇ ਨੇ knowing everything that you know now ਜੇ ਤੁਸੀਂ 20 ਸਾਲਾ ਕਰਨੈਲ ਸਿੰਘ ਸਿੱਧੂ ਨੂੰ ਕੋਈ ਸਲਾਹ ਦੇਣੀ ਹੋਵੇ ਜਾਂ ਕੁਝ ਦੱਸਣਾ ਹੋਵੇ ਸਾਰੇ ਲਾਈਫ ਐਕਸਪੀਰੀਅੰਸ ਜਿਹੜੇ ਤੁਹਾਡੇ ਕੋਲ ਹੁਣ ਹੈਗੇ ਨੇ ਤੇ ਤੁਸੀਂ ਉਹ ਕੀ ਦੱਸਣਾ ਚਾਹੋਗੇ ਇੱਥੇ ਮੈਂ ਨਾ ਇੱਕ ਤਾਂ ਕਹਿਣਾ ਹੁੰਦਾ ਵੀ ਤੁਸੀਂ ਹਮੇਸ਼ਾ ਆਪਦੇ ਜਿਹੜੇ ਪੈਰ ਆ ਧਰਤੀ ਤੇ ਰੱਖਣੇ ਚਾਹੀਦੇ ਆ ਤੁਹਾਨੂੰ ਤੇ ਤੁਹਾਨੂੰ ਆਪਣਾ ਅਤੀਤ ਨਹੀਂ ਭੁੱਲਣਾ ਚਾਹੀਦਾ ਠੀਕ ਹੈ ਜਿਹੜਾ ਅਤੀਤ ਆ ਉਹ ਤੁਹਾਨੂੰ ਬਣਾਉਂਦਾ ਜਿਹੜਾ ਤੁਸੀਂ ਅੱਜ ਹੋ ਹੈ ਨਾ ਅਤੇ ਉਹਨੂੰ ਯਾਦ ਰੱਖਣਾ ਚਾਹੀਦਾ ਜਿਹੜੇ ਬੰਦੇ ਨੇ ਤੁਹਾਨੂੰ ਕਦੇ ਹੈਲਪ ਕੀਤੀ ਹੈ ਤੁਹਾਡੀ ਲਾਈਫ 'ਚ ਕਦੇ ਮਿਲਿਆ ਉਹਨੂੰ ਵੀ ਯਾਦ ਰੱਖਣਾ ਚਾਹੀਦਾ ਵੀ ਇਹ ਬੰਦੇ ਨੇ ਹੈਲਪ ਸੀ ਉਹਨੂੰ ਰਿਕੋਗਨਾਈਜ਼ ਕਰਨਾ ਚਾਹੀਦਾ ਦੱਸਣਾ ਚਾਹੀਦਾ ਵੀ ਹਾਂ ਆਹ ਬੰਦੇ ਨੇ ਮੇਰੀ ਹੈਲਪ ਕੀਤੀ ਸੀ ਅਤੇ ਬਾਕੀ ਹੁਣ ਕਈ ਵਾਰ ਕੀ ਹੁੰਦਾ ਨਾ ਤੁਸੀਂ ਮਾੜੀ ਜਿਹੀ ਗੱਲ ਨਾਲ ਕਿਸੇ ਨਾਲ ਅਪਸੈਟ ਹੋ ਜਾਂਦੇ ਹੋ ਮੇਰਾ ਯਾਰ ਨੇ ਆਹ ਕੰਮ ਨਹੀਂ ਕੀਤਾ ਵੀ ਜਿਹੜੇ ਬਾਕੀ ਕੰਮ ਕੀਤੇ ਆ ਉਹ ਤਾਂ ਉਹਨੇ ਕੀਤੇ ਸੀ ਕਦੇ ਹੈ ਨਾ ਵੀ ਉਹ ਵੀ ਐਵੇਂ ਮਾੜੇ ਉਹਦੀ ਵੀ ਮਜਬੂਰੀ ਹੋ ਜਾਂਦੀ ਵੀ ਅੱਜ ਉਹਨੇ ਕਹਿਤਾ ਮੈਥੋਂ ਨਹੀਂ ਹੁੰਦਾ ਹੈ ਨਾ ਅਤੇ ਉਹ ਵੀ ਐਟੀਚਿਊਡ ਨਹੀਂ ਰੱਖਣਾ ਚਾਹੀਦਾ ਵੀ ਮੇਰਾ ਅੱਜ ਨਹੀਂ ਕੰਮ ਕੀਤਾ ਇਹਨੂੰ ਜਾਣ ਕੇ ਨਹੀਂ ਕੀਤਾ ਵੀ ਅਗਲੇ ਦੀ ਵੀ ਮਜਬੂਰੀ ਹੋ ਜਾਂਦੀ ਜੇ ਬੰਦੇ ਨੇ ਤੁਹਾਡਾ 5-4 ਕੰਮ ਕੀਤਾ 6ਵੀਂ ਵਾਰੀ ਨਾ ਕਹਿਤੀ ਤਾਂ ਇਹਦਾ ਮਤਲਬ ਉਹਦੀ ਕੋਈ ਮਜਬੂਰੀ ਵੀ ਹੋ ਸਕਦੀ ਆ ਅਤੇ ਉਹਨੂੰ ਵੀ ਤੁਹਾਨੂੰ ਪੋਜ਼ੀਟਿਵ ਹੀ ਲੈਣਾ ਚਾਹੀਦਾ ਮੈਂ ਹਰੇਕ ਚੀਜ਼ 'ਚ ਦੇਖਦਾ ਹੁੰਦਾ ਇਹਦੇ 'ਚ ਪੋਜ਼ੀਟਿਵ ਕੀ ਆ ਹੈ ਨਾ ਮੈਨੂੰ ਕਈ ਵਾਰ ਕਹਿ ਵੀ ਦਿੰਦੇ ਆ ਯਾਰ ਵੀ ਤੂੰ ਨਾ ਪੋਜ਼ੀਟਿਵ ਹੀ ਜ਼ਿਆਦਾ ਦੇਖਦਾ ਮੈਂ ਕਹਿੰਦਾ ਮੈਂ ਦੇਖਣਾ ਹੀ ਪੋਜ਼ੀਟਿਵ ਹੁੰਦਾ है ना नैगेटिव आ वो तुहानू दूजे पासे नूं लिआंदा नैगेटिव दा थॉट आ उहने तुहानू स्ट्रैस वाले पासे नूं जाना ते किसी ने कुछ करता होर मैं देखदा हुंदा वी इहदे च पॉजिटिव भी है जे बंदे ने तुहानू कुछ गलत भी कहता मैं उहदे च भी ये देखदा हुंदा वी पॉजिटिव देखो इह की आ ते तुसीं उह तों लर्न करो ते जिहड़े यंग जनरेशन है उहनू मैं एक ही सलाह दिंदा हुंदा वी एक लैंड ऑफ अपॉर्चुनिटी है जे तुसीं मेहनत करोगे तुसीं इत्थे ना ईवन प्राइम मिनिस्टर भी बन जांदा दुनिया च एक ही कंट्री है जिहड़ा ਇਹ ਵੀ ਅਲਾਓ ਕਰਦਾ ਹੈ ਜੇ ਤੁਹਾਡਾ ਰੰਗ ਹੈ ਕਲਰ ਹੈ ਕੁਛ ਹੈ ਜੇ ਕੈਪੇਬਲ ਹੋ ਤੁਸੀਂ ਬਣ ਸਕਦੇ ਹੋ ਇੱਥੇ ਇਹ ਨਹੀਂ ਹੈ ਵੀ ਨਹੀਂ ਬਣ ਸਕਦੇ ਅਤੇ ਇਹੀ ਮੇਰੀ ਸਲਾਹ ਹੁੰਦੀ ਹੈ ਵੀ ਮਿਹਨਤ ਕਰੋ ਅਤੇ ਇੱਕ ਹੁੰਦਾ ਵੀ ਕਿਸੇ ਦੇ ਖਿਲਾਫ ਕੋਈ ਬੜਾ ਇਹ ਨਾ ਧਾਰਨਾ ਨਾ ਬਣਾ ਕੇ ਰੱਖੋ ਯਾਰ ਇਹਨੇ ਮੈਨੂੰ ਐਂ ਕਹਿਤਾ ਸੀ ਵੀ ਮੈਂ ਹੁਣ ਇਹਨੂੰ ਦੱਸੂ ਵੀ ਮੈਂ ਕੌਣ ਹਾਂ ਇਹ ਮੈਂ ਆਮ ਹੀ ਕਹਿੰਦਾ ਹੁੰਦਾ ਖਾਸ ਕਰਕੇ ਵੀ ਉਹ ਜਿਹੜਾ ਪੰਜਾਬ ਵਾਲਾ ਜੱਟਵਾਦ ਵਾਲਾ ਕਿੱਲਾ ਉਹ ਧੌਣ 'ਚੋਂ ਕੱਢ ਕੇ ਰੱਖੋ ਤੁਸੀਂ ਜ਼ਿੰਦਗੀ ਸੌਖੇ ਰਹੋਗੇ ਕਿਉਂਕਿ ਕਈ ਵਾਰ ਬੰਦਾ ਕਹਿ ਦਿੰਦਾ ਸਾਨੂੰ ਉਹਨੂੰ ਤੁਹਾਡੇ ਬਾਰੇ ਪਤਾ ਨਹੀਂ ਹੁੰਦਾ ਹੈ ਨਾ ਅਤੇ ਉਹਦਾ ਜਿਹੜਾ ਤੁਹਾਡੇ ਬਾਰੇ ਧਾਰਨਾ ਬਣੀ ਉਹ ਕਿਤੋਂ ਹੋਰ ਤੋਂ ਬਣੀ ਹੁੰਦੀ ਹੈ ਠੀਕ ਹੈ ਅਤੇ ਉਹ ਧਾਰਨਾ ਬਣੀ ਉਹਨੇ ਕਹਿ ਤਾ ਤੁਸੀਂ ਉਦੋਂ ਦੂਜੇ ਪਾਸੇ ਨੂੰ ਨੈਗੇਟਿਵ ਲੈ ਲਿਆ ਤਾਂ ਤੁਸੀਂ ਉਹ ਪ੍ਰੋਬਲਮ ਸੋਲਵ ਨਹੀਂ ਕਰ ਸਕਦੇ ਜੇ ਉਹਨੂੰ ਸੋਚੋ ਵੀ ਇਹ ਬੰਦੇ ਨੇ ਕਿਉਂ ਕਿਹਾ ਮੈਂ ਇਹਦੇ ਨਾਲ ਦੁਬਾਰਾ ਗੱਲਬਾਤ ਕਰਾਂ ਯਾਰ ਵੀ ਕਿਉਂ ਕਿਹਾ ਤੈਂ ਹੈ ਨਾ ਵੀ ਕੀ ਇਸ਼ੂ ਹੈ ਅਤੇ ਫਿਰ ਤੁਸੀਂ ਉਹਨੂੰ ਸੋਲਵ ਕਰ ਸਕਦੇ ਹੋ ਐਜੂਕੇਟ ਕਰ ਸਕਦੇ ਹੋ ਮੈਂ ਆਪਦੀ ਤੁਹਾਨੂੰ ਗੱਲ ਸੁਣਾਉਂਦਾ ਵੀ ਮੈਨੂੰ ਇੱਕ ਬੰਦੇ ਨੇ ਜਦੋਂ ਮੈਂ ਸਮਰਹਿਲ ਕੰਮ ਕਰਦਾ ਸੀ ਮੇਰੀ ਜੌਬ ਸੀ ਸਾਰੇ ਗਰੋਵਰਾਂ ਕੋਲ ਜਾਣਾ ਉਹਨਾਂ ਨੂੰ ਕਨਵਰਟ ਕਰਨਾ ਔਰਗੈਨਿਕ ਇੱਕ ਬੰਦੇ ਨੇ ਮੈਨੂੰ ਕਹਿਤਾ ਸੀ ਵੀ ਮੇਰੇ ਫਾਰਮ 'ਚ ਨਾ ਵੜੇ ਰੀਜਨ ਕੀ ਸੀ ਮੇਰੀ ਲੁੱਕ ਸੀ ਮੈਨੂੰ ਪਤਾ ਇਹ ਚੀਜ਼ ਦਾ ਤੇ ਹੁਣ ਉਹਨੇ ਕਹਿਤਾ ਉਹਦੀ ਪ੍ਰੋਬਲਮ ਮੇਰੀ ਥੋੜ੍ਹਾ ਪਰ ਮੈਂ ਜਾਂਦਾ ਰਿਹਾ ਮਿਲਦਾ ਰਿਹਾ ਬੰਦੇ ਨੂੰ ਗੱਲਾਂ ਬਾਤਾਂ ਵੀ ਦੱਸਣਾ ਵੀ ਆ ਤੇ ਲੇਟਰ ਔਨ ਲਾਈਫ ਹੀ ਬਿਕਮ ਵੈਰੀ ਕਲੋਜ਼ ਫਰੈਂਡ ਆਫ ਮਾਈਨ ਤੇ ਉਹ ਬੰਦੇ ਈਵਨ ਇੱਥੋਂ ਤੱਕ ਵੀ ਉਹਦਾ ਜਿਹੜਾ ਫੈਮਿਲੀ ਸੀ ਉਹ ਮੇਰੇ ਨਾਲ ਸ਼ੇਅਰ ਕਰਦਾ ਸੀ ਜਿਹੜਾ ਬੰਦਾ ਕਹਿੰਦਾ ਸੀ ਮੇਰੇ ਫਾਰਮ 'ਚ ਨਾ ਬਣੇ ਮੈਂ ਸੋਚਦਾ ਨਾ ਤੁਸੀਂ ਧਾਰਨਾ ਨਾ ਬਣਾ ਲਓ ਉਹਨੇ ਬੰਦੇ ਨੇ ਐਂ ਕਹਿਤਾ ਵੀ ਉਹਦੇ ਪਿੱਛੇ ਦੇਖੋ ਰੀਜਨ ਹੋ ਸਕਦਾ ਕਿਸੇ ਨੇ ਮੇਰੇ ਅੱਗੇ ਨੇ ਉਹਨੂੰ ਕਦੇ ਗਲਤ ਕਿਹਾ ਹੋਵੇ ਹੈ ਨਾ ਜਾਂ ਉਹੀ ਬੰਦੇ ਦਾ ਕਈ ਨਾ ਬਣਾ ਲੈਂਦੇ ਆਪਦੀ ਪਰਸੈਪਸ਼ਨ ਵੀ ਇਹ ਨਹੀਂ ਆਈ ਹੋਊਗਾ ਹੁਣ ਉਹਦੇ ਵਾਸਤੇ ਤੁਹਾਨੂੰ ਕੰਮ ਕਰਨਾ ਚਾਹੀਦਾ ਵੀ ਲੋਕਾਂ ਨਾਲ ਗੱਲਬਾਤ ਕਰਦੇ ਰਹੋ ਅਤੇ ਕਈ ਵਾਰ ਬੰਦੇ ਕਹਿ ਦਿੰਦੇ ਆ ਆਈ ਡੋਂਟ ਲਾਈਕ ਯੂ ਮੈਂ ਕਹਿੰਦਾ ਵੀ ਇਹ ਤੇਰੀ ਪ੍ਰੋਬਲਮ ਆਈ ਲਾਈਕ ਯੂ ਐਨੀਵੇ ਹੈ ਨਾ ਬਿਲਕੁਲ ਤੁਸੀਂ ਗੱਲਬਾਤ ਕਰੋ ਗੱਲਬਾਤ ਨਾਲ ਜਿਹੜਾ ਹੱਲ ਹੁੰਦਾ ਹਰੇਕ ਚੀਜ਼ ਦਾ जे हुण मैनूं कोई कुछ कह गया मैं उहदे कन्नी झाकणा जो फिर देखो मैं नहीं इहनूं बुलाउणा यार इह बंदे ने मैनूं आ कहा सी पर इह नहीं पता उह बंदा किस मूड 'ਚ होऊ उहदे जिद्दे कह गया हो सकदा उह बंदा किसी होर सिचुएशन 'ਚ ਹੋਵੇ ਤਾਂ ਕਹਿ ਗਿਆ ਸਾਨੂੰ ਪਰ ਮੈਂ ਕਹਿੰਦਾ ਵੀ ਤੁਹਾਨੂੰ ਗੱਲਬਾਤ ਜੀ ਜਾਰੀ ਰੱਖਣੀ ਚਾਹੀਦੀ ਹੈ ਬਾਹਲੀ ਗੱਲ ਕਿਸੇ ਦੀ ਦਿਲ ਤੇ ਨਹੀਂ ਲਾਉਣੀ ਚਾਹੀਦੀ ਮੈਂ ਜਵਾਕਾਂ ਨੂੰ ਵੀ ਇਹੀ ਕਹਿਣਾ ਹੁੰਦਾ ਵੀ ਤੁਹਾਨੂੰ ਕਦੇ ਵੀ ਕਿਸੇ ਦੇ ਅਗੇਂਸਟ ਗਰਜ ਨਹੀਂ ਰੱਖਣੀ ਚਾਹੀਦੀ ਵੀ ਇਹਨੇ ਮੈਨੂੰ ਐਂ ਕਹਿ ਜੀ ਹੁਣ ਮੈਂ ਐਂ ਕਰੂੰਗਾ ਵੀ ਉਹਨੂੰ ਉੱਥੇ ਹੀ ਛੱਡ ਦਿਓ ਉਹ ਔਖਾ ਕਰਦੀ ਹੈ ਸਾਨੂੰ ਸਾਰੀ ਉਮਰ ਹੀ ਕਿੰਨੇ ਕਿੰਨੇ ਲੋਕਾਂ ਨੂੰ ਤਾਂ ਕਹੀ ਜਾਣਾ ਕੁਛ ਨਾ ਕੁਛ ਕਿੰਨੇ ਕੁ ਖਿਲਾਫ ਤੁਸੀਂ ਸੋਚੀ ਜਾਓਗੇ ਤੇ ਪਰ ਆਪਦੀ ਚਾਲ ਤੁਰੇ ਰਹੋ ਤੇ ਲੋਕਾਂ ਦਾ ਤੇ ਮਨੁੱਖਤਾ ਦਾ ਭਲਾ ਜਿੰਨਾ ਕੁ ਹੁੰਦਾ ਤੁਹਾਡੀ ਕਪੈਸਿਟੀ 'ਚ ਕਰਦੇ ਰਹੋ ਹਨਾ जिन्ना हुंदा कैपेसिटी दे हिसाब नाल हुंदा ना हरेक ने करना वो करदे रहो ते जिंदगी सौखी लंघ जाती है लड़के की लेना है ना एवरेज लाइफ कितनी है 60 अपने 80 साल दी है ते उस बाद थोड़े ही है जेडे रहंदे है ਯਾ ਨਹੀਂ ਜਿਹੜੀ ਤੁਹਾਡੀ ਐਡਵਾਈਸ ਹੈ ਆਈ ਥਿੰਕ ਬਹੁਤ ਵਧੀਆ ਹੈ ਤੇ ਸਪੈਸ਼ਲੀ ਸਾਡੀ ਕਮਿਊਨਿਟੀ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਜੱਟਵਾਦ ਕਿ ਲੋਕੀ ਦਿਲ ਤੇ ਜ਼ਿਆਦਾ ਲੈ ਜਾਂਦੇ ਆ ਗੱਲ ਤੇ ਅਣਖ ਤੇ ਜਿਵੇਂ ਗੱਲ ਲੈ ਜਾਂਦੇ ਆ ਤੇ ਕਈ ਵਾਰੀ ਤੁਹਾਡੇ ਮੁਤਾਬਕ ਹੈ ਨਾ ਐਕਚੁਅਲ ਇੰਨਾ ਵੱਡਾ ਮੁੱਦਾ ਹੁੰਦਾ ਨਹੀਂ ਹੈ ਅਸੀਂ ਸਾਡੇ ਉਹਨੂੰ ਬਣਾ ਲੈਂਦੇ ਹਾਂ ਅਸੀਂ ਗੱਲ ਨਹੀਂ ਕਰਦੇ ਹਾਂਜੀ ਬਿਲਕੁਲ ਹਾਂਜੀ ਉਹਨੂੰ ਮੁੱਦਾ ਬਣਾ ਲੈਂਦੇ ਹਾਂ ਮੈਂ ਵੈਰੀ ਸੈਲਡਮ ਹੋਊ ਵੀ ਮੈਂ ਕਿਸੇ ਬੰਦੇ ਨਾਲ ਨਾ ਬੋਲਾਂ ਬੰਦਾ ਬੁਲਾ ਲੇ ਮੈਂ ਬੋਲਦਾ ਹੀ ਹੁੰਦਾ ਹੈ ਨਾ ਤੇ ਕੋਈ ਮੈਨੂੰ ਓਨਲੀ ਇੱਕ ਚ ਹੁੰਦਾ ਜਦੋਂ ਮੈਨੂੰ ਇਹ ਨਾ ਪਤਾ ਹੋਵੇ ਗੱਲ ਕੀ ਆ ਹੈ ਨਾ ਬੰਦਾ ਗੱਲ ਨਾ ਦੱਸੇ ਫਿਰ ਮੈਨੂੰ ਹੁੰਦਾ ਵੀ ਚਲੋ ਹੁਣ ਇਹਦੀ ਮਰਜ਼ੀ ਆ ਜਦੋਂ ਬੁਲਾਊ ਮੈਂ ਬੋਲ ਪੂਜਾ ਨਹੀਂ ਬੁਲਾਉਂਦਾ ਭਾਈ ਨਹੀਂ ਬੋਲਦਾ ਹੈ ਨਾ ਤੇ ਜੇ ਕੰਮ ਕ੍ਰਾਸ ਹੁੰਦੇ ਮੈਂ ਆਪ ਬੁਲਾ ਵੀ ਲੈਣਾ ਵੀ ਇਹ ਨਹੀਂ ਹੈ ਵੀ ਲਕੀਰ ਹੀ ਮਾਰਤੀ ਵੀ ਨਹੀਂ ਬੁਲਾਉਣਾ ਪਰ ਉਹਦੇ 'ਚ ਮੈਨੂੰ ਕਈ ਵਾਰ ਹੁੰਦਾ ਯਾਰ ਮੈਨੂੰ ਪਤਾ ਹੋਣਾ ਚਾਹੀਦਾ ਵੀ ਗੱਲ ਕੀ ਆ ਹੈ ਨਾ ਜਿਹਨੂੰ ਜੇ ਗੱਲ ਦਾ ਨਹੀਂ ਪਤਾ ਲੱਗਦਾ ਤੁਸੀਂ ਉਹਨੂੰ ਰਿਜ਼ੋਲਵ ਨਹੀਂ ਕਰ ਸਕਦੇ ਬਿਲਕੁਲ ਜੀ ਜਨਰਲੀ ਮੈਨੂੰ ਤਾਂ ਇਹ ਹੁੰਦਾ ਚਲ ਠੀਕ ਆ ਯਾਰ ਨਹੀਂ ਬੁਲਾਉਂਦਾ ਉਹਦੀ ਮਰਜ਼ੀ ਆ ਆਪਾਂ ਬੁਲਾ ਲਓ ਪਰਫੈਕਟ ਉਹ ਬਾਦਰ ਜ਼ਰੂਰ ਕਈ ਵਾਰ ਕਰਦਾ ਹੁੰਦਾ ਵੀ ਗੱਲ ਦਾ ਪਤਾ ਹੋਣਾ ਚਾਹੀਦਾ ਯਾਰ ਗੱਲ ਕੀ ਆ ਫਿਰ ਹੀ ਉਹਨੂੰ ਆਪਾਂ ਜਸਟੀਫਾਈ ਕਰ ਸਕਦੇ ਹਾਂ ਵੀ ਆਹ ਗੱਲ ਐਂ ਨਹੀਂ ਹੈ ਬਿਲਕੁਲ ਜੀ ਬਿਲਕੁਲ ਜੀ ਗੱਲ ਹੀ ਨਹੀਂ ਪਤਾ ਫਿਰ ਸੁਲਝਾਉਣਾ ਕਿਸ ਚੀਜ਼ ਨੂੰ ਆ ਫਿਰ ਔਖਾ ਹੋ ਜਾਂਦਾ ਜਾਣੀ ਤੁਸੀਂ ਬੁਲਾਈ ਚੱਲੋ ਫਿਰ ਉਹਦਾ ਉਹਨਾਂ 'ਚ ਇੱਕ ਤੁਹਾਨੂੰ ਪਤਾ ਹੀ ਨਹੀਂ ਉਹਨੂੰ ਸੁਲਝਾ ਨਹੀਂ ਸਕਦੇ ਤੁਸੀਂ ਪਰ ਮੇਰਾ ਐਟੀਟਿਊਡ ਇਹ ਹੁੰਦਾ ਚਲ ਠੀਕ ਆ ਯਾਰ ਉਹਨੂੰ ਜਦੋਂ ਠੀਕ ਹੋ ਗਿਆ ਉਦੋਂ ਸਹੀ ਆਪਾਂ ਜੇ ਮਿਲ ਗਿਆ ਬੁਲਾ ਲਓ ਨਹੀਂ ਨਹੀਂ ਇਹੋ ਜਿਹਾ ਐਟੀਟਿਊਡ ਸਾਰਿਆਂ 'ਚ ਚਾਹੀਦਾ ਜੀ ਹੋਰ ਜ਼ਿਆਦਾ ਤੋਂ ਜ਼ਿਆਦਾ ਕਲਾਲਾ ਵਾਈਨ ਦਾ ਸਰ ਫਿਊਚਰ ਕੀ ਹੈ ਜੇ ਤੁਸੀਂ ਤੁਹਾਨੂੰ ਪੁੱਛਿਆ ਜਾਵੇ ਅਗਲੇ 4-5 ਸਾਲ ਤੁਸੀਂ ਕੀ ਤੁਹਾਡੇ ਕੋਈ ਨਵੇਂ ਪ੍ਰੋਜੈਕਟ ਨੇ ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ ਦਾ ਫਿਊਚਰ ਅਗਲੇ 5-4 ਸਾਲ ਤੱਕ ਤਾਂ ਇਹ ਹੈ ਵੀ ਜਵਾਕ ਟੇਕ ਓਵਰ ਕਰ ਲੈਣ ਬਈ ਉਹ ਸਾਹਮਣੇ ਨੂੰ ਤੇ ਦੂਜਾ ਹੈਗਾ ਜਿਹੜਾ ਅਸੀਂ ਹਮੇਸ਼ਾ ਹੀ ਜਿਹੜੀ ਕੁਆਲਿਟੀ ਹੈ ਉਹ ਤੇ ਇੰਪਰੂਵਮੈਂਟ ਕਰਦੇ ਰਹਿਣਾ ਤੇ ਜਿਹੜਾ ਹੈਗਾ ਵੀ ਇੱਕ ਜਿਵੇਂ ਤੁਸੀਂ ਕਹਿ ਲਿਟਲ ਸਟਰਾ ਜਿਹੜਾ ਹੈਗਾ ਉੱਥੇ ਅਸੀਂ ਨਵਾਂ ਲੇਵਲ ਸ਼ੁਰੂ ਕਰਨਾ ਇਨ ਫਿਊਚਰ ਤੇ ਮਾੜਾ ਜਿਹਾ ਹੋਰ ਵਧੀਆ ਵੀ ਕਰਾਂਗੇ ਤਾਂ ਕਿ ਵਧੀਆ ਲੋਕ ਆਉਣ ਉੱਥੇ ਡੈਸਟੀਨੇਸ਼ਨ ਕਾਇੰਡ ਆਫ ਬਣ ਜੇ ਲੋਕਾਂ ਦੇ ਆਉਣ ਦੀ ਫਿਊਚਰ ਤਾਂ ਇਹੀ ਹੈ ਬੱਚੇ ਬੜੀ ਲੰਬੀ ਪਲਾਨਿੰਗ ਤਾਂ ਤੁਹਾਨੂੰ ਕਰਨੀ ਵੀ ਨਹੀਂ ਚਾਹੀਦੀ ਕਿਉਂਕਿ ਮੈਂ ਇੱਕ ਗੱਲ ਕਹਿੰਦਾ ਹੁੰਦਾ ਨੇਚਰ ਦੇ ਵਿੱਚ ਕੋਈ ਵੀ ਸਿੱਧੀ ਲਾਈਨ ਨਹੀਂ ਹੈ ਇਸ ਕਰਕੇ ਬੜਾ ਸਿੱਧਾ ਤੁਰਿਆ ਨਹੀਂ ਜਾ ਸਕਦਾ ਹੈ ਨਾ ਨੇਚਰ 'ਚ ਇੱਕ ਸਿੱਧੀ ਲਾਈਨ ਕੋਈ ਨਹੀਂ ਹੈ ਇਸ ਕਰਕੇ ਬੜਾ ਸਿੱਧਾ ਤੁਰਿਆ ਵੀ ਨਹੀਂ ਜਾ ਸਕਦਾ ਵੀ ਜੋ ਆਉਂਦਾ ਹੈ ਉਸ ਹਿਸਾਬ ਨਾਲ ਚੱਲੀ ਜਾਓ ਬਹੁਤ ਵਧੀਆ ਐਡਵਾਈਸ ਹੈ ਸਰ ਅਸੀਂ ਇੱਕ ਛੋਟਾ ਜਿਹਾ ਰੈਪਿਡ ਫਾਇਰ ਕੁਐਸਚਨ ਹੈ ਮੇਰੇ ਕੋਲ 4-5 ਕੁਐਸਚਨ ਨੇ ਛੇਤੀ ਤੇ ਸਿਰਫ ਵਨ ਵਰਡ ਆਨਸਰਸ ਤੁਹਾਡੇ ਤੋਂ ਤੁਹਾਡੀ ਸਭ ਤੋਂ ਪਸੰਦੀਦਾ ਜਾਂ ਫੇਵਰੇਟ ਬੁੱਕ ਜਿਹੜੀ ਹੈ ਉਹ ਕਿਹੜੀ ਹੈ ਸਭ ਤੋਂ ਫੇਵਰੇਟ ਬੁੱਕ ਹਾਂਜੀ ਦੈਟਸ ਰੀਲੀ ਹਾਰਡ ਯੂ ਕੈਨ ਜਸਟ ਗਿਵ ਐਨੀ ਫੇਵਰੇਟ ਬੁੱਕ অর ਐਨੀ ਬੁੱਕ ਐਕਚੁਅਲੀ ਹੁਣ ਮੈਂ ਨਹੀਂ ਪਤਾ ਮੈਨੂੰ ਇਹ ਕਹਿਣਾ ਚਾਹੀਦਾ ਨਹੀਂ ਕਹਿਣਾ ਚਾਹੀਦਾ ਇਹਦੇ 'ਚ ਪ੍ਰੋਬਲਮ ਮੈਨੂੰ ਇਹ ਹੈ ਵੀ ਅਸਲ ਸਭ ਹੁਣ ਜਿਵੇਂ ਇਹਨੂੰ ਬੁੱਕ ਕਹਿਦੇ ਹਾਂ ਤਾਂ ਗਲਤ ਵੀ ਹੋ ਸਕਦਾ ਅਸਲ ਸਭ ਤੋਂ ਫੇਵਰਟ ਤਾਂ ਗ੍ਰੰਥ ਸਾਹਿਬ ਹੈ ਜਿੱਥੋਂ ਬਹੁਤ ਵੱਡੀ ਸੇਧ ਤੁਹਾਨੂੰ ਮਿਲ ਸਕਦੀ ਹੈ ਬਿਲਕੁਲ ਜੀ ਹਾਂ ਨਹੀਂ ਬਹੁਤ ਵਧੀਆ ਆਨਸਰ ਸਰ what purchase of $100 or less has positively impacted your life purchase oh I'm not a buyer I don't buy stuff like could be anything could be small thing less than $100 it's something when someone really buy like a little gift for me okay I appreciate that that's I don't look at the value I look at what people buy for you from their heart the expensive stuff don't give me happiness anyway that's awesome ਜੇ ਤੁਸੀਂ ਇੱਕ ਬਿਲਬੋਰਡ ਦੇ ਉੱਤੇ ਕੁਝ ਵੀ ਲਿਖ ਸਕਦੇ ਹੋ ਪੂਰੀ ਦੁਨੀਆ ਦੇ ਦੇਖਣ ਲਈ ਕੋਈ ਮੈਸੇਜ ਉਹ ਕੀ ਹੋਗਾ शांति, पीस। दैट्स परफेक्ट सर। कोई ऐदां दी बैड एडवाइस जिहड़ी तुसीं अपने प्रोफेशन च देखदे हो लोकां नूं दिंदे होए होरां नूं? बैड एडवाइस ये हुंदा है जदों तुसीं ना ओहदा पूरा तोल मिण के नहीं गल दसदे। हुण जिवें वाइनरी शुरू करनी है किसी ने, मैं बंदे दा मैं हमेशा कहना हुंदा भी एडा रोजी बिजनेस है नहीं जिन्ना दींदा। ठीक है, मैं कहना हुंदा पहले तुसीं इहदा खर्चे वाला पासा देखो, फिर शुरू करो। खर्चा बहुत हुंदा शुरू करन च, मोस्ट कैपिटल डिमांडिंग बिजनेस है। भी जदों भी किसी नूं एडवाइस देनी है तो वह बैलेंस होनी चाहिए दोनों पासों तो। जदों किसी ने कोई काम करना दसो भी इहदा नुकसान आ हो सकदा, फायदा आ हो सकदा, आ तुहाडीआं प्रॉब्लम आ सकदियां ने। कई बंदे कहना ऐं कर लो भी कोई नहीं, पर वो नहीं ठीक नहीं है। तुसीं कई बार बंदा तुहाडी एडवाइस मंगदा तुहाडे मगर लग के चल पैंदा पर औखा हुंदा। बिल्कुल यही क्वेश्चन है सर मेरे अज दे लई। मैनूं बहुत वधिया लग्या तुहाडे नाल गल करके, बहुत कुछ मैनूं सिखण नूं मिलिआ। अगेन वे सॉरी विच दी मैं विच इंग्लिश दे भी बोल जांदा सी क्योंकि सो यूज टू होए आ इत्थे जिहड़े वर्ड आ कई बार पंजाबी चों नहीं लभदे, ओहदा करके कई बार इंग्लिश बोल जांदा सी विच। ਸਰੋਤਿਆਂ ਤੋਂ ਇਹ ਚੀਜ਼ ਦੀ ਮਾਫ਼ੀ ਚਾਹੁੰਦੇ ਹਾਂ, ਪੰਜਾਬੀ ਬੋਲਣੀ ਚਾਹੀਦੀ ਸੀ ਪਰ ਫਿਰ ਵੀ ਸੌਰੀ ਫਾਰ ਦੈਟ, ਕਿਉਂਕਿ ਕਈ ਵਾਰਾਂ